here article article 54 there will be no more harvest of souls and other connected heresies kupanthi lekh 54 othe janan di hor zyada badi nahi hovegi ate hor judiyan hoyian chuthiyan sikhiyan ma. hon main ek bade kupanth da virodh karan layi itthe haan ਅਤੇ ਇਹ ਸਾਬਤ ਕਰਨ ਲਈ ਕਿ ਇਹ ਸ਼ੈਤਾਨੀ ਹੈ ਅਤੇ ਪਰਮੇਸ਼ਰ ਦੇ ਬਚਨ ਦੇ ਉਲਟ ਹੈ। ਇੱਥੇ ਅਜਿਹੇ ਆਦਮੀ ਉੱਠ ਖਲੋਏ ਹਨ ਜੋ ਸਮੇਂ ਦੇ ਸੰਦੇਸ਼ ਨੂੰ ਦਰਸਾਉਣ ਅਤੇ ਮਸੀਹ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੇ ਹਨ। ਜੋ ਹੁਣ ਸਿਖਾਉਂਦੇ ਹਨ ਅਤੇ ਪ੍ਰਚਾਰ ਕਰਦੇ ਹਨ ਕਿ ਕੋਈ ਵਾਢੀ ਨਹੀਂ ਹੋਵੇਗੀ, ਵਾਢੀ ਖਤਮ ਹੋ ਚੁੱਕੀ ਹੈ ਜਦ ਤੋਂ ਪਿਤਰ ਸੌਂ ਗਏ ਹਨ। ਸਭ ਚੀਜ਼ਾਂ ਉਸੇ ਤਰ੍ਹਾਂ ਜਾਰੀ ਹਨ ਜਿਵੇਂ ਉਹ ਸਨ ਅਤੇ ਕਿਉਂਕਿ ਮਲਾਕੀ ਚਾਰ ਸੌਂ ਲੈ ਚਲਾ ਗਿਆ। ਤਤੂ ਤੇ ਹੋਰ ਵੱਡੀ ਨਹੀਂ ਹੋਵੇਗੀ ਲਾੜੀ ਨੂੰ ਪਹਿਲਾਂ ਹੀ ਬੁਲਾ ਲਿਆ ਗਿਆ ਹੈ ਅਤੇ ਉਸ ਨੂੰ ਬਣਾਇਆ ਗਿਆ ਹੈ ਅਤੇ ਉਹ ਰੈਪਚਰ ਵਿੱਚ ਜਾਣ ਲਈ ਤਿਆਰ ਹੈ ਮੈਂ ਇਸ ਨੂੰ ਇੱਕ ਝੂਠਵਜੋਂ ਕੋਸ਼ਿਸ਼ ਕਰਦਾ ਹਾਂ ਮੈਂ ਇਸ ਨੂੰ ਸ਼ੈਤਾਨਵਜੋਂ ਕੋਸ਼ਿਸ਼ ਕਰਦਾ ਹਾਂ ਅਤੇ ਮੈਂ ਇਸ ਨੂੰ ਇੱਕ ਕੋਪੰਥਵਜੋਂ ਕੋਸ਼ਿਸ਼ ਕਰਦਾ ਹਾਂ ਵਾਡੀ ਖਤਮ ਨਹੀਂ ਹੋਈ ਹੈ ਮੇਰੇ ਕੋਲ ਤੇਰੇ ਲਈ ਇੱਕ ਖਬਰ ਹੈ ਦੋਸਤ ਸਤਵੇਂ ਕਲਿਸੇ ਕਾਲ ਦੀ ਵਾਡੀ 7ਵੇਂ ਕਲੀਸੇ ਕਾਲ ਦੇ ਦੂਤ ਦੁਆਰਾ ਉਸ ਯੁੱਗ ਲਈ ਖਤਮ ਹੋ ਚੁੱਕੀ ਹੈ ਪਰ ਉਸ ਤੋਂ ਬਾਅਦ ਇੱਕ ਬਦਲ ਪ੍ਰਗਟ ਹੋਇਆ ਅਤੇ ਉਸ ਬਦਲ ਉਤੇ ਮਨੁੱਖ ਦਾ ਪੁੱਤਰ ਸੀ ਅਤੇ ਉਸ ਨੂੰ ਆਪਣੀ ਦਾਤੀ ਫੇਰਨ ਅਤੇ ਧਰਤੀ ਦੀ ਫਸਲ ਵੜਨ ਦਾ ਹੁਕਮ ਦਿੱਤਾ ਗਿਆ ਸੀ ਕਿਉਂਕਿ ਧਰਤੀ ਦੀ ਫਸਲ ਪੱਕ ਚੁੱਕੀ ਹੈ 7ਵੇਂ ਕਲੀਸੇ ਕਾਲ ਦੇ ਲਈ ਇੱਕ ਵੱਡੀ ਖਤਮ ਹੋ ਚੁੱਕੀ ਹੈ ਅਤੇ ਦੁਲਹਨ ਦੇ ਯੁੱਗ ਲਈ ਇੱਕ ਹੋਰ ਵੱਡੀ ਹੁਣ ਸ਼ੁਰੂ ਹੋਈ ਹੈ ਇਹ ਇਸ ਕੜੀ ਦੀ 21ਵੀਂ ਸਦੀ ਦੀ ਵਾਡੀ ਹੈ ਅਤੇ ਜੇਕਰ ਅੱਜ ਤੁਸੀਂ ਇੱਥੇ ਇੱਕ ਪਾਪੀ ਹੋ ਇੱਕ ਰਮ ਪੀਣ ਵਾਲੇ ਇੱਕ ਕੋਕੀਨ ਦੇ ਆਦੀ ਹੋ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਜਾਂ ਤੁਸੀਂ ਕਿਹੜੇ ਪਾਪ ਕੀਤੇ ਹਨ ਮੈਂ ਅੱਜ ਇੱਥੇ ਇੱਕ ਖੁਸ਼ਖਬਰੀ ਦੇ ਪ੍ਰਚਾਰਕ ਵਜੋਂ ਖੜਾ ਹੋਣਾ ਚਾਹੁੰਦਾ ਹਾਂ ਅਤੇ ਕਹਿਣਾ ਚਾਹੁੰਦਾ ਹਾਂ ਕਿ ਲਹੁ ਅਜੇ ਵੀ ਕਿਰਪਾ ਦੇ ਸੰਗਾਸਨ ਦੇ ਉੱਤੇ ਹੈ ਮੈਂ ਤੁਹਾਨੂੰ ਇਹ ਦੱਸਣ ਲਈ ਇੱਥੇ ਹਾਂ ਕਿ ਤੁਸੀਂ ਤੋਬਾ ਕਰ ਸਕਦੇ ਹੋ ਅਤੇ ਮੁਕਤੀ ਪਾ ਸਕਦੇ ਹੋ ਪ੍ਰਭੂ ਯਿਸੂ ਤੁਹਾਡੇ ਸਾਰੇ ਪਾਪਾਂ ਲਈ ਤੁਹਾਨੂੰ ਮਾਫ਼ ਕਰ ਸਕਦਾ ਹੈ ਅਤੇ ਤੁਸੀਂ ਠੀਕ ਅੱਜ ਹੀ ਮਸੀਹੀ ਬਪਤਿਸਮਾ ਲੈ ਸਕਦੇ ਹੋ ਜੇ ਤੁਸੀਂ ਅੱਜ ਇੱਕ ਪਿਛੜੇ ਹੋਏ ਵਿਅਕਤੀ ਹੋ ਤਾਂ ਤੁਸੀਂ ਠੀਕ ਅੱਜ ਸਵੇਰ ਆਪਣੇ ਜੀਵਨ ਨੂੰ ਸਹੀ ਕਰ ਸਕਦੇ ਹੋ ਮੈਂ ਪਰਵਾਹ ਨਹੀਂ ਕਰਦਾ ਕਿ ਤੁਸੀਂ ਕੌਣ ਹੋ ਲਹੂ ਅਜੇ ਵੀ ਕਿਰਪਾ ਦੇ ਸਿੰਘਾਸਨ ਉੱਪਰ ਹੈ ਜੀ ਸ਼੍ਰੀਮਾਨ ਮੈਂ ਇਸ ਕੁਪੰਥ ਦਾ ਵਿਰੋਧ ਕਰਦਾ ਹਾਂ ਜੋ ਕਹਿੰਦਾ ਹੈ ਕਿ ਵਾਢੀ ਖਤਮ ਹੋ ਚੁੱਕੀ ਹੈ ਮੈਂ ਵੱਡੇ ਬੁੱਧੀਮਾਨ ਆਦਮੀਆਂ ਬਾਰੇ ਗੱਲ ਕਰ ਰਿਹਾ ਹਾਂ ਮੈਂ ਉਹਨਾਂ ਆਦਮੀਆਂ ਬਾਰੇ ਗੱਲ ਕਰ ਰਿਹਾ ਹਾਂ ਜਿਨ੍ਹਾਂ ਨੇ ਸਾਲਾਂ ਬਦੀ ਮਸੀਹੀ ਹੋਣ ਦਾ ਦਾਅਵਾ ਕੀਤਾ ਜੋ ਅਜੇ ਹੀ ਕੁਪੰਥ ਦਾ ਪ੍ਰਚਾਰ ਕਰਦੇ ਹਨ ਕਿ ਵਾਢੀ ਖਤਮ ਹੋ ਚੁੱਕੀ ਹੈ ਮੈਂ ਕਹਿ ਰਿਹਾ ਹਾਂ ਕਿ ਉੱਥੇ ਲੌਦਿੱਕੀ ਇਕ ਲਿਸੇ ਕਾਲ ਵਿੱਚ ਇੱਕ ਵਾਢੀ ਸੀ ਉਹ ਵਾਢੀ ਖਤਮ ਹੋ ਚੁੱਕੀ ਹੈ ਅਤੇ ਇਸ ਸੱਤਵੇਂ ਕਲਿਸੇ ਕਾਲ ਦੇ ਦੂਤ ਦੀ ਵਾਢੀ ਸੀ ਪਰ ਉੱਥੇ ਇੱਕ ਹੋਰ ਵਾਢੀ ਹੋਣ ਜਾ ਰਹੀ ਹੈ ਅਤੇ ਉਹ ਮਨੁੱਖ ਦੇ ਪੁੱਤਰ ਦੁਆਰਾ ਕੀਤੀ ਜਾਵੇਗੀ ਜੀ ਸ਼੍ਰੀਮਾਨ ਸੋ ਉੱਥੇ 7ਵੇਂ ਕਲਿਸੀਕਾਲ ਦੇ ਦੂਤ ਦੀ ਇੱਕ ਵਾਢੀ ਹੈ ਅਤੇ ਉਹ ਪੂਰੀ ਹੋ ਚੁੱਕੀ ਹੈ ਪਰ ਉੱਥੇ ਮਨੁੱਖ ਦੇ ਪੁੱਤਰ ਦੀ ਇੱਕ ਵਾਢੀ ਹੈ ਅਤੇ ਇਸ ਸਮੇਂ ਦੇਰੀ ਇਸ ਲਈ ਹੈ ਕਿਉਂਕਿ ਉਹ ਫਸਲ ਦੀ ਵਾਢੀ ਲਈ ਦਾਤੀ ਤਿਆਰ ਕਰ ਰਿਹਾ ਹੈ ਭਾਈ ਬਰੰਦਰ ਸੰਦੇਸ਼ ਪੌਲਸ ਮਸੀਹ ਦਾ ਇੱਕ ਕੈਦੀ 17 ਜੁਲਾਈ 1963 ਸਨ ਦੇਖੋ ਕਿ ਪਰਮੇਸ਼ਵਰ ਮੇਰੇ ਵਿਚਾਰ ਅਨੁਸਾਰ ਜੋ ਕਰੇਗਾ ਅਤੇ ਜ਼ਰੂਰ ਕਰੇਗਾ ਅਤੇ ਇਹਨਾਂ ਅੰਤਿਮ ਦਿਨਾਂ ਵਿੱਚ ਕਰੇਗਾ ਉਹ ਬਾੜੀ ਲਈ ਇੱਕ ਔਜ਼ਾਰ ਲੱਭਣਾ ਹੈ ਪੇੜ ਨੂੰ ਸਾਫ਼ ਕਰਨ ਲਈ ਉਸ ਨੂੰ ਇੱਕ ਔਜ਼ਾਰ ਲੱਭਣ ਦੀ ਲੋੜ ਹੈ ਕੋਈ ਵੀ ਕਿਸਾਨ ਜਦੋਂ ਉਹ ਆਪਣੀ ਫਸਲ ਦੀ ਬਾੜੀ ਲਈ ਜਾਂਦਾ ਹੈ ਉਸ ਕੋਲ ਇਸ ਨੂੰ ਕਰਨ ਲਈ ਇੱਕ ਔਜ਼ਾਰ ਹੋਣਾ ਚਾਹੀਦਾ ਹੈ ਯਕੀਨਨ ਉਸ ਕੋਲ ਇੱਕ ਤਿੱਖੀ ਦਾਤੀ ਜਾਂ ਕੋਈ ਚੀਜ਼ ਹੋਣੀ ਚਾਹੀਦੀ ਹੈ ਕੋਈ ਇਦਾਂ ਦਾ ਇਨਸਟਰੂਮੈਂਟ ਜਿਸ ਦੇ ਨਾਲ ਅਨਾਜ ਨੂੰ ਕੱਢ ਸਕੇ ਅਤੇ ਫਸਲ ਪੱਕ ਗਈ ਹੈ ਉਥੇ ਇੱਕ ਦੁਲਹਨ ਸ਼ਕਤੀ ਅਤੇ ਪ੍ਰਾਤਮਿਕ ਆਤਮਾ ਦੇ ਪ੍ਰਦਰਸ਼ਨ ਵਿੱਚ ਦ੍ਰਿਸ਼ ਉਪਰ ਆਵੇਗੀ ਅਤੇ ਉਹੀ ਕੰਮਕਾਰੀ ਹੋਵੇਗੀ ਜਿਵੇਂ ਉਹਨਾਂ ਨੇ ਮੋਡਰਨ ਲਿਕਲੀਸਿਆ ਵਿੱਚ ਕੀਤੇ ਸਨ ਅਤੇ ਉਹ ਪੰਤੇ ਕੋਸਤ ਦੀ ਸ਼ਕਤੀ ਨੂੰ ਪਾਰ ਕਰਨਗੇ ਅਤੇ ਉਹ ਪਰਮੇਸ਼ਵਰ ਦੀ ਰਚਨਾ ਕਰਨ ਵਾਲੀ ਸ਼ਕਤੀ ਨੂੰ ਪ੍ਰਗਟ ਕਰਨਗੇ ਅਤੇ ਅੰਤ ਦੇ ਸਮੇਂ ਦੀ ਫਸਲ ਦੀ ਵੱਢੀ ਕਰਨਗੇ ਕਿਉਂਕਿ ਧਰਤੀ ਦੀ ਫਸਲ ਪੱਕ ਚੁੱਕੀ ਹੈ। ਇੱਕ ਹੋਰ ਹਵਾਲਾ ਇਸ ਪਹਾੜ ਨੂੰ ਕਹ 23 ਨਵੰਬਰ 1959 ਸਨ। ਮੈਂ ਵਿਸ਼ਵਾਸ ਕਰਦਾ ਹਾਂ ਕਿ ਜੀਉਂਦੇ ਪਰਮੇਸ਼ਵਰ ਦੀ ਇਕਲੀਸਿਆ ਹੁਣ ਇੱਕ ਘੇਰੇ ਵਿੱਚ ਵੱਧ ਰਹੀ ਹੈ ਜੋ ਪੂਰੀ ਦੁਨੀਆ ਨੂੰ ਹਿਲਾਉਣ ਜਾ ਰਹੀ ਹੈ। ਇਹ ਪਹਿਲੀ ਵਾਰ ਹੈ ਜੋ ਨਾਸ ਦੇ ਯਿਸੂ ਦੇ ਦਿਨਾਂ ਤੋਂ ਬਾਅਦ ਕਿਸੇ ਮੁਲਕ ਲਈ ਅਜਿਆ ਹੋਇਆ ਹੈ ਜੋ ਕੋਈ ਤੁਸੀਂ ਚਾਹੋ ਮੰਗੋ ਅਤੇ ਇਹ ਤੁਹਾਨੂੰ ਦਿੱਤਾ ਜਾਵੇਗਾ ਜੋ ਵੀ ਤੁਸੀਂ ਚਾਹੁੰਦੇ ਹੋ ਕੀ ਤੁਸੀਂ ਯਿਸੂ ਮਸੀਹ ਦੇ ਵਚਨ ਪੂਰੇ ਹੁੰਦੇ ਨਹੀਂ ਵੇਖਦੇ ਉਹ ਇਹ ਬਹੁਤ ਜਲਦ ਵਾਪਰਨ ਜਾ ਰਿਹਾ ਹੈ ਮੈਂ ਇਸ ਸਭਾ ਦੇ ਵਿੱਚ ਅਜਿਆ ਹੋਣ ਦੇ ਲਈ ਤੱਕ ਰਿਹਾ ਹਾਂ ਮੈਂ ਚਾਹੁੰਦਾ ਹਾਂ ਕਿ ਹੁਣੇ ਹੀ ਇਹ ਵਾਪਰੇ ਕਿ ਉਹ ਮਸਾ ਜਿਉਂਦੇ ਪਰਮੇਸ਼ਰ ਦੀ ਪੂਰੀ ਕਲੀਸਿਆ ਨਾਲ ਟਕਰਾਵੇਗਾ અત્યંત ਸ਼ਕਤੀਸ਼ਾਲੀ ਅੱਗੇ ਵਾਦੀ ਫੌਜਵਾਨ ਆਪਣੇ ਪੈਰਾਂ ਤੇ ਖੜੀ ਹੋਵੇਗੀ। ਬਿਮਾਰ ਇੱਕ ਸ਼ਬਦ ਦੁਆਰਾ ਚੰਗੇ ਕਿਤੇ ਜਾਣਗੇ। ਅੰਨੇ ਵੇਖਣਗੇ, ਬੋਲੇ ਸੁਣਨਗੇ, ਮੁਰਦੇ ਜੀ ਉਠਾਏ ਜਾਣਗੇ ਅਤੇ ਪਰਮੇਸ਼ਰ ਦੀ ਸ਼ਕਤੀ ਜਿਉਂਦੇ ਪਰਮੇਸ਼ਰ ਦੀ ਕਲੀਸਿਆ ਨਾਲ ਸੰਸਾਰ ਨੂੰ ਹਿਲਾ ਦੇਵੇਗੀ। ਅਸੀਂ ਹੁਣ ਇਸ ਦੀ ਪ੍ਰਕਿਰਿਆ ਦੇ ਵਿੱਚ ਹਾਂ। ਮੇਰਾ ਵਿਸ਼ਵਾਸ ਹੈ ਕਿ ਇਹ ਜਲਦੀ ਹੀ ਪੂਰਾ ਹੋਣ ਵਾਲਾ ਹੈ। ਮੇਰਾ ਵਿਸ਼ਵਾਸ ਹੈ ਕਿ ਇਹ ਬਿਲਕੁਲ ਉਸੇ ਤਰ੍ਹਾਂ ਹੋਵੇਗਾ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਜਲਦੀ ਹੀ ਪਰਮੇਸ਼ਵਰ ਦੀ ਕਲੀਸਿਆ ਨਾਲ ਟਕਰਾਉਣ ਜਾ ਰਿਹਾ ਹੈ ਅਤੇ ਇੱਕ ਬیداری ਸ਼ੁਰੂ ਕਰਨ ਜਾ ਰਹੀ ਹੈ ਜੋ ਸੰਸਾਰ ਨੂੰ ਹਿਲਾ ਦੇਵੇਗੀ ਮੈਂ ਇਸ ਤੇ ਭਰੋਸਾ ਕਰਦਾ ਹਾਂ ਇਹ ਲੋਕ ਪ੍ਰਭ ਯਿਸੂ ਮਸੀਹ ਵਾਂਗ ਹੀ ਸ਼ਕਤੀ ਚਿੰਨਾ ਅਤੇ ਅਚੰਬਿਆਂ ਵਿੱਚ ਹੋਣਗੇ ਉੱਥੇ ਰਸੂਲਾਂ ਦਾ ਇੱਕ ਸਮੂਹ ਹੋਵੇਗਾ ਜੋ ਉਸ ਕਲੀਸਿਆ ਦੀ ਅਗਵਾਈ ਕਰ ਰਿਹਾ ਹੋਵੇਗਾ ਇਹੀ ਹੈ ਜਿਸਨੇ ਮਡਲੀ ਕਲੀਸਿਆ ਦੀ ਅਗਵਾਈ ਕੀਤੀ ਰਸੂਲਾਂ ਦਾ ਇੱਕ ਸਮੂਹ ਅਤੇ ਇਸ ਅੰਤ ਸਮੇਂ ਦੀ ਕਲੀਸਿਆ ਦੀ ਅਗਵਾਈ ਕਰਨ ਲਈ ਰਸੂਲਾਂ ਦਾ ਇੱਕ ਸਮੂਹ ਹੋਵੇਗਾ ਉੱਚੀਆਂ ਜਾਂ ਨੇਵੀਆਂ ਸ਼ਾਲਾ ਮਾਰੂ ਰਸੂਲੀਦਾਨ ਕਲੀਸਿਆ ਨੂੰ ਦਸਤੂਰ ਵਿੱਚ ਸਥਾਪਿਤ ਕਰਦਾ ਹੈ ਅਤੇ ਉੱਥੇ ਕੋਈ ਦਸਤੂਰ ਨਹੀਂ ਹੋਵੇਗਾ ਜਦੋਂ ਤੱਕ ਪਰਮੇਸ਼ਵਰ ਇਸ ਅੰਤ ਸਮੇਂ ਦੇ ਵਿੱਚ ਇੱਥੇ ਪਰਮੇਸ਼ਵਰ ਦੀ ਕਲੀਸਿਆ ਹੋਤੇ ਕੁਝ ਰਸੂਲਾਂ ਨੂੰ ਨਿਯੁਕਤ ਨਹੀਂ ਕਰਦਾ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਰਸੂਲ ਠੀਕ ਇਸ ਸਮੇਂ ਸਿਖਲਾਈ ਦੇ ਅਦੀਨ ਹਨ ਇਹ ਕਿਹਾ ਗਿਆ ਹੈ ਕਿ ਬਾਡੀ ਖਤਮ ਹੋ ਚੁੱਕੀ ਹੈ ਅਤੇ ਦੁਲਹਨ ਨੂੰ ਬੁਲਾਇਆ ਗਿਆ ਹੈ ਅਤੇ ਉਹ ਸਵਰਗ ਵਿੱਚ ਉਠਾਏ ਜਾਣ ਲਈ ਤਿਆਰ ਹੈ ਇਹ ਅਜਿਹਾ ਨਹੀਂ ਹੈ ਇਹ ਵੀ ਕਿਹਾ ਗਿਆ ਹੈ ਕਿ ਬਾਡੀ ਹੁਣ ਜਾਰੀ ਹੈ ਪਰ ਪਰਪ੍ਰਤ ਆਤਮਾ ਦੀ ਸ਼ਕਤੀ ਅਤੇ ਪ੍ਰਦਰਸ਼ਨ ਵਿੱਚ ਨਹੀਂ ਇਹ ਕੇਵਲ ਸੱਤ ਮੋਰਾ ਵਿੱਚ ਆਏ ਹੋਏ ਪਰਮੇਸ਼ਰ ਦੇ ਵਚਨ ਦੁਆਰਾ ਹੀ ਹੈ ਕਿਉਂਕਿ ਇਹ ਵਚਨ ਲਾੜੀ ਹੈ ਅਤੇ ਲਾੜੀ ਚੰਨਾ ਅਤੇ ਅਚੰਬਿਆਂ ਦੁਆਰਾ ਫੜੀ ਨਹੀਂ ਜਾ ਸਕਦੀ ਉਹ ਪਰਮੇਸ਼ਰ ਦੇ ਪਰ ਵਚਨ ਦੁਆਰਾ ਫੜੀ ਜਾਂਦੀ ਹੈ ਇਸ ਲਈ ਅਸੀਂ ਪਵਿੱਤਰ ਆਤਮਾ ਦੀ ਸ਼ਕਤੀ ਅਤੇ ਪ੍ਰਦਰਸ਼ਨ ਨਹੀਂ ਦੇਖਾਂਗੇ ਇਹ ਸ਼ੈਤਾਨ ਦਾ ਇੱਕ ਝੂਠ ਹੈ ਤੁਸੀਂ ਸਾਰੇ ਜਗਤ ਵਿੱਚ ਜਾਓ ਅਤੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਅਤੇ ਉਹਨਾਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਅਤੇ ਧਰਤੀ ਦੇ ਕੋਨਿਆਂ ਤੱਕ ਇਹ ਹੁਕਮ ਉਦੋਂ ਤੱਕ ਹੈ ਜਦੋਂ ਤੱਕ ਵਚਨ ਪੂਰਾ ਨਹੀਂ ਹੋ ਜਾਂਦਾ ਪਰਮੇਸ਼ਰ ਦੇ ਵਚਨ ਦੀ ਰੋਸ਼ਨੀ ਵਿੱਚ ਮੈਂ ਇਸ ਕੁਪੰਥ ਇਸ ਝੂਠੀ ਸਿੱਖਿਆ ਨੂੰ ਪਰਮੇਸ਼ਵਰ ਦੀ ਯੋਜਨਾ ਦੇ ਉਲਟ ਸਮੇਂ ਦੇ ਸੰਦੇਸ਼ ਦੇ ਉਲਟ ਅਤੇ ਮਲਾਕੀ 4 ਦੇ ਦਰਸ਼ਨਾ ਅਤੇ ਪ੍ਰਖਵਾਨੀਆਂ ਦੇ ਉਲਟ ਹੋਣ ਦਾ ਐਲਾਨ ਕਰਦਾ ਹਾਂ ਇਹ ਪਰਮੇਸ਼ਵਰ ਦੇ ਲੋਕਾਂ ਦੀਆਂ ਜਾਨਾਂ ਨੂੰ ਕੈਦ ਵਿੱਚ ਰੱਖਣ ਦੇ ਲਈ ਸ਼ੈਤਾਨ ਦਾ ਇੱਕ ਕੁਪੰਥ ਹੈ ਇਹ ਇੱਕ ਕੁਪੰਥ ਹੈ ਜੋ ਆਦਮੀਆਂ ਅਤੇ ਔਰਤਾਂ ਦੀਆਂ ਜਾਨਾਂ ਨੂੰ ਸ਼ੈਤਾਨ ਦੇ ਕੈਦਖਾਨੇ ਨਰਕ ਦੇ ਘਰ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰਮੇਸ਼ਵਰ ਦੇ ਨਬੀ ਨੇ ਇਹਨਾਂ ਲੋਕਾਂ ਨੂੰ ਨਰਕ ਦੇ ਘਰ ਵਿੱਚ ਦੇਖਿਆ ਇੱਕ ਕਪੰਥ ਸ਼ੈਤਾਨ ਦੁਆਰ ਇੱਕ ਕੈਦਲ ਰਚਿਆ ਗਿਆ ਕਿ ਤੁਸੀਂ ਕੈਦ ਵਿੱਚੋਂ ਬਾਹਰ ਨਹੀਂ ਆ ਸਕਦੇ ਕਿਉਂਕਿ ਲਹੂ ਕਿਰਪਾ ਦੇ ਸਿੰਘਾਸਨ ਨੂੰ ਛੱਡ ਚੁੱਕਾ ਹੈ ਦੁਲਹਨ ਪਹਿਲਾਂ ਹੀ ਬਣ ਚੁੱਕੀ ਹੈ ਪਰਮੇਸ਼ਰ ਦੇ ਪੁੱਤਰ ਪਹਿਲਾਂ ਹੀ ਬਲਾਗ ਲੈ ਗਏ ਹਨ ਪਰਮੇਸ਼ਰ ਦੇ ਸਾਰੇ ਚੁਣੇ ਹੋਏ ਪਹਿਲਾਂ ਹੀ ਇਕੱਠੇ ਹੋ ਚੁੱਕੇ ਹਨ ਅਤੇ ਹੁਣ ਕੋਈ ਵੀ ਦੁਬਾਰਾ ਬਚਾਇਆ ਜਾਣ ਵਾਲਾ ਨਹੀਂ ਹੈ ਇਹ ਸ਼ੈਤਾਨ ਦਾ ਇੱਕ ਭਿਆਨਕ ਝੂਠ ਹੈ ਇਹ ਸ਼ੈਤਾਨ ਦਾ ਇੱਕ ਦੁਸ਼ਟ ਪੱਦਾ ਗੰਦਾ ਝੂਠ ਹੈ ਜੋមនុស្សਖ ਜਾਤ ਤੋਂ ਮੁਕਤੀ ਨੂੰ ਦੂਰ ਕਰਨ ਦੀ ਵਿਆਖਿਆ ਕਰ ਰਿਹਾ ਹੈ ਅਤੇ ਲੋਕਾਂ ਨੂੰ ਸੰਸਾਰ ਵਿੱਚ ਰਹਿਣ, ਪਾਪੀ ਬਣੇ ਰਹਿਣ ਅਤੇ ਉਹਨਾਂ ਨੂੰ ਰੋਮ ਅਤੇ ਵਿਸ਼ਵਵਿਆਪੀ ਕਲੀਸ਼ਿਆ ਦੀ ਸੇਵਾ ਕਰਦੇ ਰਹਿਣ ਦਾ ਕਾਰਨ ਬੰਦਾ ਹੈ। ਇਹ ਸ਼ੈਤਾਨ ਦਾ ਝੂਠ ਹੈ। ਇਹ ਸ਼ੈਤਾਨ ਹੈ। ਮੈਨੂੰ ਪਰਵਾਹ ਨਹੀਂ ਕਿ ਤੁਸੀਂ ਕੌਣ ਹੋ। ਤੁਸੀਂ ਅੱਜ ਹੀ ਇੱਥੇ ਤੋਬਾ ਕਰ ਸਕਦੇ ਹੋ ਅਤੇ ਬਚਾਏ ਜਾ ਸਕਦੇ ਹੋ। ਤੁਸੀਂ ਯਿਸੂ ਮਸੀਹ ਦੇ ਨਾਮ ਵਿੱਚ ਸਹੀ ਕਿਸਮ ਦਾ ਪਾਣੀ ਦਾ ਬਪਤਿਸਮਾ ਲੈ ਸਕਦੇ ਹੋ। ਜੇਕਰ ਤੁਸੀਂ ਇੱਕ ਪਿਛੜੇ ਹੋਏ ਵਿਅਕਤੀ ਹੋ, ਤਾਂ ਤੁਸੀਂ ਤੋਬਾ ਕਰ ਸਕਦੇ ਹੋ ਅਤੇ ਉਹਨਾਂ ਪਾਪਾਂ ਨੂੰ ਲਹੂ ਦੇ ਹੇਠਾਂ ਰੱਖ ਸਕਦੇ ਹੋ ਅਤੇ ਅੱਜ ਹੀ ਇੱਥੇ ਫਿਰ ਤੋਂ ਨਵੀਂ ਸ਼ੁਰੂਆਤ ਕਰ ਸਕਦੇ ਹੋ ਜੀ ਹਾਂ ਉਹ ਸਾਰੇ ਜਿਹੜੇ ਅਜੇ ਕੋ ਪੰਥ ਦਾ ਪ੍ਰਚਾਰ ਕਰਦੇ ਹਨ ਉਹ ਸ਼ੈਤਾਨ ਦੁਆਰਾ ਮਸਾ ਕੀਤੇ ਹੋਏ ਹਨ ਮੈਂ ਕੋਈ ਮਾਫੀ ਨਹੀਂ ਮੰਗਦਾ ਹਾਂ ਉਹ ਇਸ ਸਮੇਂ ਵਾਸਤੇ ਪਰਮੇਸ਼ਵਰ ਦੀ ਯੋਜਨਾ ਅਤੇ ਪ੍ਰੋਗਰਾਮ ਦੇ ਵਿਰੁੱਧ ਕੰਮ ਕਰਨ ਦੇ ਲਈ ਸ਼ੈਤਾਨ ਦੁਆਰਾ ਮਸਾ ਕੀਤੇ ਗਏ ਹਨ ਉਹ ਮਨੁੱਖ ਦੇ ਪੁੱਤ ਦੇ ਵਿਰੁੱਧ ਕੰਮ ਕਰਨ ਲਈ ਸ਼ੈਤਾਨ ਦੁਆਰਾ ਮਸਾ ਕੀਤੇ ਗਏ ਹਨ ਉਹ ਦਾਤੀ ਦੇ ਵਿਰੁੱਧ ਕੰਮ ਕਰਨ ਦੇ ਲਈ ਸ਼ੈਤਾਨ ਦੇ ਮਸਾ ਕੀਤੇ ਗਏ ਹਨ ਫਸਲ ਦੀ ਵਾਢੀ ਦੇ ਵਿਰੁੱਧ ਕੰਮ ਕਰਨ ਲਈ ਸ਼ੈਤਾਨ ਦੇ ਮਸਾ ਕੀਤੇ ਗਏ ਹਨ ਅਤੇ ਪ੍ਰਕਾਸ਼ ਜੀ ਪੋਥੀ 14 ਦੀ 14 ਤੋਂ 16 ਦੀ ਪੂਰਤੀ ਲਈ ਪਰਮੇਸ਼ਵਰ ਦੀ ਯੋਜਨਾ ਦੇ ਵਿਰੁੱਧ ਕੰਮ ਕਰ ਰਹੇ ਹਨ ਇਹ ਤੁਹਾਨੂੰ ਸ਼ੈਤਾਨ ਦਾ ਇੱਕ ਸੇਵਕ ਬਣਾਉਂਦਾ ਹੈ ਪੁਲਪੜ ਦੇ ਪਿੱਛੇ ਤੁਹਾਡਾ ਕੋਈ ਵੀ ਹੱਕ ਨਹੀਂ ਹੈ ਅਤੇ ਤੁਹਾਨੂੰ ਸ਼ੈਤਾਨ ਦੇ ਅਜੀਬ ਭਿਆਨਕ ਝੂਠ ਦਾ ਪ੍ਰਚਾਰ ਕਰਨ ਲਈ ਕਦੇ ਵੀ ਪਰਮੇਸ਼ਰ ਵੱਲ ਸੱਦਿਆ ਨਹੀਂ ਗਿਆ ਹੈ। ਉਥੇ ਲਿਖਤਾ ਹਨ ਜਿਹੜੀਆਂ ਤਸਦੀਕ ਕਰਦੀਆਂ ਹਨ ਕਿ ਅੰਤ ਦੇ ਸਮੇਂ ਵਿੱਚ ਇੱਕ ਬਹੁਤ ਵੱਡੀ ਵਾੜੀ ਹੈ ਜਿਨ੍ਹਾਂ ਨੂੰ ਇਸ ਵਿਸ਼ੇ ਤੇ ਸਾਬਤ ਕੀਤਾ ਜਾਵੇਗਾ ਜਿਵੇਂ ਜਿਵੇਂ ਅਸੀਂ ਅੱਗੇ ਵਧਾਂਗੇ। ਮੈਂ ਤੁਹਾਨੂੰ ਮਤੀ ਦੀ انجੀਲ 13 ਦੀ ਕਣਕ ਅਤੇ ਜੰਗਲੀ ਬੂਟੀ ਦੇ ਦਿਸਟਾਨ ਦਾ ਸੰਖੇਪ ਹਵਾਲਾ ਦਿੰਦਾ ਹਾਂ। ਤੁਸੀਂ ਇੱਕ ਪਖੰਡੀ ਵਜੋਂ ਇਹ ਕਹਿ ਰਹੇ ਹੋ ਕਿ ਬਾਡੀ ਖਤਮ ਹੋ ਚੁੱਕੀ ਹੈ ਕੋਈ ਵੀ ਦੁਬਾਰਾ ਬਚਾਇਆ ਨਹੀਂ ਜਾਵੇਗਾ ਲਹੂ ਕਿਰਪਾ ਦੇ ਸਿੰਘਾਸਣ ਤੋਂ ਹਟ ਚੁੱਕਾ ਹੈ ਕਲੀਸਿਆ ਵਿੱਚ ਆਉਣ ਵਾਲੀ ਕੋਈ ਹੋਰ ਸ਼ਕਤੀ ਹੁਣ ਨਹੀਂ ਹੈ ਦੁਧਨ ਬਸ ਤਿਆਰ ਹੈ ਅਤੇ ਉਹ ਇਸ ਮੁਰਦਾ ਹਾਲਤ ਵਿੱਚ ਹੀ ਬਾਹਰ ਜਾ ਰਹੀ ਹੈ ਤੁਸੀਂ ਇੱਕ ਝੂਠੇ ਹੋ ਤੁਸੀਂ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਯੋਜਨਾ ਦੇ ਵਿਰੁੱਧ ਕੰਮ ਕਰ ਰਹੇ ਹੋ ਤੁਸੀਂ ਲਿਖਤਾਂ ਦਾ ਖੰਡਨ ਕਰਦੇ ਹੋ ਤੁਸੀਂ ਪਰਮੇਸ਼ਵਰ ਦੇ ਦਰਸ਼ਨਾਂ ਦਾ ਖੰਡਨ ਕਰਦੇ ਹੋ ਅਤੇ ਤੁਸੀਂ ਪਰਮੇਸ਼ਵਰ ਦੀਆਂ ਭੇਖਵਾਣੀਆਂ ਦਾ ਖੰਡਨ ਕਰ ਰਹੇ ਹੋ ਜੀ ਹਾਂ ਮਤੀ 13 ਦੱਸਦਾ ਹੈ ਕਿ ਦੋ ਬੀਜ ਬੀਜੇ ਗਏ ਸਨ ਕਣਕ ਅਤੇ ਜੰਗਲੀ ਬੂਟੀ ਉਹ ਸ਼ੁਰੂਆਤੀ ਖੇਤਰੀਆ ਵਿੱਚ ਬੀਜੇ ਗਏ ਸਨ ਯਿਸੂ ਨੇ 37ਵੀਂ ਆਇਤੋਂ ਮਤੀ 13 ਦੇ ਉਸ ਦਿਸਟਾਨ ਦੀ ਵਿਆਖਿਆ ਕਰਨਾ ਕਿਹਾ ਵੱਡੀ ਸੰਸਾਰ ਦਾ ਅੰਤ ਹੈ ਉਥੇ ਸੰਸਾਰ ਦੇ ਅੰਤ ਤੋਂ ਪਹਿਲਾਂ ਇੱਕ ਵੱਡੀ ਹੈ ਯਿਸੂ ਨੇ ਕਿਹਾ ਕਣਕ ਰਾਜ ਦੇ ਪੁੱਤਰ ਹਨ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ ਮੈਂ ਕਹਿ ਰਿਹਾ ਕਿ ਵੱਡੀ ਅਜੀਬੀ ਜਾਰੀ ਹੈ ਜੰਗਲੀ ਬੂਟੀ ਦੀਆਂ ਹੋਣ ਵਿਸ਼ਵ ਵਿਆਪੀ ਕਲੀਸ਼ੀਆ ਦੁਆਰਾ ਪੂਲੀਆਂ ਬੰਨੀਆਂ ਜਾ ਰਹੀਆਂ ਹਨ ਉਹ ਵਿਸ਼ਵ ਵਿਆਪੀ ਕਲੀਸ਼ੀਆ ਵਿੱਚ ਜਾ ਰਹੇ ਹਨ ਅਤੇ ਆਖਰਕਾਰ ਉਹ ਅੱਗ ਦੁਆਰਾ ਬਿਪਤਾ ਦੇ ਰਾਹੀ ਅਤੇ ਆਗਰੀ ਝੀਲ ਵਿੱਚ ਸਾਰ ਦਿੱਤੇ ਜਾਣਗੇ ਅਤੇ ਕਣਕ ਨੂੰ ਧਰਤੀ ਉਤੇ ਭੰਡਾਰ ਵਿੱਚ ਇਕੱਠਾ ਕੀਤਾ ਜਾਵੇਗਾ ਸ਼ਕਤੀ ਚਿੰਨ ਅਤੇ ਅਚੰਬਿਆਂ ਦੀ ਇੱਕ ਸੇਵਕਾਈ ਦਾ ਆਉਣਾ ਹੈ ਜੋ ਮਿਸ਼ਨਾਂ ਵਿੱਚੋਂ ਬੈਪਟਿਸਟਾਂ ਵਿੱਚੋਂ ਪੈਂਟਿਕੋਸਲਾਂ ਵਿੱਚੋਂ ਜਹਵ ਵਿਟਨੈਸ ਵਿੱਚੋਂ ਸੈਵਨਥ ਡੇ ਐਡਵੈਂਟਿਸਟ ਵਿੱਚੋਂ ਪਰਮੇਸ਼ੁਰ ਦੇ ਬੱਚਿਆਂ ਨੂੰ ਇਕੱਠਾ ਕਰੇਗੀ ਅਤੇ ਪ੍ਰਭੂ ਗਧਰੀਆਂ ਦੀਆਂ ਕਬਰਾਂ ਵਿੱਚ ਫੇਲ ਜਾ ਰਿਹਾ ਹੈ ਅਤੇ ਉਹ ਫਿਰ ਤੋਂ ਲਸ਼ਕਿਆਂ ਨੂੰ ਬਾਹਰ ਲਿਉਣ ਜਾ ਰਿਹਾ ਹੈ ਉਹ ਵੇਸ਼ਵਾ ਘਰਾਂ ਵਿੱਚ ਜਾ ਕੇ ਮਰੀਮ ਮਗਦਲੀਨੀ ਨੂੰ ਲਿਉਣ ਜਾ ਰਿਹਾ ਹੈ ਉਹ ਪਰਮੇਸ਼ੁਰ ਦੀ ਮਹਿਮਾ ਹੋਵੇ ਉਹ ਸਮਾਜ ਵਿੱਚ ਉੱਚਾ ਉੱਠਣ ਜਾ ਰਿਹਾ ਹੈ ਅਤੇ ਇੱਕ ਜੱਕੀ ਨੂੰ ਦੁਬਾਰਾ ਬਾਹਰ ਲਿਉਣ ਜਾ ਰਿਹਾ ਹੈ ਮੈਂ ਪਰਮੇਸ਼ੁਰ ਤੇ ਭਰੋਸਾ ਕਰਦਾ ਹਾਂ ਚੁਰਾਹਿਆਂ ਤੇ ਜਾਓ ਅਤੇ ਉਹਨਾਂ ਨੂੰ ਵੱਡੀ ਤਗੀਦ ਕਰਕੇ ਅੰਦਰ ਲਿਆਓ ਕਿਉਂਕਿ ਉਹ ਜਿਹੜੇ ਵਿਆਹ ਲਈ ਸੱਦੇ ਗਏ ਸਨ ਮੇਰੇ ਭੋਜਨ ਦਾ ਸਵਾਦ ਚੱਖਣ ਦੇ ਯੋਗ ਨਹੀਂ ਹਨ ਮਿਸ਼ਨਾਂ ਨੇ ਵਿਲੀਅਮ ਬ੍ਰਾਂਹਮ ਨੂੰ ਰੱਦ ਕਰ ਦਿੱਤਾ ਉਹਨਾਂ ਨੇ ਮਲਾਕੀ ਚਾਰ ਨੂੰ ਰੱਦ ਕਰ ਦਿੱਤਾ ਮੇਰੇ ਭਰਾ ਉਹਨਾਂ ਨੇ ਸ਼ਾਂਤੀ ਦੀ ਖੁਸ਼ਖਬਰੀ ਨੂੰ ਰੱਦ ਕਰ ਦਿੱਤਾ ਉਹਨਾਂ ਨੇ ਸ਼ਕਤੀ ਦੀ ਖੁਸ਼ਖਬਰੀ ਨੂੰ ਰੱਦ ਕਰ ਦਿੱਤਾ ਪਰ ਪ੍ਰਭੂ ਚੌਂਕਾਂ ਵੱਲ ਮੁੜੇਗਾ ਉਹ ਉੱਚ ਮਾਰਗਾਂ ਵੱਲ ਮੁੜੇਗਾ ਉਹ ਚਰਾਹਿਆਂ ਵੱਲ ਮੁੜੇਗਾ ਉਹ ਰਸਤਾ ਆਦਮੀ ਨੂੰ ਲਿਉਣ ਜਾ ਰਿਹਾ ਹੈ ਤੇ ਮੈਂ ਤੁਹਾਨੂੰ ਦੱਸ ਰਿਹਾ ਉਹ ਹੀਪੀਆਂ ਨੂੰ ਲਿਉਣ ਜਾ ਰਿਹਾ ਹੈ ਉਹ ਵੇਸਵਾਵਾਂ ਨੂੰ ਅੰਦਰ ਲਿਆਵੇਗਾ ਇਹੀ ਹੈ ਜੋ ਬਾਈਬਲ ਆਖਦੀ ਹੈ ਉਹਨਾਂ ਨੂੰ ਵੱਡੀ ਤਕੀਦ ਕਰਕੇ ਅੰਦਰ ਲਿਆ ਕਿਉਂਕਿ ਅਜੀਬੀ ਜਗ੍ਹਾ ਹੈ ਮੈਂ ਕਹਿੰਦਾ ਹਾਂ ਅਜੀਬੀ ਥਾਂ ਹੈ ਮਲਾਕੀ 4 ਦੇ ਪ੍ਰਚਾਰ ਤੋਂ ਬਾਅਦ ਅਜੀਬੀ ਥਾਂ ਹੈ ਜੀ ਹਾਂ ਜਾਓ ਕੰਗਾਲਾਂ ਅਤੇ ਟੁੰਡੀਆਂ ਨੂੰ ਲਿਆਓ ਅੰਨਿਆਂ ਅਤੇ ਲੰਗੜਿਆਂ ਨੂੰ ਲਿਆਓ ਤਾਂ ਜੋ ਮੇਰਾ ਘਰ ਭਰ ਜਾਵੇ ਇਹ ਸੇਵਕਈ ਅਜੇ ਲੋਕਾਂ ਵਿੱਚ ਜਾਣੀ ਬਾਕੀ ਹੈ ਅਤੇ ਇਹ ਮਨੁੱਖ ਦੇ ਪੁੱਤਰ ਅਤੇ ਉਸ ਦੀ ਦਾਤੀ ਦੁਆਰਾ ਬਾਹਰ ਜਾਣ ਵਾਲੀ ਹੈ ਬਿਨਾ ਕਿਸੇ ਸ਼ਕਤ ਤੋਂ ਉਹ ਇਸ 21ਵੀਂ ਸਦੀ ਵਿੱਚ ਉਸ ਫਸਲ ਦੀ ਵਾਢੀ ਕਰਨ ਜਾ ਰਹੇ ਹਨ ਜੀ ਹਾਂ ਤੁਸੀਂ ਕਹਿੰਦੇ ਹੋ ਪ੍ਰਚਾਰਕ ਤੂੰ ਇਹਨਾਂ ਨਿਸ਼ਚਿਤ ਕਿਵੇਂ ਹੋ ਸਕਦਾ ਹੈ ਕਿ ਇਹ 21ਵੀਂ ਸਦੀ ਵਿੱਚ ਹੀ ਹੋਣ ਜਾ ਰਹੀ ਹੈ ਅਤੇ 22ਵੀਂ ਸਦੀ ਵਿੱਚ ਨਹੀਂ ਬਾਈਬਲ ਦੀ ਸਦੀ ਬਾਰੇ ਕੀ ਖਿਆਲ ਹੈ ਮੇਰਾ ਅੰਦਾਜ਼ਾ ਹੈ ਕਿ ਪਰਮੇਸ਼ਰ ਨੂੰ ਹੀ ਆਦਮੀ ਨੂੰ ਇਹ ਦੱਸਣਾ ਪੈਣਾ ਹੈ ਨਹੀਂ ਮੇਰੇ ਭਰਾ ਮੈਂ ਇਹ ਜਾਣਨ ਲਈ ਕਾਫੀ ਸਮਝਦਾਰ ਹਾਂ ਕਿ ਜੇਕਰ ਬੱਦਲ ਪਹਿਲਾਂ ਹੀ ਪ੍ਰਗਟ ਹੋ ਗਿਆ ਹੈ ਤੇ ਮਨੁੱਖ ਦਾ ਪੁੱਤਰ ਉਸ ਬੱਦਲ ਉੱਤੇ ਬੈਠਾ ਹੈ ਜੀ ਹਾਂ ਅਤੇ ਜੇਕਰ ਮਨੁੱਖ ਦਾ ਪੁੱਤਰ ਉਸ ਬੱਦਲ ਤੇ ਬੈਠਾ ਹੈ ਤਾਂ ਉਹ ਆਪਣੀ ਦਾਤੀ ਨੂੰ ਫੇਰਨ ਜਾ ਰਿਹਾ ਹੈ ਉਸ ਦੀ ਦਾਤੀ ਹੁਣ ਧਰਤੀ ਦੇ ਉੱਪਰ ਹੈ ਅਤੇ ਉਹ ਇਸ ਫਸਲ ਨੂੰ ਵਧਣ ਦੇ ਲਈ ਅੱਜ ਸਿਖਲਾਈ ਅਧੀਨ ਹਨ ਬਦਲ ਪਹਿਲਾਂ ਹੀ ਪ੍ਰਗਟ ਹੋ ਚੁੱਕਾ ਹੈ ਅਤੇ ਮੁਨਖ ਦਾ ਪੁੱਤਰ ਹੁਣ ਧਰਤੀ ਉੱਤੇ ਖੜਾ ਹੈ ਏਜੰਡੇ ਤੇ ਅਗਲੀ ਗੱਲ ਦਾਤੀ ਦਾ ਫੇਰਨਾ ਅਤੇ ਫਸਲ ਨੂੰ ਵੱਢਣਾ ਹੈ ਕਿਉਂਕਿ ਧਰਤੀ ਦੇ ਫਸਲ ਪੱਕ ਚੁੱਕੀ ਹੈ ਮੈਂ ਇਸ ਦਾ ਵਿਸ਼ਵਾਸ ਕਰਦਾ ਹਾਂ ਕਿੰਨੇ ਵਿਸ਼ਵਾਸ ਕਰਦੇ ਹਨ ਫਲੀਸੀਆ ਕਹਿੰਦੀ ਹੈ ਆਮੀਨ ਜੀ ਹਾਂ ਮੇਰੇ ਪਿਆਰਿਓ ਇਹ ਸਾਡੇ ਯੁੱਗ ਵਿੱਚ ਹੋਣ ਜਾ ਰਿਹਾ ਹੈ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇ ਪ੍ਰਚਾਰਕ ਵਜੋਂ ਦੱਸ ਰਿਹਾ ਹਾਂ ਕਿ ਇਹ ਸਾਡੇ ਯੁੱਗ ਵਿੱਚ ਹੋਣ ਜਾ ਰਿਹਾ ਹੈ ਮੋਰਾ ਪੇਲਾ ਹੀ ਖੁੱਲ ਗਈਆਂ ਹਨ ਬੱਦਲ ਪ੍ਰਗਟ ਹੋਇਆ ਹੈ ਅਤੇ ਮਨੁੱਖ ਦਾ ਪੁੱਤਰ ਆਪਣੇ ਵਚਨ ਵਿੱਚ ਪ੍ਰਗਟ ਹੋਇਆ ਹੈ ਠੀਕ ਅੱਜ ਧਰਤੀ ਉੱਪਰ ਖੜਾ ਹੈ ਜੀ ਸ਼੍ਰੀਮਾਨ ਦਾਤੀ ਹੁਣ ਧਰਤੀ ਉੱਪਰ ਹੈ ਤੁਸੀਂ ਕਿਵੇਂ ਇਸ ਨੂੰ 22ਵੀਂ ਸਦੀ ਵਿੱਚ ਰੱਖਣ ਜਾ ਰਹੇ ਹੋ ਮੈਂ ਕਹਿੰਦਾ ਹਾਂ ਕਿ ਦਾਤੀ ਹੁਣ ਧਰਤੀ ਉੱਪਰ ਰੱਖੀ ਗਈ ਹੈ ਅਤੇ ਸਾਡੇ ਵਿੱਚੋਂ ਹਰ ਇੱਕ ਉਸ ਦਾਤੀ ਨਾਲ ਸੰਬੰਧ ਰੱਖਦਾ ਹੈ ਤੁਸੀਂ ਉਸ ਦਾਤੀ ਦਾ ਇੱਕ ਦੰਦਾ ਹੋ ਮੈਂ ਉਸ ਦਾਤੀ ਦਾ ਇੱਕ ਦੰਦਾ ਹਾਂ ਅਤੇ ਅਸੀਂ ਹਰ ਰਾਤ ਇੱਥੇ ਆਉਂਦੇ ਹਾਂ ਅਸੀਂ ਤਿੱਖੇ ਹੋ ਰਹੇ ਹਾਂ ਕਿਸਾਨ ਨੂੰ ਦਾਤੀ ਦੇ ਦੰਦਿਆਂ ਨੂੰ ਤਿੱਖਾ ਕਰਨਾ ਪੈਣਾ ਹੈ ਅਤੇ ਫਿਰ ਉਹ ਉਸ ਦਾਤੀ ਨੂੰ ਫੇਰੇਗਾ ਕਿਉਂਕਿ ਧਰਤੀ ਦੀ ਫਸਲ ਪੱਕ ਚੁੱਕੀ ਹੈ ਤੇ ਕੋਈ ਵੀ ਆਦਮੀ ਜੋ ਇਸ ਤਰ੍ਹਾਂ ਦੀ ਉਲਟ ਸਿੱਖਿਆ ਦਾ ਪ੍ਰਚਾਰ ਕਰਦਾ ਹੈ ਉਹ ਸ਼ੈਤਾਨ ਦੁਆਰਾ ਮਸਾ ਕੀਤਾ ਹੋਇਆ ਹੈ ਉਹ ਬੱਦਲ ਨੂੰ ਦੇਖਣ ਲਈ ਅੰਨਾ ਹੈ ਉਹ ਮਨੁੱਖ ਦੇ ਪੁੱਤ ਨੂੰ ਦੇਖਣ ਲਈ ਅੰਨਾ ਹੈ ਉਹ ਦਾਤੀ ਨੂੰ ਦੇਖਣ ਲਈ ਅੰਨਾ ਹੈ ਠੀਕ ਅੱਜ ਸਾਡੇ ਯੁੱਗ ਵਿੱਚ ਬਦਲ ਪ੍ਰਗਟ ਹੋਇਆ ਹੈ ਠੀਕ ਅੱਜ ਇੱਥੇ ਮਨੁੱਖ ਦਾ ਪੁੱਤਰ ਪ੍ਰਗਟ ਹੋਇਆ ਹੈ ਲੂਕਾ 17 ਦੇ 30 ਅਤੇ ਜੇਕਰ ਬਦਲ ਪ੍ਰਗਟ ਹੋਇਆ ਹੈ ਅਤੇ ਜੇ ਮਨੁੱਖ ਦਾ ਪੁੱਤਰ ਪ੍ਰਗਟ ਹੋਇਆ ਹੈ ਤਾਂ ዳਦੀ ਨੂੰ ਵੀ ਠੀਕ ਇਸ ਸਮੇਂ ਧਰਤੀ ਉੱਪਰ ਹੋਣਾ ਚਾਹੀਦਾ ਹੈ ਉਸ ዳਦੀ ਵਿੱਚ ਰਸੂਲ ਹਨ ਨਬੀ ਹਨ ਉੱਥੇ ਉਸਤਾਦ ਹਨ ਪ੍ਰਚਾਰਕ ਹਨ ਅਤੇ ਪਾਸਟਰ ਹਨ ਅਤੇ ਉੱਥੇ ਪਰਮੇਸ਼ਵਰ ਦੇ ਨੌ ਪ੍ਰਕਾਰ ਦੇ ਦਾਨਾਂ ਵਾਲੇ ਆਦਮੀ ਹੋਣਗੇ ਅਤੇ ਖੁਸ਼ਖਬਰੀ ਪ੍ਰਚਾਰਤਮਾਨੀ ਸ਼ਕਤੀ ਅਤੇ ਪ੍ਰਦਰਸ਼ਨ ਵਿੱਚ ਬਾਹਰ ਜਾਣ ਵਾਲੀ ਹੈ ਇਸ ਲਈ ਖੁਸ਼ਖਬਰੀ ਸਾਡੇ ਕੋਲ ਕੇਵਲ ਬਚਨ ਵਿੱਚ ਹੀ ਨਹੀਂ ਆਈ ਸਗੋਂ ਸਮਰਥਨ ਨਾਲ ਅਤੇ ਪ੍ਰਚਾਰਤਮ ਦੇ ਪ੍ਰਦਰਸ਼ਨ ਨਾਲ ਸਾਡੇ ਕੋਲ ਪਹੁੰਚੀ ਹੈ ਸੋ ਹੁਣ ਮਤੀ 13 ਕਣਕ ਅਤੇ ਜੰਗਲੀ ਬੂਟੀ ਨੂੰ ਇਸ ਵਾੜੀ ਬਾਰੇ ਦੱਸ ਰਿਹਾ ਹੈ ਪ੍ਰਕਾਸ਼ ਦੀ ਪੋਤੀ 14 ਦੀ 14 ਤੋਂ 16 ਨੇ ਇਸ ਵਾੜੀ ਬਾਰੇ ਦੱਸਿਆ ਹੈ ਅਤੇ ਮੈਂ ਹੁਣ ਇਸ ਨੂੰ ਇਸ ਲਿਖਤ ਨਾਲ ਸੰਪੂਰਨ ਕਰਨ ਜਾ ਰਿਹਾ ਹਾਂ ਜੋ ਥੋੜੇ ਸਮੇਂ ਬਾਅਦ ਸਿੱਧ ਠਰਾਈ ਜਾਵੇਗੀ ਅਤੇ ਇਹ ਖੁਸ਼ਖਬਰੀ ਯਿਸੂ ਨੇ ਕਿਹਾ ਰਾਜ ਦੀ ਮੱਤੀ 24 ਦੇ ਆਏ ਅਤੇ ਇਹ ਖੁਸ਼ਖਬਰੀ ਬੈਪਟਿਸ ਖੁਸ਼ਖਬਰੀ ਨਹੀਂ ਤથા ਕਦਿਤ ਪੈਂਟੇਕੋਸਟਲ ਖੁਸ਼ਖਬਰੀ ਨਹੀਂ ਜੋਵ ਵਿਟਨੈਸ ਦੀ ਖੁਸ਼ਖਬਰੀ ਨਹੀਂ ਸੈਵਨਥ ਡੇ ਐਡਵੈਂਟਿਸ ਦੀ ਖੁਸ਼ਖਬਰੀ ਨਹੀਂ ਪਰ ਰਾਜ ਦੀ ਇਹ ਖੁਸ਼ਖਬਰੀ ਇੱਕ ਗਵਾਹੀ ਵਜੋਂ ਸਾਰੀਆਂ ਕੌਮਾਂ ਵਿੱਚ ਪ੍ਰਚਾਰ ਕੀਤੀ ਜਾਵੇਗੀ ਤਦ ਅੰਤ ਆਵੇਗਾ ਮੈਂ ਆਪਣੇ ਪੂਰੇ ਦਿਲ ਤੋਂ ਇਹਦਾ ਵਿਸ਼ਵਾਸ ਕਰਦਾ ਹਾਂ ਯਿਸੂ ਨੇ ਕਿਹਾ ਹੈ ਕਿ ਹਰ ਮਨੁੱਖ ਝੂਠਾ ਠਹਿਰੇ ਅਤੇ ਪਰਮੇਸ਼ਰ ਦਾ ਵਚਨ ਸੱਚਾ ਠਹਿਰੇ ਹਾਂ ਸ਼੍ਰੀਮਾਨ ਇਹ ਅਜੇ ਵੀ ਧਰਤੀ ਦੇ ਕੰਢੇ ਤੱਕ ਨਹੀਂ ਪਹੁੰਚਿਆ ਹੈ ਇਸ ਨੇ ਧਰਤੀ ਦੇ ਸਭ ਤੋਂ ਦੂਰਲੇ ਹਿੱਸੇ ਨੂੰ ਅਜੇ ਤੱਕ ਨਹੀਂ ਧੱਕਿਆ ਹੈ ਅਤੇ ਇਹ ਆਤਮਾ ਦੀ ਸ਼ਕਤੀ ਅਤੇ ਪ੍ਰਦਰਸ਼ਨ ਵਿੱਚ ਅਜੇ ਨਹੀਂ ਗਈ ਹੈ ਸਿਰਫ ਮਲਾਕੀ 4 ਇਸ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਅਤੇ ਪ੍ਰਦਰਸ਼ਨ ਵਿੱਚ ਬਾਹਰ ਲੈ ਕੇ ਗਿਆ ਹੁਣ ਦਾਤੀ ਨੇ ਪਵਿੱਤਰ ਆਤਮਾ ਦੀ ਸ਼ਕਤੀ ਅਤੇ ਪ੍ਰਦਰਸ਼ਨ ਵਿੱਚ ਇਹਨੂੰ ਅੱਗੇ ਲੈ ਕੇ ਜਾਣਾ ਹੈ ਕਿਸੇ ਨੂੰ ਹੁਣ ਇਸ ਗੱਲ ਦਾ ਵਿਰੋਧ ਕਰਨ ਦਿਓ ਮੈਂ ਇਹ ਕਹਿ ਰਿਹਾ ਹਾਂ ਕਿ ਪ੍ਰਕਾਸ਼ੀ ਪੋਥੀ 14 ਦੇ ਅਨੁਸਾਰ ਮੱਤੀ 24 ਦੇ ਅਨੁਸਾਰ ਵੱਡੀ ਅਜੇ ਵੀ ਖੇਤ ਦੇ ਵਿੱਚ ਹੈ ਅਤੇ ਅੰਤ ਉਦੋਂ ਤੱਕ ਨਹੀਂ ਆਉਣ ਜਾ ਰਿਹਾ ਜਦ ਤੱਕ ਤੁਸੀਂ ਕਲੀਸਿਆ ਨੂੰ ਸਾਮਰਥ ਨਾਲ ਉੱਪਰ ਉੱਠਦੇ ਅਤੇ ਆਤਮਾ ਅਤੇ ਸ਼ਕਤੀ ਦੇ ਪ੍ਰਦਰਸ਼ਨ ਦੇ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਨਹੀਂ ਵੇਖਦੇ ਉਦੋਂ ਤੀ ਬਹੁਤੇ ਬਚਾਏ ਨਹੀਂ ਜਾਣਗੇ ਇਹ ਸੱਚ ਹੈ ਕਿਉਂਕਿ ਇਹ ਗਵਾਹੀ ਦੀ ਖੁਸ਼ਖਬਰੀ ਹੋਣ ਜਾ ਰਹੀ ਹੈ ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀਆਂ ਕੌਮਾਂ ਨੂੰ ਗਵਾਹੀ ਵਜੋਂ ਕੀਤਾ ਜਾਵੇਗਾ ਤਦ ਅੰਤ ਆਵੇਗਾ ਇਸ ਨੂੰ ਗਵਾਹੀ ਵਜੋਂ ਬਾਹਰ ਜਾਣਾ ਪਵੇਗਾ ਪਰ ਮੈਂ ਅੱਜ ਇੱਥੇ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਜਦ ਇਹ ਸੇਵਕਾਂ ਬਾਹਰ ਨਿਕਲਦੀ ਹੈ ਤਾਂ ਲਾੜੀ ਦਾ ਹਰ ਮੈਂਬਰ ਅਗਿਆਵੇਗਾ ਅਤੇ ਉਹ ਇੱਕ ਸ਼ਰੀਰ ਹੋਣਗੇ ਕਿਉਂਕਿ ਇਹ ਲਾੜੀ ਦੀ ਬਾਡੀ ਹੈ ਜੀ ਸ਼੍ਰੀਮਾਨ ਹੁਣ ਇੱਕ ਹੋਰ ਵਰਗ ਜਿੰਨੂੰ ਇਹ 21ਵੀਂ ਸਦੀ ਦੀ ਬਾਡੀ ਵੜੇਗੀ ਮੇਰੇ ਦੋਸਤ ਇਹ ਤੈਨੂੰ ਥੋੜਾ ਅਜੀਬ ਲੱਗ ਸਕਦਾ ਹੈ ਅਤੇ ਉਹ ਇਹ ਹੈ ਕਿ ਉਹ ਮੂਰਖ ਕੁਆਰੀਆਂ ਦੀ ਬਾਡੀ ਕਰਨਗੇ ਕਿਉਂਕਿ ਮੂਰਖ ਕੁਆਰੀਆਂ ਨੂੰ ਇੱਕ ਪ੍ਰੇਰਨਾ ਦੇ ਅਧੀਨ ਆਣਾ ਪਵੇਗਾ ਅਤੇ ਉਹ ਵਿਸ਼ਵਵਿਆਪੀ ਕਲੀਸਿਆ ਵਿੱਚੋਂ ਬਾਹਰ ਆਉਂਦੀਆਂ ਹਨ ਕਿ ਉਹ ਦਰਿੰਦੇ ਦਾ ਨਿਸ਼ਾਨ ਨਹੀਂ ਲੈਂਦੀਆਂ ਕਿਉਂਕਿ ਉਹ ਇਮਾਨਦਾਰ ਅਤੇ ਪਿਆਰ ਕਰਨ ਵਾਲੇ ਲੋਕ ਹਨ ਉਹ ਗਲਤ ਬਪਤਿਸਮਾ ਲੈ ਰਹੇ ਹਨ ਉਹ ਤਿੰਨ ਪਰਮੇਸ਼ਰਾਂ ਵਿੱਚ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਸਿਖਾਇਆ ਗਿਆ ਹੈ ਕਿ ਵਿਲੀਅਮ ਬ੍ਰਾਂਮ ਸ਼ੈਤਾਨ ਹੈ ਪਰ ਉਹ ਲੋਕ ਜਦ ਉਹ ਲਾੜੀ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਸੁਣਦੇ ਹਨ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਅਤੇ ਦਰਿੰਦੇ ਦੇ ਨਿਸ਼ਾਨ ਦਾ ਖੁਲਾਸਾ ਕਰਦੇ ਹੋਏ ਵੇਖਦੇ ਹਨ ਉਹ ਬਾਹਰ ਆਉਣਗੇ ਅਤੇ ਜਦ ਉਹ ਲੱਖਾਂ ਦੀ ਗਿਣਤੀ ਵਿੱਚ ਬਾਹਰ ਆਉਂਦੇ ਹਨ ਤਾਂ ਉਹ ਉਸ ਪ੍ਰੇ ਨਾਲ ਹੇਠ ਹੌਸਲਾ ਪਾਣਗੇ ਹੁਣ ਉਹ ਹੌਸਲਾ ਜੋ ਉਹ ਪ੍ਰਾਪਤ ਕਰਦੀ ਹੈ ਅਤੇ ਪਰਮੇਸ਼ਵਰ ਦੀ ਸ਼ਕਤੀ ਦੀ ਗਵਾਹੀ ਉਸ ਨੂੰ ਖੁਸ਼ਖਬਰੀ ਦੀ ਖਾਤਰ ਸ਼ਹੀਦ ਵਜੋਂ ਮਰਨ ਦੀ ਦਲੇਰੀ ਬਹਾਦਰੀ ਤਾਕਤ ਅਤੇ ਹਿੰਮਤ ਦੇ ਜਾ ਰਿਹਾ ਹੈ ਜਦ ਤੱਕ ਰੈਪਚਰ ਆਪਣਾ ਸਥਾਨ ਨਹੀਂ ਲੈਂਦਾ ਉਹ ਲਾੜੀ ਦੇ ਆਲੇ ਦੁਆਲੇ ਹੀ ਰਹਿਣਗੇ ਮਤੀ 25 ਦੇ ਅਨਸਾਰ ਉਹਨਾਂ ਨੇ ਕਿਹਾ ਸਾਨੂੰ ਆਪਣੇ ਤੇਲ ਵਿੱਚੋਂ ਦਿਓ ਉਹਨਾਂ ਵਿੱਚ ਕਿਸੇ ਚੀਜ਼ ਦੀ ਕਮੀ ਸੀ ਉਹਨਾਂ ਕੋਲ ਰੈਪਚਰ ਵਿੱਚ ਉਠਾਏ ਜਾਣ ਦੇ ਲਈ ਪਵਚਾਤਮੰਦ ਉੰਡੇ ਲੈ ਜਾਣ ਦੀ ਕਮੀ ਸੀ ਅਤੇ ਇਹ ਕਾਰਨ ਕਿ ਇਹ ਵਿਚਾਰੇ ਮਸੀਹੀ ਲੋਕ ਜੋ ਉਹਨਾਂ ਜਥੇ ਬੰਦੀਆਂ ਵਿੱਚ ਸਨ ਅਤੇ ਸੰਦੇਸ਼ ਦੀ ਪਾਲਣਾ ਕਰਦੇ ਹੋਏ ਹੁਣ ਅਸੈਂਬਲੀਆਂ ਵਿੱਚ ਬੈਠੇ ਹਨ ਰੈਪਚਰ ਵਿੱਚ ਨਹੀਂ ਗਏ ਕਿਉਂਕਿ ਉਹਨਾਂ ਦੇ ਕੋਲ ਤੇਲ ਨਹੀਂ ਸੀ ਜੋ ਉਹਨਾਂ ਦੇ ਸਰੀਰਾਂ ਨੂੰ ਬਦਲ ਕੇ ਰੈਪਚਰ ਵਿੱਚ ਲੈ ਜਾਵੇ ਉਹ ਗੈਰ ਜ਼ਬਾਨਾਂ ਵਿੱਚ ਬੋਲੇ ਸਨ ਅਤੇ ਉਹਨਾਂ ਨੇ ਸੋਚਿਆ ਕਿ ਇਹੀ ਉਹ ਹੈ ਉਹ ਆਤਮਾ ਵਿੱਚ ਨੱਚਦੇ ਸਨ ਅਤੇ ਉਹਨਾਂ ਨੇ ਸੋਚਿਆ ਇਹ ਹੀ ਓਸੀ ਉਹਨਾਂ ਨੇ ਯਿਸੂ ਨੂੰ ਕਬੂਲ ਕੀਤਾ ਅਤੇ ਉਹਨਾਂ ਨੇ ਸੋਚਿਆ ਕਿ ਇਹ ਹੀ ਓਸੀ ਪਿਆਰੀ ਭੈਣੋ ਅਤੇ ਭਰਾਵੋ ਮੈਂ ਤੁਹਾਨੂੰ ਸਾਬਤ ਕਰ ਰਿਹਾ ਹਾਂ ਕਿ ਤੁਸੀਂ ਯਿਸੂ ਨੂੰ ਕਬੂਲ ਕਰ ਸਕਦੇ ਹੋ ਅਤੇ ਵਿਪਤਾ ਵਿੱਚੋਂ ਲੰਘ ਸਕਦੇ ਹੋ ਕਿਉਂਕਿ ਇੱਥੇ ਕੁਵਾਰੀਆਂ ਦੇ ਇਹ ਦੋ ਸਮੂਹ ਚਾਤਰ ਅਤੇ ਮੂਰ ਕੁਵਾਰੀਆਂ ਉਹ ਪ੍ਰਭੂ ਨੂੰ ਪਿਆਰ ਕਰਦੇ ਸਨ ਅਤੇ ਉਹ ਪਵਿੱਤਰ ਕੀਤੇ ਗਏ ਲੋਕ ਸਨ ਪਰ ਸਿਰਫ ਇੱਕ ਚੀਜ਼ ਜਿਸ ਨੇ ਫਰਕ ਪੈਦਾ ਕੀਤਾ ਉਹ ਤੇਲ ਸੀ ਜੀ ਹਾਂ ਉਹਨਾਂ ਕੋਲ ਸਭ ਕੁਝ ਸੀ ਸਿਵਾਏ ਉਸ ਪਿਤਾ ਆਤਮਾ ਦੇ ਉੰਡੇਲੇ ਜਾਨ ਦੇ ਜੋ ਉਹਨਾਂ ਨੂੰ ਪੈਂਤੇ ਕੋਸਤੇ ਦਿਨ ਪ੍ਰਾਪਤ ਹੋਇਆ ਸੀ ਅਤੇ ਜਦ ਉਹ ਇਸ ਨੂੰ ਨਹੀਂ ਲੈ ਸਕੇ ਉਹ ਰੈਪਚਰ ਵਿੱਚ ਨਾ ਜਾ ਸਕੇ ਪਰ ਫਿਰ ਕੀ ਹੋਇਆ ਜਦੋਂ ਖਰੀਦਣ ਗਏ ਸਨ ਤਾਂ ਲੜ ਆਇਆ ਅਤੇ ਉਹਨਾਂ ਨੂੰ ਲੈ ਗਿਆ ਜੋ ਤਿਆਰ ਸਨ ਹੁਣ ਧਿਆਨ ਦਿਓ ਜਦੋਂ ਮੂਰਖ ਕੁਆਰੀਆਂ ਆਈਆਂ ਅਤੇ ਉਹਨਾਂ ਨੇ ਖੜਕਾਇਆ ਅਤੇ ਉਹਨਾਂ ਨੇ ਕਿਹਾ ਸਾਨੂੰ ਅੰਦਰ ਆਉਣ ਦੇ ਤਦ ਬਹੁਤ ਦੇਰ ਹੋ ਚੁੱਕੀ ਸੀ ਮੇਰੇ ਭਰਾ ਉਸ ਆਖਰੀ ਘੜੀ ਤੱਕ ਉਹ ਲਾੜੀ ਦੇ ਆਲੇ ਦੁਆਲੇ ਹੋਣਗੇ ਕੀ ਤੁਸੀਂ ਸੋਚਦੇ ਹੋ ਕਿ ਇਹ ਕਿੰਨੀ ਦੁਖਦਾਈ ਗੱਲ ਹੈ ਪਰ ਉਹ ਤੇ ਭੈਣੋ ਜੋ ਮੈਂ ਇੱਥੇ ਕਹਿ ਰਿਹਾ ਹਾਂ ਇਹ ਗੱਲ ਅਜਬਤ ਛੋਟੀ ਜਿਹੀ ਆਪਦੀ ਹੈ ਪਰ ਇਹ ਸਾਡੇ ਭੈਣ ਭਰਾ ਹੋਣਗੇ ਜਿਨ੍ਹਾਂ ਨੇ ਸਮਾਂ ਬਰਬਾਦ ਕੀਤਾ ਚਰਚ ਵਿੱਚ ਆਉਣ ਤੋਂ ਅੰਗੇਲੀ ਕੀਤੀ ਆਪਣੇ ਜੀਵਨ ਦੇ ਪਾਪਾਂ ਨੂੰ ਦੂਰ ਕਰਨ ਤੋਂ ਅੰਗੇਲੀ ਕੀਤੀ ਪਰਮੇਸ਼ੁਰ ਦੇ ਨਾਲ ਚਾਲਾਂ ਖੇਡਦੇ ਰਹੇ ਅਸੈਂਬਲੀਆਂ ਵਿੱਚ ਬੈਠੇ ਕੈਦਖਾਨਿਆਂ ਦੇ ਵਿੱਚ ਜੇਤੇ ਬੰਦੀਆਂ ਵਿੱਚ ਬੈਠੇ ਅਤੇ ਅਫਵਾਹਾਂ ਅਤੇ ਝੂਠਾਂ ਉਤੇ ਚੱਲਦੇ ਰਹੇ ਜਦ ਤੱਕ ਬਹੁਤ देर ਨਹੀਂ ਹੋ ਗਈ। ਅਤੇ ਜਦ ਉਹਨਾਂ ਨੇ ਆਪਣੇ ਆਪ ਨੂੰ ਝੰਡੋੜਿਆ ਤਾਂ ਹੁਣ ਉਹ ਬਾਹਰ ਆਏ ਅਤੇ ਕਹਿਣ ਲੱਗੇ ਸਾਨੂੰ ਆਪਣੇ ਤੇਲ ਵਿੱਚੋਂ ਦਿਓ। ਉਹ ਤੁਹਾਡਾ ਮਤਲਬ ਪਵਿੱਜਾਤਮੰਦ ਉੰਡੇਲੀਆ ਜਣਾ ਆ ਪਹੁੰਚਿਆ ਹੈ। ਅਸੀਂ ਕੁਝ ਲੈਣਾ ਚਾਹੁੰਦੇ ਹਾਂ। ਉਦੋਂ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਉਹ ਤਿਆਰ ਨਹੀਂ ਸਨ। ਪਿਆਰਿਓ ਏ ਤਿਆਰੀ ਕਰਨ ਦਾ ਸਮਾਂ ਹੈ ਛੋਟੇ ਸਾਥੀ ਛੋਟੇ ਪ੍ਰਾ ਛੋਟੀ ਪੈਣ ਇਹ ਤਿਆਰੀ ਕਰਨ ਦਾ ਸਮਾਂ ਹੈ ਕੋਈ ਵੀ ਚੀਜ਼ ਜਿਹਨੂੰ ਤੁਸੀਂ ਜਾਣਦੇ ਹੋ ਜੋ ਤੁਹਾਡੀ ਜ਼ਿੰਦਗੀ ਨੂੰ ਪਰੇਸ਼ਾਨ ਕਰ ਰਹੀ ਹੈ ਭਾਵੇਂ ਇਹ ਕਿੰਨੀ ਵੀ ਯੋਖੀ ਕਿਉ ਨਾ ਹੋਵੇ ਉਸ ਲਈ ਪਛਤਾਪ ਕਰੋ ਉਸ ਚੀਜ਼ ਨੂੰ ਤਲਾਕ ਦਿਓ ਉਸ ਨੂੰ ਦੂਰ ਸੁੱਟ ਦਿਓ ਇਹ ਤੁਹਾਨੂੰ ਕੁਝ ਵੀ ਲਾਭ ਦੇਣ ਨਹੀਂ ਜਾ ਰਹੀ ਹੈ ਜੇ ਤੁਸੀਂ ਸਦੀਪਕ ਜੀਵਨ ਨਾਲੋਂ ਵੱਧ ਭੌਤਿਕ ਚੀਜ਼ਾਂ ਦੀ ਭਾਲ ਕਰ ਰਹੇ ਹੋ ਤਾਂ ਉਸ ਚੀਜ਼ ਨੂੰ ਦੂਰ ਰੱਖੋ ਤੁਸੀਂ ਉਹੀ ਹੋ ਜੋ ਪ੍ਰਚਾਰਕ ਕੋਲ ਰੋਂਦੇ ਹੋਏ ਆਪਣੀ ਛਾਤੀ ਪਿੱਟਦੇ ਹੋਏ ਅਤੇ ਹੁਣ ਪਛਤਾਪ ਕਰਨ ਲਈ ਤਿਆਰ ਹੋਵੋਗੇ ਉਦੋਂ ਬਹੁਤ देर ਹੋ ਚੁੱਕੀ ਹੋਵੇਗੀ ਬੱਚਿਓ ਹੁਣ ਪਛਤਾਪ ਕਰੋ ਮੈਂ ਉਥੇ ਤੁਹਾਡੀ ਮਦਦ ਕਰਨ ਦੇ ਯੋਗ ਨਹੀਂ ਹੋਵਾਂਗਾ ਉਤੇ ਕੋਈ ਵੀ ਸੇਵਾਦਾਰ ਤੁਹਾਡੀ ਮਦਦ ਨਹੀਂ ਕਰ ਸਕੇਗਾ ਹੁਣ ਸਮਾਂ ਹੈ ਇਸ ਨੂੰ ਕਰਨ ਦਾ ਇਹ ਤੁਹਾਡੇ ਜੀਵਨ ਨੂੰ ਸਾਫ਼ ਕਰਨ ਦਾ ਸਮਾਂ ਹੈ ਸੁਣੋ ਸਭ ਹੰਕਾਰੀ ਆਤਮੇ ਹਲੇਮ ਕੀਤੇ ਜਾਣਗੇ ਤੁਹਾਡਾ ਕਮੰਡੀ ਰਵਈਆ ਹੇਠਾਂ ਆਵੇਗਾ ਅਤੇ ਨੀਵਾ ਕੀਤਾ ਜਾਵੇਗਾ ਤੁਸੀਂ ਬੱਚਿਆਂ ਵਾਂਗ ਰੋਗੋਗੇ ਪ੍ਰਭੂ ਅਤੇ ਪੈਣੋ ਮੈਂ ਤੁਹਾਡੇ ਤੋਂ ਬਿਹਤਰ ਚੀਜ਼ਾਂ ਦੀ ਉਮੀਦ ਕਰਦਾ ਹਾਂ ਅਸੀਂ ਇੱਥੇ ਲੰਬੇ ਸਮੇਂ ਤੋਂ ਹਾਂ ਪਰਮੇਸ਼ਵਰ ਦੀ ਕਿਰਪਾ ਨਾਲ ਅਸੀਂ ਜਿੱਤ ਜਾਵਾਂਗੇ ਜੀ ਹਾਂ ਪ੍ਰਭੂ ਆਓ ਪੱਥਰ ਨੂੰ ਦੂਰ ਰੋੜ ਦਿਗੀ ਆਓ ਉਹਨਾਂ ਪੱਥਰਾਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਰੋੜ ਦਈਏ ਜੀ ਹਾਂ ਪਰਮੇਸ਼ਵਰ ਕੋਲੋਂ ਭੀਖ ਮੰਗੋ ਜੇਕਰ ਤੁਹਾਡੇ ਕੋਲ ਇੱਕ ਠੀਠ ਆਤਮਾ ਹੈ ਇਸ ਨੂੰ ਦੂਰ ਕਰਨ ਲਈ ਪਰਮੇਸ਼ਰ ਕੋਲੋਂ ਭੀਖ ਮੰਗੋ ਜੇਕਰ ਤੁਹਾਡੇ ਕੋਲ ਕਮੰਡੀ ਆਤਮਾ ਹੈ ਤਾਂ ਕਹੋ ਪ੍ਰਭੂ ਇਸ ਨੂੰ ਮੇਰੇ ਤੋਂ ਦੂਰ ਲੈ ਜਾ ਪ੍ਰਭੂ ਮੈਂ ਉਸ ਦਿਨ ਉਸ ਝੁੰਡ ਵਿੱਚ ਰਹਿਣਾ ਨਹੀਂ ਚਾਹੁੰਦਾ ਹਾਂ ਇਹ ਜਾਣਨਾ ਕਿ ਮੈਂ ਵਿਪਤਾ ਵਿੱਚੋਂ ਲੰਘਣ ਲਈ ਪਿੱਛੇ ਰਹਿ ਗਿਆ ਹਾਂ ਅਤੇ ਬਾਕੀ ਸਾਰੇ ਭਰਾ ਰੈਪਚਰ ਵਿੱਚ ਚਲੇ ਗਏ ਹਨ ਸਮਾਂ ਕਿੰਨਾ ਭਿਆਨਕ ਹੋਣ ਵਾਲਾ ਹੈ ਪਰਮੇਸ਼ਰ ਮੇਰੇ ਬੱਚਿਆਂ ਨੂੰ ਬਚਾ ਪਰਮੇਸ਼ਰ ਮੇਰੀ ਬੁੱਢੀ ਮਾਂ ਨੂੰ ਬਚਾ ਪਰਮੇਸ਼ਰ ਮੇਰੇ ਭਰਾਵਾਂ ਨੂੰ ਬਚਾ ਅਤੇ ਉਹਨਾਂ ਦੇ ਬੱਚਿਆਂ ਨੂੰ ਬਚਾ ਮੇਰੀ ਪ੍ਰਾਰਥਨਾ ਹੈ हां मेरे प्रावोते पैणो एक भयंकर समय होवेगा मैं इस विच नहीं रह सकदा हे मेरे प्रभु प्रावो अते पैणो प्रवेष का वचन घोषणा करता है के मलाकी 4 5 दे दिना तो बाद खेत विच अजे भी बाडी बाकी है उस दी बाडी 20वीं सदी विच अते हुन खेत विच बाकी बची बाडी 21वीं सदी विच आ गई है हुन मैं बाहर इना पखंडी लोका नु ਅੰਤਰਰਾਸ਼ਟਰੀ ਪੱਧਰ ਤੇ ਪੁੱਛਣਾ ਚਾਹੁੰਦਾ ਹਾਂ ਤੁਸੀਂ ਜੋ ਕਹਿੰਦੇ ਹੋ ਕਿ ਸਭ ਕੁਝ ਖਤਮ ਹੋ ਗਿਆ ਹੈ ਲਹੂ ਕਿਰਪਾ ਦੇ ਸਿੰਘਾਸਨ ਤੋਂ ਹਟ ਗਿਆ ਹੈ ਅਤੇ ਕੋਈ ਹੋਰ ਵਾਦੀ ਨਹੀਂ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ 144000 ਦੇ ਬਾਰੇ ਕੀ ਤੁਹਾਨੂੰ ਇੱਕ ਮਰੇ ਹੋਏ ਬੇਪਰਤੀਤੇ ਹੋਣਾ ਪਵੇਗਾ ਇਜ਼ਰਾਈਲ 144000 ਦੇ ਪ੍ਰਾਸ਼ਿਤ ਕਰਨ ਲਈ ਲਹੂ ਨੂੰ ਸਿੰਘਾਸਨ ਤੇ ਹੋਣਾ ਪਵੇਗਾ ਅਤੇ ਭਾਵੇਂ ਉਹ ਇੱਕ ਵੱਖਰੀ ਸ਼੍ਰੇਣੀ ਵਿੱਚ ਹਨ ਇਹ ਅਜੇ ਵੀ ਵਾਦੀ ਹੈ ਇਹ ਫਿਰ ਵੀ ਇੱਕ ਵੱਡੀ ਹੈ ਇਸ ਲਈ ਸਭ ਕੁਝ ਖਤਮ ਨਹੀਂ ਹੋਇਆ ਹੈ ਜੀ ਹਾਂ ਸਭ ਖਤਮ ਨਹੀਂ ਹੋਇਆ ਹੈ ਨਾਲੇ ਬਾਈਬਲ ਨੇ ਸਾਨੂੰ ਇੱਕ ਵੱਡੀ ਭੀੜ ਬਾਰੇ ਦੱਸਿਆ ਜਿਹਨੂੰ ਕੋਈ ਵੀ ਆਦਮੀ ਗਿਣ ਨਹੀਂ ਸਕਦਾ ਉਸੇ 7ਵੇਂ ਅਧਾਇਏ ਦੇ ਵਿੱਚ ਜੋ 144000 ਦੇ ਬਾਰੇ ਦੱਸਦਾ ਹੈ ਇਹ ਇੱਕ ਵੱਡੀ ਸੰਖਿਆ ਦੀ ਗੱਲ ਕਰਦਾ ਹੈ ਜੋ ਗਿਣੀ ਨਹੀਂ ਜਾ ਸਕਦੀ ਅਤੇ ਉਹ ਅੰਦਰ ਆਏ ਇਹ ਇੱਕ ਵੱਡੀ ਸੀ ਹੁਣ ਜੋ ਲੋਕ ਨਹੀਂ ਸਮਝਦੇ ਉਹ ਇਹ ਹੈ ਜੇ ਜਦੋਂ ਅਸੀਂ ਅੰਤ ਦੇ ਸਮੇਂ ਦੀ ਵਾਢੀ ਦੀ ਗੱਲ ਕਰਦੇ ਹਾਂ ਅਸੀਂ ਇੱਥੇ ਧਰਤੀ ਉੱਤੇ ਮੁਕਤੀ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗੱਲ ਕਰ ਰਹੇ ਹਾਂ ਅਤੇ ਇਸ ਵਿੱਚ ਮੁਰਦਿਆਂ ਦਾ ਜੀਵ ਉਠਣਾ ਸ਼ਾਮਲ ਹੈ ਅਤੇ ਰੈਪਚਰ ਵੀ ਸ਼ਾਮਲ ਹੈ ਕਿਉਂਕਿ ਇਹ ਅੰਤ ਦੇ ਸਮੇਂ ਦੀ ਵਾਢੀ ਹੈ ਇਹ ਮੱਧ ਯੁੱਗਾਂ ਦੀ ਵਾਢੀ ਨਹੀਂ ਹੈ ਜੇਕਰ ਇਹ ਮੱਧ ਯੁੱਗਾਂ ਦੀ ਵਾਢੀ ਸੀ ਤਾਂ ਤੁਸੀਂ ਇਹਨਾਂ ਜਾਣਨ ਨੂੰ ਬੁਲਾਉਂਦੇ ਉਹ ਤੌਬਾ ਕਰਦੇ ਆਪਣਾ ਮਸੀਹੀ ਜੀਵਨ ਬਤੀਤ ਕਰਦੇ ਅਤੇ ਮਰ ਜਾਂਦੇ ਪਰ ਅੰਤ ਦੇ ਸਮੇਂ ਦੀ ਵਾਢੀ ਬਿਲਕੁਲ ਵੱਖਰੀ ਹੈ ਸੰਤ ਸਮੇਦੀ ਬਾਡੀ ਜਿਉਂਦੇ ਮਰਨ ਵਾਲੋ ਕਾਂ ਅਤੇ ਇਸ ਦੇ ਨਾਲ-ਨਾਲ ਕਬਰ ਵਿੱਚ ਹੀਠਾਂ ਗਏ ਹੋਏ ਸੰਤਾਂ ਨੂੰ ਚੁੱਕ ਕੇ ਉਹਨਾਂ ਨੂੰ ਰੈਪਚਰ ਵਿੱਚ ਲੈ ਕੇ ਜਾਣਾ ਹੈ ਇਸ ਲਈ ਇਹ ਮੁਰਦਿਆਂ ਅਤੇ ਜਿਉਂਦਿਆਂ ਦੋਹਾਂ ਦੀ ਬਾਡੀ ਹੈ ਅਤੇ ਇਸ ਦਾ ਸੰਬੰਧ ਤਿੰਨ ਵਰਗ ਦੇ ਲੋਕਾਂ ਨਾਲ ਹੈ ਮੈਂ ਕਹਾਂਗਾ ਗੈਰ ਕੋਮਾਂ ਦੇ ਲੋਕਾਂ ਨਾਲ ਅਤੇ ਇਹ ਕਣਕ ਅਤੇ ਜੰਗਲੀ ਬੂਟੀ ਹਨ ਕਣਕ ਵਿੱਚ ਇੱਕ ਮੁਰਕਵਾਰੀ ਅਤੇ ਇੱਕ ਚਾਤਰਕਵਾਰੀ ਹੈ ਤਾਂ ਕੀ ਤੁਸੀਂ ਉੱਥੇ ਤਿੰਨ ਵਰਗਾਂ ਨੂੰ ਵੇਖ ਰਹੇ ਹੋ ਮੂਰਖ ਕੁਆਰੀਆਂ ਚਾਤਰਕੁਆਰੀਆਂ ਅਤੇ ਜੰਗਲੀ ਬੁਟੀ ਫਿਰ ਗੈਰ ਕੋਮਾ ਤੋਂ ਬਾਹਰ ਇੱਕ ਚੌਥੀ ਸ਼੍ਰੇਣੀ ਹੈ ਜੋ ਕਿ 1,44,000 ਹਨ ਇਹ ਧਰਤੀ ਦੀ ਵਾਡੀ ਹੈ ਅਤੇ ਇਹ ਧਰਤੀ ਉਤੇ ਜਿਉਂਦੇ ਸੰਤਾਂ ਦੇ ਨਾਲ ਨਾਲ ਹੀ ਮਰ ਚੁਕੇ ਸੰਤਾਂ ਦੇ ਨਾਲ ਸੰਬੰਧਿਤ ਹੈ ਅਤੇ ਇਹ ਵਾਡੀ ਹੈ ਇਸ ਲਈ ਇਸ ਨੂੰ ਅੰਤ ਦੇ ਸਮੇਂ ਵਿੱਚ ਹੀ ਹੋਣਾ ਚਾਹੀਦਾ ਹੈ ਜੀ ਹਾਂ ਜੀ ਸ਼੍ਰੀਮਾਨ ਸੋ ਅਸੀਂ ਉੱਥੇ ਇੱਕ ਬਹੁਤ ਵੱਡੀ ਸੰਖਿਆ ਦੇਹ ਹੁਣ ਮਲਾਕੀ 4 ਦੇ ਨਬੀ ਨੇ ਤਸਦੀਕ ਕੀਤੀ ਕਿ ਵੱਢਣ ਲਈ ਅਜੇ ਬਹੁਤ ਫਸਲ ਬਾਕੀ ਹੈ ਉਸਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਉਸ ਦੀਆਂ ਸਾਰੀਆਂ ਸਿੱਖਿਆਵਾਂ ਵਿੱਚ ਉਸ ਦੇ ਸਾਰੇ ਸੰਦੇਸ਼ਾਂ ਵਿੱਚ ਉਸਨੇ ਵਿਲੀਅਮ ਬ੍ਰਾਂਹਮ ਮਲਾਕੀ 4 5 ਨੇ ਬਿਨਾ ਕਿਸੇ ਸ਼ੱਕ ਦੇ ਲਿਖਤਾਂ ਦੁਆਰਾ ਦਰਸ਼ਨਾ ਦੁਆਰਾ ਸੁਪਨਿਆਂ ਦੁਆਰਾ ਅਤੇ ਭੇਖਵਾਣੀਆਂ ਦੁਆਰਾ ਤਸਦੀਕ ਕੀਤੀ ਕਿ ਅਜੇ ਇੱਕ ਵੱਡੀ ਗੀਤੀ ਵਿੱਚ ਫਸਲ ਦੀ ਵਾਢੀ ਹੋਣੀ ਬਾਕੀ ਹੈ ਉਸਨੇ ਇਸ ਗੱਲ ਦੀ ਤਸਦੀਕ ਕੀਤੀ ਸੀ ਅਸੀਂ ਇਸ ਨੂੰ ਸਿੱਧਾ ਠਹਿਰਾਵਾਂਗੇ ਜਿਵੇਂ ਜਿਵੇਂ ਅਸੀਂ ਦੂਜੇ ਸੰਦੇਸ਼ਾਂ ਦੇ ਨਾਲ ਅੱਗੇ ਵਧਾਂਗੇ 21ਵੀਂ ਸਦੀ ਵਿੱਚ ਜਾਨਾਂ ਦੀ ਬਾਡੀ ਪਰਮੇਸ਼ਵਰ ਦੇ ਨਬੀ ਨੇ ਉਹਨਾਂ ਨੂੰ ਭਾਰਤ ਵਿੱਚ ਵੇਖਿਆ ਉਸਨੇ ਉਹਨਾਂ ਨੂੰ ਚੀਨ ਵਿੱਚ ਦੇਖਿਆ ਉਸਨੇ ਕਿਹਾ ਤੁਹਾਡੇ ਕੋਲ ਜਾਪਾਨ ਵਿੱਚ ਇੱਕ ਮਹਾਨ ਬੇਦਾਰੀ ਹੋਵੇਗੀ ਜਿਸ ਬਾਰੇ ਤੁਸੀਂ ਕਦੇ ਸੁਣਿਆ ਹੋਵੇ ਉਸਨੇ ਉਹਨਾਂ ਨੂੰ ਮੈਕਸੀਕੋ ਵਿੱਚ ਦੇਖਿਆ ਸੀ ਅਸੀਂ ਉਹਨਾਂ ਚੀਜ਼ਾਂ ਨੂੰ ਸਿੱਧਾ ਠਹਿਰਾਵਾਂਗੇ ਜਿਵੇਂ ਅਸੀਂ ਅੱਗੇ ਵਧਾਂਗੇ ਇਹ ਪਖੰਡੀ ਸਿੱਧੇ ਤੌਰ ਤੇ ਵਚਨ ਦੇ ਨਾਲ ਟਕਰਾਅ ਦੇ ਵਿੱਚ ਹਨ ਉਹ ਵਿਲੀਅਮ ਬ੍ਰਾਹਮ ਨਾਮਕ ਆਦਮੀ ਦੇ ਨਾਲ ਟਕਰਾਅ ਵਿੱਚ ਹਨ ਉਹ ਪਰਮੇਸ਼ਰ ਦੇ ਵਚਨ ਵਿਲੀਅਮ ਬ੍ਰਾਹਮ ਦੇ ਦਰਸ਼ਨ ਵਿਲੀਅਮ ਬ੍ਰਾਹਮ ਦੀਆਂ ਭੇਖਵਾਨੀਆਂ ਵਿਲੀਅਮ ਬ੍ਰਾਹਮ ਦੀਆਂ ਉਮੀਦਾਂ ਅਤੇ ਲਿਖਤਾਂ ਦੇ ਨਾਲ ਟਕਰਾਅ ਦੇ ਵਿੱਚ ਹਨ ਜੋ ਦੱਸਦੀਆਂ ਹਨ ਕਿ ਫਸਲ ਦੀ ਵਾਢੀ ਅਜੇ ਬਾਕੀ ਹੈ ਕੀ ਤੁਸੀਂ ਜਾਣਦੇ ਹੋ ਕਿ ਸ਼ੈਤਾਨਾਂ ਦੇ ਕੋਲ ਮਨੁੱਖੀ ਰੂਪ ਧਾਰੇ ਹੋਏ ਸ਼ੈਤਾਨਾਂ ਦੇ ਕੋਲ ਉੱਠਣ ਅਤੇ ਇਹ ਕਹਿਣ ਲਈ ਕਿੰਨੀ ਬੇਪ੍ਰਤੀਤੀ ਹੋਵੇਗੀ ਕਿ ਸਭ ਕੁਝ ਖਤਮ ਹੋ ਗਿਆ ਹੈ ਕਲੀਸਿਆ ਵਿੱਚ ਹੋਰ ਕੋਈ ਸਾਂਭਤ ਨਹੀਂ ਆ ਰਹੀ ਹੈ ਅਤੇ ਕੋਈ ਵੀ ਦੁਬਾਰਾ ਨਹੀਂ ਬਚਾਇਆ ਜਾਵੇਗਾ ਤੁਸੀਂ ਨਿਰਾਸ਼ਾਵਾਦੀ ਤੁਸੀਂ ਚੀਜ਼ਾਂ ਦੇ ਉਦਾਸੀ ਵਾਲੇ ਪਾਸੇ ਅਤੇ ਚੀਜ਼ਾਂ ਦੇ ਹਨੇਰੇ ਪੱਖ ਨੂੰ ਦੇਖਦੇ ਹੋ ਇਹ ਕਹਿਣਾ ਕਿ ਜਦੋਂ ਤੋਂ ਮਲਾਕੀ 4 ਅਤੇ ਮੋਹਰਾਂ ਪ੍ਰਗਟ ਕੀਤੀਆਂ ਗਈਆਂ ਸਨ ਪਰਮੇਸ਼ਵਰ ਕੇਵਲ ਵਚਨ ਦੁਆਰਾ ਹੀ ਵੱਡੀ ਕਰਦਾ ਹੈ ਇਹ ਇੱਕ ਕੁਪੰਥ ਹੈ ਕਿਸੇ ਵੀ ਆਦਮੀ ਲਈ ਇਹ ਕਹਿਣਾ ਕਿ ਜਦੋਂ ਤੋਂ ਮਲਾਕੀ 4 ਆਇਆ ਹੈ ਅਤੇ ਉਸਨੇ ਪਰਮੇਸ਼ਵਰ ਦੀ ਸ਼ਕਤੀ ਦਾ ਪ੍ਰਚਾਰ ਅਤੇ ਪ੍ਰਦਰਸ਼ਨ ਕੀਤਾ ਪਰਮੇਸ਼ਵਰ ਨੇ ਫਸਲ ਦੀ ਬਾਡੀ ਸਿਰਫ ਪਰਮੇਸ਼ੀਅਰ ਦੇ ਵਚਨ ਦੁਆਰਾ ਕਰਨ ਲਈ ਆਪਣਾ ਪ੍ਰੋਗਰਾਮ ਬਦਲ ਦਿੱਤਾ ਹੈ ਤੁਸੀਂ ਇੱਕ ਪਖੰਡੀ ਔਰ ਕੁਪੰਥੀ ਹੋ ਜਦੋਂ ਵੀ ਕੋਈ ਵਿਅਕਤੀ ਇਹ ਕਹੇਗਾ ਉਹ ਇਹ ਸੋਚ ਰਿਹਾ ਹੈ ਕਿ ਮਸੀਹ ਨੇ ਮਹਾਨ ਅਧਿਕਾਰ ਨੂੰ ਬਦਲ ਦਿੱਤਾ ਹੈ ਅਤੇ ਉਸ ਨੇ ਮਹਾਨ ਅਧਿਕਾਰ ਨੂੰ ਨਹੀਂ ਬਦਲਿਆ ਹੈ ਇਸ ਮਹਾਨ ਅਧਿਕਾਰ ਨੂੰ ਹਰ ਪ੍ਰਾਣੀ ਤੱਕ ਅਤੇ ਸਾਰੇ ਸੰਸਾਰ ਦੇ ਵਿੱਚ ਸ਼ਕਤੀ ਅਤੇ ਪ੍ਰਦਰਸ਼ਨ ਵਿੱਚ ਲਿਆਂਦਾ ਜਾਵੇਗਾ ਮੈਂ ਇਥੇ ਦੋ ਛੋਟੀਆਂ ਲਿਕਤਾਂ ਦਾ ਹਵਾਲਾ ਦਿੰਦਾ ਹਾਂ ਅਤੇ ਪਹਿਲੀ ਹੈ ਪਹਿਲਾ ਤਸਲੋਨਿਕੀਆਂ 1 ਦੀ 5 ਇਸ ਲਈ ਜੋ ਸਾਡੀ ਖੁਸ਼ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਸੀ ਸਗੋਂ ਸਮਰਥਾ ਨਾਲ ਅਤੇ ਪਵਿੱਤਰ ਆਤਮਾ ਦੇ ਪੂਰੇ ਯਕੀਨ ਨਾਲ ਵੀ ਤੁਹਾਡੇ ਕੋਲ ਪਹੁੰਚੀ ਜਿਵੇਂ ਤੁਸੀਂ ਜਾਣਦੇ ਹੋ ਭਾਈ ਪੌਲਸ ਨੇ ਪਹਿਲਾ ਕੋਰਿੰਥੀਆਂ 2 ਦੀ 1 ਤੋਂ 5 ਵਿੱਚ ਵੀ ਇਹੀ ਕਿਹਾ ਕਿ हे ਪ੍ਰਭੂ ਜਾਂ ਮੈਂ ਤੁਹਾਨੂੰ ਪਰਮੇਸ਼ਰ ਦੀ ਸਾਖੀ ਦੀ ਖਬਰ ਦਿੰਦਾ ਹੋਇਆ ਤੁਹਾਡੇ ਕੋਲ ਆਇਆ ਅਤੇ ਮੇਰਾ ਵਜਨ ਅਤੇ ਮੇਰਾ ਪ੍ਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋ ਆਤਮਾ ਅਤੇ ਸਮਰੱਥਾ ਦੇ ਪਰਮਾਨ ਨਾਲ ਸੀ ਤਾਂ ਜੋ ਤੁਹਾਡੀ ਨੀਚਾ ਮਨੁੱਖਾਂ ਦੀ ਬੁੱਧ ਉਤੇ ਨਹੀਂ ਸਗੋ ਪਰਮੇਸ਼ਰ ਦੀ ਸਮਰੱਥਾ ਉਤੇ ਠਹਿਰੇ ਮੈਂ ਇਸ ਬਾਰੇ ਕਲਿਸੇਕਾਲਨੀ ਕਿਤਾਬ ਵਿੱਚੋਂ ਪੇਜ 250 ਤੋਂ ਭਈ ਬਿਰਣ ਦਾ ਹਵਾਲਾ ਦਿੰਦਾ ਹਾਂ ਸਾਰਦੀਸ ਕਲਿਸੇਕਾਲ ਕਲੀਸੇ ਕਾਲ ਦੀ ਕਿਤਾਬ 7 ਅਧਿਆਇ ਅਤੇ ਉਹ ਲੋਕ ਜੋ ਸੱਚਮੁੱਚ ਯਿਸੂ ਮਸੀਹ ਦਾ ਸ਼ਰੀਰ ਹਨ ਸੱਚੀ ਇਕਲੀਸਿਆ ਉਹੀ ਕੰਮ ਪ੍ਰਗਟ ਕਰਨਗੇ ਜਿਵੇਂ ਕਿ ਯਿਸੂ ਅਤੇ ਪੈਂਤੇਕੋਸ ਦੀ ਕਲੀਸਿਆ ਨੇ ਕੀਤੇ ਸਨ ਕਿਉਂਕਿ ਉਹੀ ਆਤਮਾ ਉਹਨਾਂ ਵਿੱਚ ਹੋਵੇਗਾ ਕੋਈ ਵੀ ਹੋਰ ਕਲੀਸਿਆ ਜਿਸ ਵਿੱਚ ਆਤਮਾ ਅਤੇ ਪ੍ਰਗਟਾਵੇ ਨਹੀਂ ਹਨ ਪਰਮੇਸ਼ਵਰ ਨੂੰ ਹਿਸਾਬ ਦੇਣ ਜਾ ਰਹੀ ਹੈ ਸੋ ਹੁਣ ਇਹ ਬੇਪਰਤੀਤਾ ਕੀ ਕਹਿ ਰਿਹਾ ਹੈ ਇਹ ਪਖੰਡੀ ਕੀ ਕਹਿ ਰਿਹਾ ਹੈ ਇਹ ਨਿਰਾਸ਼ਾਵਾਦੀ ਕੀ ਕਹਿ ਰਿਹਾ ਹੈ ਕਿ ਸਭ ਕੁਝ ਖਤਮ ਹੋ ਗਿਆ ਹੈ ਕਲਿਸਿਆ ਵਿੱਚ ਆਉਣ ਵਾਲੀ ਕੋਈ ਸਮਰਥ ਨਹੀਂ ਹੈ ਕੋਈ ਵੀ ਬਚਾਇਆ ਨਹੀਂ ਜਾ ਸਕਦਾ ਤੁਸੀਂ ਇੱਕ ਸ਼ੈਤਾਨ ਹੋ ਸਿਰਫ ਸ਼ੈਤਾਨ ਹੀ ਇਸ ਤਰ੍ਹਾਂ ਗੱਲਾਂ ਕਰਦਾ ਹੈ ਕੋਈ ਵੀ ਮਨੁੱਖ ਜਦੋਂ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਉਹ ਪਰਮੇਸ਼ਵਰ ਦੇ ਚੁਣੇ ਹੋਏ ਲੋਕਾਂ ਦੀਆਂ ਜਾਨਾਂ ਨੂੰ ਕੈਦ ਵਿੱਚ ਨਰਕ ਦੇ ਘਰ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹ ਇੱਕ ਨਿਰਾਸ਼ਾਵਾਦੀ ਤੋਂ ਵੱਧ ਕੁਝ ਨਹੀਂ ਹੈ ਬਹੁਤ ਸਾਰੇ ਨਿਰਾਸ਼ਾਵਾਦੀ ਪ੍ਰਚਾਰਕਾਂ ਛੋਟੇ ਬੱਚਿਓ ਨਿਰਾਸ਼ਾਵਾਦੀ ਦਾ ਅਰਥ ਹੈ ਉਹ ਮਨੁੱਖ ਜੋ ਚੀਜ਼ਾਂ ਦੇ ਉਦਾਸੀ ਵਾਲੇ ਪੱਖ ਨੂੰ ਵੇਖਦਾ ਹੈ ਇਸ ਤੋਂ ਪਹਿਲਾਂ ਕਿ ਉਹ ਕੁਝ ਵੀ ਕਰਨ ਦੀ ਕੋਸ਼ਿਸ਼ ਕਰੇ ਉਹ ਹਾਰ ਮੰਨ ਲੈਂਦਾ ਹੈ ਮੈਂ ਇਸ ਨੂੰ ਨਹੀਂ ਕਰ ਸਕਦਾ ਹਾਂ ਬੁੱਧੀਮਾਨ ਵਿਅਕਤੀ ਨੇ ਕਿਹਾ ਹੈ ਕਿ ਉਹ ਕਹਿੰਦਾ ਹੈ ਰਾਹ ਵਿੱਚ ਸ਼ੇਰ ਹੈ हे بے ਪ੍ਰਤੀਤੇ ਪਖੰਡੀ ਤੂੰ ਇੱਕ ਨਿਰਾਸ਼ਵਾਦੀ ਹੈ ਜੀ ਹਾਂ ਨਿਰਾਸ਼ਾਵਾਦ ਨੇ ਮਲਾਕੀ 4 ਦੇ ਪੈਰੋਕਾਰਾਂ ਦੇ ਇੱਕ ਵੱਡੇ ਹਿੱਸੇ ਨੂੰ ਨਿਗਲ ਲਿਆ ਹੈ ਅਤੇ ਉੱਥੇ ਇੱਕ ਨਿਰਾਸ਼ਾਵਾਦੀ ਰਵਈਆ ਹੈ ਜੋ ਲੋਕਾਂ ਵਿੱਚ ਪ੍ਰਚਲਿਤ ਹੈ ਤੁਸੀਂ ਕਹਿੰਦੇ ਹੋ ਤੂੰ ਨਿਰਾਸ਼ਾਵਾਦ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ ਪ੍ਰਚਾਰਕ ਤੂੰ ਇਹਨਾਂ ਨਿਰਾਸ਼ਾਵਾਦੀਆਂ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ ਪ੍ਰਚਾਰਕ ਤੂੰ ਇਸ ਨਿਰਾਸ਼ਾਵਾਦੀ ਰਵਈਏ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ ਬੇਪਰਤੀਤੀ ਸ਼ੈਤਾਨ ਦੀ ਬੇਪਰਤੀਤੀ ਇਹ ਪਖੰਡੀ ਬੇਪਰਤੀਤੀ ਨਾਲ ਭਰਿਆ ਹੋਇਆ ਹੈ ਜੀहां ਉਹ ਮੰਬਾ ਸੱਪ ਦੁਆਰਾ ਮਸਾ ਕੀਤਾ ਗਿਆ ਹੈ ਜੋ ਕਲਿਸਿਆ ਨੂੰ ਉਸ ਪਾਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੋਇਆ ਯਰਦਨ ਤੇ ਉਡੀਕ ਰਿਹਾ ਹੈ ਨਿਰਾਸ਼ਾਵਾਦੀ ਰਵਈਆ ਹੁਣ ਪਰਮੇਸ਼ਵਰ ਦਾ نبی ਇਸ ਨੂੰ ਮਿਲਿਆ ਹੁਣ ਤੋਂ ਅਸੀਂ ਇਸ ਨੂੰ ਬੇਪ੍ਰਤੀਤੀ ਕਹਾਂਗੇ ਪਰਮੇਸ਼ਵਰ ਦਾ نبی ਜਥੇ ਬੰਦੀਆਂ ਵਿੱਚ ਇਸ ਬੇਪ੍ਰਤੀਤੀ ਨੂੰ ਮਿਲਿਆ ਅਤੇ ਜਥੇ ਬੰਦੀਆਂ ਵਿੱਚ ਉਹਨਾਂ ਨੇ ਉਸ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਖੁਸ਼ਖਬਰੀ ਦਾ ਪ੍ਰਚਾਰ ਸਾਮਰਥ ਤੋਂ ਬਿਨਾਂ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਕਰਾਮਾਤਾਂ ਦੇ ਦਿਨ ਬੀਤ ਗਏ ਹਨ ਹਾਂ ਉਹਨਾਂ ਨੇ ਕਿਹਾ ਕਿ ਅੱਜ ਦੇ ਲਈ ਹੋਰ ਜ਼ਿਆਦਾ ਰੱਬੀ ਚਿੰਗਾਈ ਨਹੀਂ ਹੈ ਇਹ ਉਸ ਕਿਸਮ ਦੀਆਂ ਆਤਮਾਵਾਂ ਸੰ ਜਿਨ੍ਹਾਂ ਵਿਰੁੱਧ ਭਾਈ ਬ੍ਰਹਮ ਨੇ ਲੜਿਆ ਭਾਈ ਬ੍ਰਹਮ ਨੇ ਉਹਨਾਂ ਜਥੇ ਬੰਦੀਆਂ ਦੇ ਮਰੇ ਹੋਏ ਸਿਧਾਂਤਾਂ ਦੇ ਵਿਰੁੱਧ ਲੜਾਈ ਲੜੀ ਜੋ ਕਹਿੰਦੇ ਹਨ ਇਥੇ ਹੋਰ ਜ਼ਿਆਦਾ ਚਿੰਨ ਨਹੀਂ ਹਨ ਅਤੇ ਹੋਰ ਜ਼ਿਆਦਾ ਅਚੰਬੇ ਨਹੀਂ ਹਨ ਅਤੇ ਹੋਰ ਜ਼ਿਆਦਾ ਚਮਤਕਾਰ ਨਹੀਂ ਹਨ ਖੁਸ਼ਖਬਰੀ ਨੂੰ ਕੇਵਲ ਇੱਕ ਬੋਧਿਕ ਰੂਪ ਵਿੱਚ ਸੰਸਾਰ ਦੁਆਰਾ ਲਿਆ ਜਾਣਾ ਚਾਹੀਦਾ ਹੈ ਸਵੇਰ ਤੋਂ ਹੀ ਭਾਈ ਬ੍ਰਹਮਨ ਦਾ ਇਹ ਵਿਵਾਦ ਸੀ ਉਸਨੇ ਆਪਣੀ ਪੂਰੀ ਤਾਕਤ ਨਾਲ ਇਸ ਦਾ ਮੁਕਾਬਲਾ ਕੀਤਾ ਜੀਹਾਂ ਉਹ ਕਹਿ ਰਹੇ ਸਨ ਕਿ ਕਰਾਮਾਤਾਂ ਦੇ ਬੀ ਚੁੱਕੇ ਹਨ ਉਸਨੇ ਉਹਨਾਂ ਨੂੰ ਖੱ쩌ਰ ਕਿਹਾ ਕੋਈ ਵੀ ਜੋ ਇਸ ਸੰਦੇਸ਼ ਦਾ ਪ੍ਰਚਾਰ ਕਰਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਅੰਤ ਸਮੇਂ ਵਿੱਚ ਪਰਮੇਸ਼ਵਰ ਦੀ ਕਲੀਸਿਆ ਦੇ ਵਿੱਚ ਪਵਿੱਤਰ ਆਤਮਾ ਦੇ ਪ੍ਰਦਰਸ਼ਨ ਅਤੇ ਸ਼ਕਤੀ ਨੂੰ ਨਹੀਂ ਵੇਖਿਆ ਜਾ ਰਹੇ ਹਾਂ ਤੂੰ ਇੱਕ ਖੱ쩌ਰ ਹੈ ਪਰਮੇਸ਼ਵਰ ਦੇ ਨਬੀ ਨੇ ਕਿਹਾ ਕਿ ਇਹ ਡੋਗਲੇ ਖੱ쩌ਰ ਧਰਮ ਸ਼ਾਸਤੀ ਅਤੇ ਖੁਸ਼ਖਬਰੀ ਦੇ ਪ੍ਰਚਾਰਕ ਆਪਣੇ ਕੰਨ ਖੜੇ ਕਰਦੇ ਹਨ ਅਤੇ ਕਹਿੰਦੇ ਹਨ ਕਿ ਕਰਾਮਾਤਾਂ ਦਿਨ ਬੀਤ ਚੁੱਕੇ ਹਨ ਹੀ ਹਾ ਹੀ ਹਾ ਹੀ ਹਾ ਜੀ ਹਾਂ ਅਤੇ ਇਸ ਸੰਦੇਸ਼ ਦੇ ਪੈਰੋਕਾਰਾਂ ਅਤੇ ਇਸ ਸੰਦੇਸ਼ ਦੇ ਪ੍ਰਚਾਰਕਾਂ ਨੇ ਉਹਨਾਂ ਗਧਿਆਂ ਵਾਂਗ ਹੀ ਬੋਲਣਾ ਸ਼ੁਰੂ ਕਰ ਦਿੱਤਾ ਹੈ ਕਲੀਸੀਆ ਕੋਲ ਹੋਰ ਕੋਈ ਸ਼ਕਤੀ ਨਹੀਂ ਆ ਰਹੀ ਹੈ ਸਾਨੂੰ ਸਿਰਫ ਰੈਪਚਰ ਦੀ ਹੀ ਉਡੀਕ ਕਰਨੀ ਹੈ ਤੁਸੀਂ ਇੱਕ ਖੱਜਰ ਤੋਂ ਵੱਧ ਕੇ ਨਹੀਂ ਹੋ ਇਸ ਤਰ੍ਹਾਂ ਨਬੀ ਨੇ ਤੁਹਾਡਾ ਵਰਣਨ ਕੀਤਾ ਹੈ ਜੀ ਹਾਂ ਉਸਨੇ ਉਹਨਾਂ ਨੂੰ ਗਿਰਜਾਂ ਵਜੋਂ ਦਰਸਾਇਆ ਜੋ ਉਕਾਬ ਦੇ ਨਾਲ ਉੱਡ ਨਹੀਂ ਸਕਦੇ ਜੀ ਹਾਂ ਪਰਮੇਸ਼ੁਰ ਦੇ ਬਾਦ ਨੂੰ ਲੈਣਾ ਬਹੁਤ ਔਖਾ ਹੈ ਉਸਨੇ ਇਹਨਾਂ ਬੇਪ੍ਰਤੀਤਿਆ ਨੂੰ ਕਾਂ ਵਜੋਂ ਦਰਸਾਇਆ ਕਿੰਨੇ ਆਮੀਨ ਕਹਿੰਦੇ ਹਨ ਕਲਿਸੇ ਕਹਿੰਦੀ ਹੈ ਆਮੀਨ ਉਸਨੇ ਉਹਨਾਂ ਨੂੰ ਬਾਜ ਵਜੋਂ ਦਰਸਾਇਆ ਜੀ ਹਾਂ ਪਰਮੇਸ਼ੁਰ ਦੀ ਸ਼ਕਤੀ ਵਿੱਚ ਬੇਪ੍ਰਤੀਤੇ ਬਾਈਬਲ ਵਿੱਚ ਕਿਹਾ ਗਿਆ ਹੈ ਕਿ ਇਹ ਮਨੁੱਖ ਆਖਰੀ ਦਿਨਾਂ 'ਚ ਪ੍ਰਗਟ ਹੋਣਗੇ ਜਨਨੇਸ ਅਤੇ ਜੰਬਰੇਸ ਅਤੇ ਅੰਤ ਦੇ ਦਿਨਾਂ ਵਿੱਚ ਇੱਕ ਝੁੰਡ ਪ੍ਰਗਟ ਹੋਵੇਗਾ ਭਗਤੀ ਦਾ ਰੂਪ ਧਾਰ ਕੇ ਵੀ ਉਹ ਪਰਮਵੀਰ ਯਿਸੂ ਦੀ ਸ਼ਕਤੀ ਦੇ ਇਨਕਾਰੀ ਹੋਣਗੇ ਤੂੰ ਇਹਨਾਂ ਤੋਂ ਵੀ ਪਰੇ ਰਹਿ ਕਿ ਬਾਈਬਲ ਸਾਨੂੰ ਪਰੇ ਰਹਿਣ ਦਾ ਹੁਕਮ ਦਿੰਦੀ ਹੈ ਕਲੀਸਾ ਕਹਿੰਦੀ ਹੈ ਆਮੀਨ ਕੋਈ ਵੀ ਆਦਮੀ ਜੋ ਅੱਜ ਉੱਠੇ ਅਤੇ ਸੰਦੇਸ਼ ਵਿੱਚ ਬੁਨਿਆਦੀ ਤੌਰ ਤੇ ਸਹੀ ਹੋਵੇ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਲਵੇ ਅਤੇ ਉਹ ਸਾਰੀਆਂ ਚੀਜ਼ਾਂ ਕਰੇ ਅਤੇ ਇਨਕਾਰ ਕਰੇ ਕਿ ਕਲੀਸਿਆ ਵਿੱਚ ਕਿ ਸ਼ਕਤੀ ਆ ਰਹੀ ਹੈ ਉਹ ਇੱਕ ਬੇਪਤੀਤਾ ਹੈ ਉਹ ਇੱਕ ਪਖੰਡੀ ਹੈ ਉਹ ਝੂਠੀ ਸਿੱਕੇ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਤੁਹਾਨੂੰ ਉਸ ਤੋਂ ਪਰੇ ਰਹਿਣ ਦੀ ਲੋੜ ਹੈ ਬਾਈਬਲ ਇਸ ਨੂੰ ਦੱਸਿਆ ਹੈ ਕਿ ਅਜਿਹੇ ਆਦਮੀ ਨਾਲ ਕੀ ਕਰਨਾ ਹੈ ਪਰੇ ਰਹੋ ਉਹ ਸ਼ੈਤਾਨ ਦੁਆਰਾ ਜਕੜਿਆ ਹੋਇਆ ਹੈ ਮੈਨੂੰ ਇੱਕ ਜੀਉਂਦੇ ਪਰਮੇਸ਼ਰ ਉੱਤੇ ਭਰੋਸਾ ਹੈ ਮੈਂ ਇੱਕ ਜੀਉਂਦੇ ਪਰਮੇਸ਼ਰ ਉੱਤੇ ਵਿਸ਼ਵਾਸ ਕਰਦਾ ਹਾਂ ਮੈਂ ਇੱਕ ਜੀਉਂਦੀ ਖੁਸ਼ਖਬਰੀ ਉੱਤੇ ਵਿਸ਼ਵਾਸ ਕਰਦਾ ਹਾਂ ਜੀ ਹਾਂ ਉਹੀ ਆਤਮੇ ਉਹੀ ਪ੍ਰੇਤ ਉਹ ਸ਼ੈਤਾਨ ਪਰਮੇਸ਼ਵਰ ਦੇ ਨਬੀ ਦੇ ਦਿਨਾਂ ਵਿੱਚ ਉਹਨਾਂ ਨੇ ਉਸ ਦੀਆਂ ਟੇਪਾਂ ਲੈ ਲਈਆਂ ਅਤੇ ਉਹਨਾਂ ਨੂੰ ਕੱਟ ਕੇ ਹਿੱਸਿਆਂ ਵਿੱਚ ਵੰਡ ਦਿੱਤਾ ਤਾਂ ਜੋ ਉਹ ਉਹ ਗੱਲਾਂ ਕਹੇ ਜੋ ਗਲਤ ਹਨ ਟੇਪਾਂ ਦੇ ਕੱਟ ਕੇ ਟੁਕੜੇ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਹਿੱਸੇ ਨੂੰ ਕੱਟ ਕੇ ਇਸ ਨੂੰ ਜੋੜਦੇ ਹੋ ਅਤੇ ਤੁਸੀਂ ਦੂਜੀ ਟੇਪ ਤੋਂ ਥੋੜਾ ਜਿਹਾ ਹਿੱਸਾ ਕੱਟ ਕੇ ਉੱਥੇ ਪਾ ਦਿੰਦੇ ਹੋ ਅਤੇ ਅਗਲੇ ਥੋੜੇ ਹਿੱਸੇ ਨੂੰ ਕੱਟ ਦਿੰਦੇ ਹੋ ਜਦੋਂ ਤੁਸੀਂ ਇੱਕ ਟੇਪ ਬਣਾਉਂਦੇ ਹੋ ਤੁਸੀਂ ਉਸ ਆਦਮੀ ਨੂੰ ਪਰਮੇਸ਼ਵਰ ਦੇ ਵਚਨ ਦੇ ਉਲਟ ਹਰ ਕਿਸਮ ਦੀਆਂ ਗੱਲਾਂ ਕਹਿੰਦਿਆਂ ਪੇਸ਼ ਕਰਦੇ ਹੋ ਉਹ ਜਾਣਦਾ ਸੀ ਕਿ ਇਹ ਗਲਤ ਹੈ ਅਤੇ ਇਹ ਉਹ ਲੋਕ ਸਨ ਜੋ ਇਸ ਸੰਦੇਸ਼ ਦੀ ਪਾਲਣਾ ਵੀ ਕਰਦੇ ਸਨ ਇਹ ਉਸ ਬੇਪਰਤੀਤੀ ਨੂੰ ਦਸਾਉਂਦਾ ਹੈ ਜੋ ਉਹਨਾਂ ਵਿੱਚ ਸੀ ਜੀ ਹਾਂ ਉਹ ਆਤਮੇ ਜਿਨ੍ਹਾਂ ਨੇ ਟੇਪਾਂ ਨੂੰ ਕੱਟਿਆ ਸੀ ਉਹੀ ਆਤਮੇ ਅੱਜ ਲੋਕਾਂ ਦੇ ਉੱਤੇ ਹਨ ਜੋ ਹੁਣ ਸੰਦੇਸ਼ ਨੂੰ ਕੱਟ ਰਹੇ ਹਨ ਜੇ ਉਹ ਟੇਪਾਂ ਨੂੰ ਕੱਟਣ ਲਈ ਇਨੇ ਦਲੇਰ ਸਨ ਤਾਂ ਕਿ ਉਹ ਸ਼ੈਤਾਨ ਉਹਨਾਂ ਨੂੰ ਸੰਦੇਸ਼ ਅਖੰਡ ਨਹੀਂ ਕਰਨ ਦੇਵੇਗਾ ਅਤੇ ਉਹ ਕਹਿਣ ਦੇਵੇਗਾ ਜੋ ਸੰਦੇਸ਼ ਨਹੀਂ ਕਹਿ ਰਿਹਾ ਹੈ ਹਾਂ ਇਹੋ ਹੀ ਸ਼ੈਤਾਨ ਹੈ ਇਸ ਲਈ ਹੁਣ ਉਹ ਸੰਦੇਸ਼ ਨੂੰ ਮਰੋੜਦੇ ਹਨ ਅਤੇ ਉਹ ਆਪਣੀ ਸਿੱਖਿਆ ਦੇ ਅਨੁਸਾਰ ਬਾਈਬਲ ਨੂੰ ਮਰੋੜਦੇ ਹਨ ਅਤੇ ਉਹ ਭਾਈ ਬ੍ਰਾਹਮ ਨੂੰ ਕੁਝ ਇਦਾਂ ਦਾ ਕਹਿੰਦੇ ਆ ਪੇਸ਼ ਕਰਦੇ ਹਨ ਜੋ ਉਹ ਨਹੀਂ ਕਹਿਣਾ ਚਾਹੁੰਦਾ ਸੀ ਹੁਣ ਕਲੀਸਿਆ ਦੇ ਉਠਾਈ ਜਾਂ ਤਾਂ ਠੀਕ ਪਹਿਲਾਂ ਇਸ ਨਿਰਾਸ਼ਾਵਾਦ ਦੀ ਇੱਥੇ ਹੋਣ ਦੀ ਪੇਖਵਾਨੀ ਕੀਤੀ ਗਈ ਸੀ ਅਤੇ ਉਸ ਨੇ ਯਰਦਨ ਤੇ ਇੰਤਜ਼ਾਰ ਕਰ ਰਹੇ ਇੱਕ ਮੰਬਾ ਸੱਪ ਦਾ ਦਰਸ਼ਨ ਵੇਖਿਆ ਕੀ ਤੁਹਾਨੂੰ ਪਤਾ ਹੈ ਕਿ ਉਸ ਮੰਬਾ ਸੱਪ ਦਾ ਵਰਣਨ ਕਿਸ ਤਰ੍ਹਾਂ ਕੀਤਾ ਗਿਆ ਸੀ ਬੇਪਰਤੀਤੀ ਮੈਂ ਕਿਹਾ ਬੇਪਰਤੀਤੀ ਇਹ ਬੇਪਰਤੀਤੀ ਜਿਸ ਦੀ ਮੈਂ ਇਸ ਪਖੰਡੀ ਵਿੱਚ ਗੱਲ ਕਰ ਰਿਹਾ ਹਾਂ ਇਹ ਬੇਪਰਤੀਤੀ ਜਿਸ ਦੀ ਮੈਂ ਇਸ ਝੂਠੀ ਸਿੱਖਿਆ ਵਿੱਚ ਗੱਲ ਕਰ ਰਿਹਾ ਹਾਂ ਇਹ ਬੇਪਰਤੀਤੀ ਜੋ ਆਖਦੀ ਹੈ ਸਭ ਕੁਝ ਖਤਮ ਹੋ ਚੁੱਕਾ ਹੈ ਇਹ ਬੇਪਰਤੀਤੀ ਜੋ ਕਹਿ ਰਹੀ ਹੈ ਲਹੂ ਕਿਰਪਾ ਦੇ ਸੰਗਾਸਨ ਤੋਂ ਹਟ ਗਿਆ ਹੈ ਇੱਕ ਮੰਬਾ ਸੱਪ ਹੈ ਇਹ ਇੱਕ ਸ਼ੈਤਾਨ ਹੈ ਜੋ ਕਲਿਸਿਆ ਨੂੰ ਨਿਰਾਸ਼ ਕਰਨ ਪਰਮੇਸ਼ਵਰ ਦੇ ਲੋਕਾਂ ਨੂੰ ਨਿਰਾਸ਼ ਕਰਨ ਅਤੇ ਉਹਨਾਂ ਨੂੰ ਕੈਦ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਯਰਦਨ ਤੇ ਬੈਠਾ ਇੱਕ ਮੰਬਾ ਸੱਪ ਹੈ ਅਤੇ ਸਭ ਤੋਂ ਵੱਧ ਇਹ ਮੰਬਾ ਸੱਪ ਕਲਿਸਿਆ ਨੂੰ ਫੇਰ ਤੋਂ ਇੱਕ ਵਾਰ ਕੋਈ ਤਾਰਤਮਨ ਦੇ ਉੰਡੇਲੇ ਜਾਨ ਵਿੱਚ ਜਾਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਧਰਤੀ ਇੱਕ ਹੋਰ ਪ੍ਰਾਤਮਾ ਦੇ ਉੰਡੇਲੇ ਜਾਨ ਨੂੰ ਦਰਸਾਉਂਦੀ ਹੈ ਕਿ ਹੁਣ ਕੀ ਤੁਸੀਂ ਵੇਖਦੇ ਹੋ ਕਿ ਪਰਮੇਸ਼ਰ ਦੇ ਬਚਨ ਕਿੰਨਾ ਸੰਪੂਰਨ ਹੈ ਪਰਮੇਸ਼ਰ ਦੀ ਸ਼ਕਤੀ ਦਾ ਇਨਕਾਰ ਕਰਦੇ ਹੋਇਆਂ ਇਹ ਠੀਕ ਇੱਥੇ ਬੈਠਾ ਹੈ ਜੀ ਹਾਂ ਸੋ ਇਹ ਇੱਕੋ ਹੀ ਆਤਮਾ ਹੈ ਪਰਮੇਸ਼ਰ ਦੇ ਨਬੀ ਉਹਨਾਂ ਆਤਮੀਆਂ ਨਾਲ ਲੜਿਆ ਕੋਈ ਵੀ ਆਦਮੀ ਜੋ ਇਸ ਸੰਦੇਸ਼ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿਣ ਲਈ ਮਰੋੜੇਗਾ ਮੇਰੇ ਭਰਾ ਇਹ ਕੁਫਰ ਹੈ ਕੋਈ ਵੀ ਆਦਮੀ ਜੋ ਪਰਮੇਸ਼ਵਰ ਦੇ ਵਾਅਦੇ ਨੂੰ ਲੈਂਦਾ ਹੈ ਅਤੇ ਇਸ ਨੂੰ ਬੀਤੇ ਹੋਏ ਦਿਨਾਂ ਵਿੱਚ ਰੱਖ ਛੱਡਦਾ ਹੈ ਉਹ ਮਸੀਹ ਵਿਰੋਧੀ ਹੈ। ਇਹ ਹੀ ਹੈ ਜੋ ਸੰਦੇਸ਼ਵਾਕ ਨੇ ਕਿਹਾ ਅਤੇ ਮੈਂ ਇਸ ਦਾ ਵਿਸ਼ਵਾਸ ਕਰਦਾ ਹਾਂ। ਜੀ ਹਾਂ ਤੁਸੀਂ ਇਸ ਨੂੰ ਬੀਤੇ ਹੋਏ ਦਿਨਾਂ ਵਿੱਚ ਰੱਖ ਛੱਡਿਆ ਹੈ। ਸਾਰੀ ਵਾਡੀ 20ਵੀਂ ਸਦੀ ਵਿੱਚ ਸੀ। ਸਾਰੇ ਚਮਤਕਾਰ 20ਵੀਂ ਸਦੀ ਵਿੱਚ ਸਨ। 20ਵੀਂ ਸਦੀ ਵਿੱਚ ਸਾਰਿਆਂ ਜਾਨਾਂ ਨੂੰ ਬਚਾਇਆ ਗਿਆ। ਇਸ 21ਵੀਂ ਸਦੀ ਵਿੱਚ ਕੁਝ ਵੀ ਹੋਣ ਵਾਲਾ ਨਹੀਂ ਹੈ। ਤੁਸੀਂ ਇੱਕ ਮੰਬਾ ਸੱਪ ਹੋ। ਜੀ ਹਾਂ। ਤੁਸੀਂ ਇੱਕ ਨਿਰਾਸ਼ਾਵਾਦੀ ਹੋ ਚੀਜ਼ਾਂ ਦੇ ਉਦਾਸੀ ਵਾਲੇ ਪਾਸੇ ਵੱਲ ਵੇਖ ਰਹੇ ਹੋ ਜੀ ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਉਸੇ ਤਰ੍ਹਾਂ ਸੁਣੋ ਜਿਵੇਂ ਮੈਂ ਇਹਨੂੰ ਇੱਥੇ ਕਹਿ ਰਿਹਾ ਹਾਂ ਜਦੋਂ ਇਹ ਬਾਹਰ ਜਾਂਦਾ ਹੈ ਇਹ ਟੇਪ ਬਾਹਰ ਵੀ ਜਾ ਰਹੀ ਹੈ ਜੀ ਹਾਂ ਤੁਸੀਂ ਇਸ ਨੂੰ ਇਸੇ ਤਰ੍ਹਾਂ ਹੀ ਸੁਣੋਗੇ ਨਿਰਾਸ਼ਾਵਾਦ ਬੇਪਰਤੀ ਯਰਦੰਤੇ ਮੰਬਾ ਸੱਪ ਇੱਥਾਂ ਬੈਠਾ ਹੈ ਅਤੇ ਮੂਸਾ ਦੇ ਜੀ ਉੱਠਣ ਦੀ ਉਡੀਕ ਕਰ ਰਿਹਾ ਹੈ ਬੈਠ ਕੇ ਭਾਈ ਬ੍ਰਹਮਦੇਵ ਜੀ ਉੱਠਣ ਦੀ ਉਡੀਕ ਕਰ ਰਿਹਾ ਹੈ। हे ਮੂਰਤੀ ਪੂਜਕ ਮਨੁੱਖ ਦਾ ਪੁੱਤਰ ਇੱਥੇ ਹੈ ਤੇ ਦਾਤੀ ਤਿਆਰ ਕਰ ਰਿਹਾ ਹੈ। ਜੀ ਹਾਂ ਇਸ ਲਈ ਅਗਲੀ ਵਾਰ ਤੁਸੀਂ ਭਾਈ ਬ੍ਰਹਮਨ ਨੂੰ ਉਦੋਂ ਵੇਖੋਗੇ ਜਦੋਂ ਦਾਤੀ ਉਸ ਨੂੰ ਮਨੁੱਖ ਦੇ ਪੁੱਤਰ ਦੀ ਪ੍ਰੇਰਣਾ ਦੁਆਰਾ ਉੱਪਰ ਲੈ ਕੇ ਆਉਂਦੀ ਹੈ। ਜੀ ਹਾਂ ਨਿਰਾਸ਼ਾਵਾਦ ਬੇਪਰਤੀਤੀ ਯਰਦਨ ਤੇ ਮੰਬਾਸਕ ਜਦੋਂ ਵੀ ਇੱਕ ਆਦਮੀ ਪੁਨਰ ਉਥਾਨ ਦੀ ਸਿੱਖਿਆ ਵਿੱਚ ਵਿਸ਼ਵਾਸ ਕਰਦਾ ਹੈ ਉਹ ਸ਼ੈਤਾਨ ਦੁਆਰਾ ਜਕੜਿਆ ਹੋਇਆ ਹੈ। ਤੁਸੀਂ ਬੈਠੇ ਹੋ ਅਤੇ ਭਾਈ ਬ੍ਰਹਮਣ ਦੇ ਜੀ ਉੱਠਣ ਦੀ ਉਡੀਕ ਕਰ ਰਹੇ ਹੋ ਤੁਸੀਂ ਇੱਕ ਮੂਰਤੀ ਪੂਜਕ ਹੋ ਜੀ ਹਾਂ ਅਧਿਕ ਕਿਉਂਕਿ ਮੈਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੈ ਰੇਡੀਓ ਤੇ ਮੇਰੇ ਸਾਥੀ ਸ਼ਾਇਦ ਮੈਨੂੰ ਦੁਬਾਰਾ ਨਾ ਸੁਣਨ ਜੀ ਹਾਂ ਪਰ ਮੈਨੂੰ ਕੀ ਪਰਵਾਹ ਹੈ ਉਹ ਦੋਵੇਂ ਭਾਈ ਬ੍ਰਹਮਣ ਦੇ ਜੀ ਉੱਠਣ ਵਿੱਚ ਵਿਸ਼ਵਾਸ ਕਰਦੇ ਹਨ ਕਿ ਉਹ ਆਪਣੀ ਸੇਵਕਾਇ ਨੂੰ ਪੂਰਾ ਕਰਨ ਲਈ ਇੱਥੇ ਵਾਪਸ ਆ ਰਿਹਾ ਹੈ ਇਹ ਮਸੀ ਦੀ ਲਾੜੀ ਵਿੱਚ ਕੀਤਾ ਜਾਵੇਗਾ యేసుਮਸੀ ਅਜੇ ਵੀ ਜਿਉਂਦਾ ਹੈ ਜੀ ਹਾਂ ਅਤੇ ਸਚਾਈ ਅਜੇ ਵੀ ਅੱਗੇ ਵੱਧ ਰਹੀ ਹੈ ਜੀ ਹਾਂ ਸ਼੍ਰੀਮਾਨ ਜ਼ਰੂਰ ਮੈਂ ਉਹੀ ਬੁਲਾਵਾਂਗਾ ਜੋ ਪਰਮੇਸ਼ਰ ਨੇ ਮੇਰੇ ਮੂੰਹ ਵਿੱਚ ਪਾਇਆ ਹੈ ਕੋਈ ਵੀ ਆਦਮੀ ਮੈਨੂੰ ਕਾਬੂ ਨਹੀਂ ਕਰ ਸਕਦਾ ਰੇਡੀਓ ਹੋਵੇ ਜਾਂ ਰੇਡੀਓ ਨਾ ਹੋਵੇ ਮੇਰੇ ਭਾਈ ਗਲਤ ਗਲਤ ਹੈ ਅਤੇ ਸਹੀ ਸਹੀ ਹੈ ਜੀ ਹਾਂ ਪੁਨਰ ਉਥਾਨ ਦੀ ਸਿੱਖਿਆ ਸ਼ੈਤਾਨ ਤੋਂ ਹੈ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮਸੀਹ ਜਿਉਂਦਾ ਹੈ ਅਤੇ ਉਹ ਕਲੀਸਿਆ ਦੀ ਅਗਵਾਈ ਕਰ ਰਿਹਾ ਹੈ ਅਸੀਂ ਇੱਕ ਮਰੀ ਹੋਈ ਆਦਮੀ ਦੀ ਉਡੀਕ ਨਹੀਂ ਕਰ ਰਹੇ ਹਾਂ ਮੁਰਦੇ ਹੀ ਮੁਰਦਿਆਂ ਨੂੰ ਉਡੀਕਦੇ ਹਨ ਜੀ ਸ਼ਰੀਮਾਨ ਮੁਰਦਿਆਂ ਨੂੰ ਉਹਨਾਂ ਦੇ ਮੁਰਦੇ ਦਫਨਾਣ ਦਿਓ ਯਿਸੂ ਨੇ ਆਖਿਆ ਤੁਸੀਂ ਆਓ ਅਤੇ ਮੇਰੇ ਪਿੱਛੇ ਚੱਲੋ ਅਸੀਂ ਉਹਦੇ ਪਿੱਛੇ ਚੱਲ ਰਹੇ ਹਾਂ ਇਹ ਪਖੰਡੀ ਜਥੇ ਬੰਦੀਆਂ ਦੀ ਇਸੇ ਮਰੀ ਹੋਈ ਸਿੱਖਿਆ ਦਾ ਸਮਰਥਨ ਕਰਦੇ ਹਨ ਕੋਈ ਹੋਰ ਸ਼ਕਤੀ ਨਹੀਂ ਕੋਈ ਹੋਰ ਚਿੰਨ ਨਹੀਂ ਕੋਈ ਹੋਰ ਅਚੰਬੇ ਨਹੀਂ ਉਹ ਉਸ ਮੁਰਦਾ ਸਿੱਖਿਆ ਦਾ ਸਮਰਥਨ ਕਰਦੇ ਹਨ ਇਹ ਆਤਮਾ ਜਿਥੇ ਬੰਦੀਆਂ ਤੋਂ ਸੰਦੇਸ਼ ਵਿੱਚ ਆਇਆ ਜੀ ਹਾਂ ਪਰ ਇੱਥੇ ਇੱਕ ਚਲਾਕ ਸੁਖਮ ਮੰਬਾ ਸੱਪ ਦੇ ਰੂਪ ਵਿੱਚ ਆਇਆ ਜੀ ਹਾਂ ਜਦੋਂ ਵੀ ਤੁਸੀਂ ਪਰਮੇਸ਼ਵਰ ਦੀ ਸ਼ਕਤੀ ਦਾ ਇਨਕਾਰ ਕਰਦੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਚਮਤਕਾਰਾਂ ਦੇ ਦਿਨ ਬੀ ਚੁੱਕੇ ਹਨ ਕੋਈ ਹੋਰ ਅੱਬੀ ਚਿੰਗਾਈ ਨਹੀਂ ਹੈ ਕਲਿਸਿਆ ਇੱਥੇ ਹੁਣ ਇਸੇ ਰੂਪ ਵਿੱਚ ਰੈਪਚਰ ਵਿੱਚ ਜਾ ਰਹੀ ਹੈ ਫਸਲ ਬਿਨਾਂ ਸ਼ਕਤੀ ਚਿੰਨ ਅਤੇ ਅਚੰਬਿਆਂ ਦੇ ਵੱਢੀ ਜਾ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਚਮਤਕਾਰਾਂ ਦਿਨ ਬੀ ਚੁੱਕੇ ਹਨ ਇੱਕ ਮੰਬਾ ਸੱਪ ਦੇ ਰੂਪ ਵਿੱਚ ਬਿਲਕੁਲ ਆਦਨ ਦੇ ਵਾਲਾ ਸਰਪ ਦੇ ਵਾਂਗ ਜੀ ਹਾਂ ਤੁਸੀਂ ਇਜ਼ਰਾਈਲ ਦੇ ਵਾਂਗ ਪਰਮੇਸ਼ੁਰ ਦੇ ਇਸਪੁਤਰਾਤਮਾ ਦੇ ਉੰਡੇਲੇ ਜਾਨ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹੋ ਸ਼ੈਤਾਨ ਉਹਨਾਂ ਨੂੰ ਯਰਦਨ ਕੰਢੇ ਮਿਲਿਆ ਸੀ ਅਤੇ ਉਸ ਨੇ ਕ੍ਰਿਸਤਿਆਨ ਨੂੰ ਉਸ ਪਾਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜੀ ਹਾਂ ਇਹ ਪਖੰਡੀ ਕਹਿ ਰਹੇ ਹਨ ਕਿ ਪਿਛਲੀ ਬਾਰਿਸ਼ ਪਹਿਲਾਂ ਹੀ ਹੋ ਚੁੱਕੀ ਹੈ ਕਿ ਉਹ ਨਹੀਂ ਜਾਣਦੇ ਕਿ ਪਿਛਲੀ بارش ਵਾਢੀ ਦੀ بارش ਹੈ ਅਤੇ ਕੀ ਤੁਸੀਂ ਨਹੀਂ ਜਾਣਦੇ ਕਿ ਜਦੋਂ ਤੱਕ ਪਿਛਲੀ بارش ਨਹੀਂ ਹੁੰਦੀ ਤੁਹਾਡੇ ਕੋਲ ਵਾਢੀ ਨਹੀਂ ਹੋ ਸਕਦੀ ਹੁਣ ਆਓ ਮੈਂ ਤੁਹਾਨੂੰ ਸਾਬਤ ਕਰ ਰਿਹਾ ਹਾਂ ਕਿ ਫਸਲ ਦੀ ਵਾਢੀ ਅਜੇ ਬਾਕੀ ਹੈ ਮੇਰੇ ਭਰਾ ਬੀਜ ਪਹਿਲੀ بارش ਵਿੱਚ ਬੀਜੇ ਗਏ ਸਨ ਅਤੇ ਹੁਣ ਫਸਲ ਦੀ ਵਾਢੀ ਕਰਨ ਲਈ ਵਾਢੀ ਦਾ ਮੀਂਹ ਪੈਣਾ ਜ਼ਰੂਰੀ ਹੈ ਇਹੀ ਹੈ ਜੋ ਪਰਮੇਸ਼ਵਰ ਜਾਨ ਨੇ ਕੋਸ਼ਿਸ਼ ਕੀਤਾ ਅਤੇ ਵਾਢੀ ਦੀ بارش ਅਜੇ ਤੱਕ ਨਹੀਂ ਹੋਈ ਹੈ ਕਿਉਂਕਿ ਇਹ 35 ਤੋਂ 30 ਦਿਨ ਬਾਅਦ ਪੋਤਰਾਤਮੰਦ ਇੱਕ ਵਾਰ ਹੋਰ ਉੰਡਿਲੇ ਜਾਣਾ ਹੈ ਤੁਸੀਂ ਇਸ ਵਾੜੀ ਨੂੰ ਉਦੋਂ ਤੱਕ ਨਹੀਂ ਦੇਖੋਗੇ ਜਦੋਂ ਤੱਕ ਤੁਸੀਂ ਪੋਤਰਾਤਮੰਦ ਇੱਕ ਹੋਰ ਵਹਾ ਨਹੀਂ ਦੇਖਦੇ ਸਿਰਫ ਉਹੀ ਸਮਾਂ ਹੈ ਜਦ ਤੁਸੀਂ ਫਸਲ ਦੀ ਵਾੜੀ ਦੇਖੋਗੇ ਇਸ ਤੋਂ ਪਹਿਲਾਂ ਕਿ ਤੁਸੀਂ ਵਾੜੀ ਹਾਸਲ ਕਰੋ ਤੁਹਾਡੇ ਕੋਲ ਵਾੜੀ ਦੀ بارش ਹੋਣੀ ਜ਼ਰੂਰੀ ਹੈ ਯੂਐਲ 2 ਦੇ ਵਿੱਚ ਇਹ ਪੇਖਵਾਨੀ ਕੀਤੀ ਗਈ ਹੈ ਯੂਐਲ ਦੂਸਰਾ ਦੇ ਹੈ 23 ਤੋਂ ਉਨਤੀ ਆਇਤ ਹੇ ਸਿਓਨ ਦੇ ਪੁੱਤਰੋ ਯਹਵਾ ਆਪਣੇ ਪਰਮੇਸ਼ਰ ਵਿੱਚ ਖੁਸ਼ੀ ਮਨਾਓ ਅਤੇ ਆਨੰਦ ਹੋਵੋ ਕਿਉਂ ਜੋ ਉਹਨੇ ਤੁਹਾਡੇ ਸੁੱਖ ਲਈ ਪਹਿਲੀ ਬਾਰਿਸ਼ ਦਿੱਤੀ ਉਹਨੇ ਤੁਹਾਡੇ ਲਈ ਪਹਿਲੀ ਅਤੇ ਪਿਛਲੀ ਬਾਰਿਸ਼ ਵਰ੍ਹਾਈ ਜਿਵੇਂ ਪਹਿਲਾਂ ਹੁੰਦਾ ਸੀ ਖਲਵਾੜੇ ਅੰਨ ਨਾਲ ਭਰ ਜਾਣਗੇ ਅਤੇ ਚਬੱਚੇ ਮੈਂ ਔਰ ਤੇਲ ਨਾਲ ਉਛਲਣਗੇ ਜਿਨਿਆਂ ਵਰਿਆਂ ਦਾ ਸਲਾ ਨਹੀਂ ਖਾਦਾ ਇੰਨਿਆਂ ਨੂੰ ਮੈਂ ਤੁਹਾਨੂੰ ਮੋੜ ਦੇਵਾਂਗਾ ਟਿੱਡੀ ਹੁੰਜਾ ਫੇਰ ਅਤੇ ਟੋਕਾ ਮੇਰੀ ਵੱਡੀ ਫੌਜ ਜਿਹੜੀ ਮੈਂ ਤੁਹਾਡੇ ਉੱਤੇ ਕੱਲੀ ਤੁਸੀਂ ਲੈ ਕੇ ਖਾਓਗੇ ਅਤੇ ਰਜੋ ਜਾਓਗੇ ਤੁਸੀਂ ਯਹਵਾ ਆਪਣੇ ਪਰਮੇਸ਼ੁਰ ਦਾ ਨਾਮ ਸਲਾਹੋਗੇ ਜਿਸ ਨੇ ਤੁਹਾਡੇ ਨਾਲ ਅਚਰਜ ਵਰਤਾਓ ਕੀਤਾ ਅਤੇ ਮੇਰੀ ਪ੍ਰਜਾ ਫੇਰ ਕਦੇ ਲਜਵਾਨ ਨਾ ਹੋਵੇਗੀ ਤੁਸੀਂ ਜਾਣੋਗੇ ਕਿ ਮੈਂ ਇਜ਼ਰਾਈਲ ਦੇ ਵਿਚਕਾਰ ਹਾਂ ਅਤੇ ਮੈਂ ਹੀ ਯਹਵਾ ਤੁਹਾਡਾ ਪਰਮੇਸ਼ੁਰ ਹਾਂ ਅਤੇ ਕੋਈ ਹੋਰ ਨਹੀਂ ਸੋ ਮੇਰੀ ਪ੍ਰਜਾ ਫੇਰ ਕਦੇ ਲਜਵਾਨ ਨਾ ਹੋਵੇਗੀ ਇਹਦੇ ਮਗਰੋਂ ਇੰ样 ਹੋਵੇਗਾ ਕਿ ਮੈਂ ਆਪਣਾ ਆਤਮਾ ਸਾਰੇ ਸ਼ਰੀਰਾਂ ਉਤੇ ਵਹਾਵਾਂਗਾ ਅਤੇ ਤੁਹਾਡੇ ਪੁੱਤਰ ਔਰ ਤੁਹਾਡੀਆਂ ਤੀਆਂ ਅਗਮ ਵਾ ਕਰਨਗੇ ਤੁਹਾਡੇ ਬੁੱਢੇ ਸੁਪਨੇ ਵੇਖਣਗੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਨਾਲੇ ਮੈਂ ਦਾਸਾਂ ਔਰ ਦਾਸੀਆਂ ਉਤੇ ਉਹਨੇ ਦਿਨ ਦਿਨਾ ਆਪਣਾ ਆਤਮਾ ਵਹਾਵਾਂਗਾ ਭਈ ਬ੍ਰਹਮ ਦਾ ਇਕਵਾਲਾ 18 ਮਾਰਚ 1928 ਸਨ ਬੋਲਿਆ ਹੋਇਆ ਵਚਨ ਹੀ ਮੂਲ ਪੀਚ ਹੈ ਹੁਣ ਉਹ ਜੋ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਪਿਛਲੀ بارش ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਬਕਵਾਸ ਕਿਉਂ ਪਿਛਲੀ بارش ਸੰਸਾਰ ਤੇ ਹੁਣ ਜਾ ਫਿਰੇਗੀ ਮਰੀਮ ਦਾ ਵਿਸ਼ਵਾਸ 21 ਜਨਵਰੀ 1961 ਸਨ ਨਬੀ ਨੇ ਕਿਹਾ ਕਿ ਉਹ ਤੇ ਪਹਿਲੀ بارش ਅਤੇ ਪਿਛਲੀ بارش ਹੋਵੇਗੀ ਪਿਛਲੀ بارش ਵਿੱਚ ਪਹਿਲੀ ਅਤੇ ਪਿਛਲੀ بارش ਦੋਵੇਂ ਇਕੱਠੀਆਂ ਹੋਣਗੀਆਂ ਵਿਸ਼ਵ ਪਦਰਤੇ ਇੱਕ ਮਹਾਨ ਕਲੀਸੀਆ ਜੋ ਸੰਸਾਰ ਦੇ ਇੱਕ ਪਾਸੇ ਤੋਂ ਲੈ ਕੇ ਸੰਸਾਰ ਦੇ ਦੂਜੇ ਪਾਸੇ ਤੱਕ ਹੁੰਜਾ ਫੇਰੇਗੀ ਮਹਾਨ ਸੰਦੇਸ਼ ਮਹਾਨ ਚਿੰਨ ਅਤੇ ਅਚੰਬੇ ਇਸ ਕਲੀਸੀਆ ਦੁਆਰਾ ਪੂਰੇ ਕੀਤੇ ਜਾਣਗੇ ਦਾਨੀਏਲ ਨੇ ਕਿਹਾ ਕਿ ਉਹ ਲੋਕ ਜੋ ਉਸ ਦਿਨ ਆਪਣੇ ਪਰਮੇਸ਼ਰ ਨੂੰ ਜਾਣਨਗੇ ਉਹ ਬਲਵਾਨ ਹੋਣਗੇ ਅਤੇ ਵੱਡੇ ਕੰਮ ਕਰਨਗੇ ਇਹ ਬਿਲਕੁਲ ਉਹੀ ਹੈ ਜਿੱਥੇ ਅਸੀਂ ਅੱਜ ਦੇ ਦਿਨ ਵਿੱਚ ਰਹਿ ਰਹੇ ਹਾਂ ਸੋ ਇਹ ਬੇਪ੍ਰਤੀਤੀ ਕੀ ਕਹਿੰਦੀ ਹੈ ਕਿ ਹੁਣ ਕੋਈ ਪਿਛਰਾਤਮਨ ਦਾ ਵਹਾਇਆ ਜਾਣਾ ਨਹੀਂ ਹੈ ਕੋਈ ਪਿਛਲੀ بارش ਦਾ ਆਉਣਾ ਨਹੀਂ ਹੈ ਕੋਈ ਬਾਡੀ ਦੀ بارش ਦਾ ਆਉਣਾ ਨਹੀਂ ਹੈ ਉਹ ਕਹਿੰਦੇ ਹਨ ਕਿ ਤੀਜੀ ਖੇਚ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਟੈਂਟ ਵਿਜ਼ਨ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਤੁਸੀਂ ਬੇਪਰਤੀ ਤੇ ਤੁਸੀਂ ਮੰਬਾ ਸੱਪ ਲਾੜੀ ਦੀ ਬਦਾਰੀ ਪਹਿਲਾਂ ਹੀ ਵਾਪਰ ਚੁੱਕੀ ਹੈ ਬੇਪਰਤੀ ਦੀ ਨਾਲ ਪਰੇ ਹੋਏ ਤੁਸੀਂ ਯਰਦਨ ਦੇ ਕਿਨਾਰੇ ਇੱਕ ਮੰਬਾ ਸੱਪ ਹੋ ਜੀ ਸ਼੍ਰੀਮਾਨ ਉਹਨਾਂ ਜਾਣਾਂ ਦਾ ਕੀ ਹੋਵੇਗਾ ਜੋ ਅਫਰੀਕਾ ਵਿੱਚ ਹਨ ਕੀ ਤੁਸੀਂ ਉਹਨਾਂ ਨੂੰ ਮੈਦਾਨ ਵਿੱਚ ਹੀ ਛੱਡਣਾ ਚਾਹੁੰਦੇ ਹੋ? ਕਲਕੱਤਾ ਭਾਰਤ ਵਿੱਚ 3 ਲੱਖ ਲੋਕਾਂ ਦਾ ਕੀ ਹੋਵੇਗਾ? ਤੁਸੀਂ ਬੇਪਰਤੀ ਤੇ ਤੁਸੀਂ ਉਹਨਾਂ ਨੂੰ ਮੈਦਾਨ ਵਿੱਚ ਹੀ ਛੱਡਣਾ ਚਾਹੁੰਦੇ ਹੋ? ਜਾਪਾਨ ਦਾ ਕੀ ਹੋਵੇਗਾ? ਚੀਨੀਆਂ ਦਾ ਕੀ ਹੋਵੇਗਾ? 1.4 ਅਰਬ ਚੀਨੀ ਤੁਸੀਂ ਮੈਨੂੰ ਦੱਸਣਾ ਚਾਹੁੰਦੇ ਹੋ ਕਿ ਪਰਮੇਸ਼ਰ ਇੱਕ ਚੀਨੀ ਆਦਮੀ ਨੂੰ ਬਚਾਉਣ ਨਹੀਂ ਜਾ ਰਿਹਾ ਹੈ? ਮੈਂ ਪਰਮੇਸ਼ਰ ਤੇ ਭਰੋਸਾ ਕਰਦਾ ਹਾਂ। ਤੁਸੀਂ ਮੈਨੂੰ ਦੱਸਣਾ ਚਾਹੁੰਦੇ ਹੋ ਕਿ ਪਰਮੇਸ਼ਰ ਮੈਕਸੀਕੋ 'ਚ ਉਹਨਾਂ ਬੱਚਿਆਂ ਨੂੰ ਨਹੀਂ ਬਚਾਵੇਗਾ? 2 ਨਿਰਾਸ਼ਾਵਾਦੀ, ਤੂੰ ਬੇਪਰਤੀਤੀ ਬੱਕਰੀ ਜੀ ਸ਼੍ਰੀਮਾਨ ਤੁਸੀਂ ਪਰਮੇਸ਼ਰ ਦੇ ਵਾਅਦਿਆਂ ਦੀ ਗਲਤ ਵਿਆਖਿਆ ਕਰਨ ਲਈ ਨਬੀ ਦੇ ਸ਼ਬਦਾਂ ਨੂੰ ਤੋੜਦੇ ਮਰੋੜਦੇ ਹੋ। ਮੈਂ ਤੁਹਾਨੂੰ ਇੱਥੇ ਨਮੂਨਿਆਂ ਵਿੱਚ ਦੋ ਵੱਡੀਆਂ ਵਿਖਾਵਾਂਗਾ। ਉੱਥੇ موسی ਦੁਆਰਾ ਇੱਕ ਵਾੜੀ ਕੀਤੀ ਗਈ ਅਤੇ ਉਹ ਲੋਕਾਂ ਨੂੰ ਨਿਸ਼ਾਨਾਂ, ਅਚੰਬਿਆਂ ਅਤੇ ਕਰਾਮਾਤਾਂ ਦੁਆਰਾ ਮਿਸਰ ਵਿੱਚੋਂ ਲਿਆਇਆ ਸੀ। ਅਤੇ ਉਸ ਦੇ ਕੋਲ ਅੱਗ ਦਾ ਇੱਕ ਖੰਭਾ ਸੀ ਅਤੇ ਉਸ ਦੇ ਕੋਲ ਦੋ ਨਿਸ਼ਾਨ ਸਨ। ਕੀ ਇਹ موسی ਦੇ ਅਧੀਨ ਵਾੜੀ ਸੀ? ਮੰਡਲੀ ਕਹਿੰਦੀ ਹੈ, "ਆਮੀਨ।" ਇਹ ਇੱਕ ਵਾੜੀ ਸੀ। ਇਹ 7ਵੇਂ ਦਿਨ ਦੀ ਵਾੜੀ ਸੀ। ਪਰ ਉੱਥੇ ਇੱਕ ਸਮਾਂ ਆਇਆ ਜਦੋਂ ਮੰਬਾ ਸੱਪ ਦਾ ਆਦੇਸ਼ ਵਰਨਿਆਂ ਵਿੱਚ ਵਿਖਾਈ ਦਿੱਤਾ। ਉੱਥੇ ਇੱਕ ਹੋਰ ਵਾਢੀ ਹੋਈ ਅਤੇ ਉਹ ਵਾਢੀ ਯੋਸ਼ੂਆ ਦੁਆਰਾ ਹੋਈ ਅਤੇ ਉਹ ਵਾਢੀ ਉਹਨਾਂ ਨੂੰ ਸਿੱਧਾ ਯਰਦਨ ਦੇ ਪਾਰ ਉਸ ਵਾਅਦਾ ਕੀਤੇ ਦੇਸ਼ ਵਿੱਚ ਲੈ ਗਈ। ਅੰਤ ਸਮੇਂ ਦੀਆਂ ਦੋ ਵਾਢੀਆਂ ਹਨ। ਇੱਕ ਪ੍ਰਕਾਸ਼ੀ ਪੋਥੀ 10 ਦੀ 7 ਦੁਆਰਾ ਅਤੇ ਇੱਕ ਪ੍ਰਕਾਸ਼ੀ ਪੋਥੀ 10 ਦੀ 1 ਦੁਆਰਾ। ਮਸੀਹ ਮਨੁੱਖ ਦਾ ਪੁੱਤਰ ਪ੍ਰਗਟ ਹੋਇਆ वचन ਇੱਕ موسی ਦੁਆਰਾ ਅਤੇ ਇੱਕ ਯੋਸ਼ੂਆ ਦੁਆਰਾ। ਯੋਸ਼ੂਆ ਪਵਿੱਤਾ ਆਤਮਾ ਹੈ ਯੋਸ਼ੂਆ ਯਿਸੂ ਮਸੀਹ ਹੈ ਅਤੇ ਯੋਸ਼ੂਆ ਉਹ ਹੈ ਜੋ ਬੱਦਲ ਉਤੇ ਬੈਠਾ ਹੈ ਪਰਮੇਸ਼ਵਰ ਦੀ ਮਹਿਮਾ ਹੋਵੇ ਜੀ ਹਾਂ ਅਤੇ ਉਹ ਫਸਲ ਵਡਣ ਅਤੇ ਲੋਕਾਂ ਨੂੰ ਵਾਅਦਾ ਕੀਤੇ ਦੇਸ਼ ਵਿੱਚ ਭੇਜਣ ਲਈ ਬੱਦਲ ਵਿੱਚ ਇੱਥਾਂ ਆਇਆ ਕਿੰਨੇ ਹੁਣ ਉਹਨਾਂ ਦੋ ਵਾਰਡੀਆਂ ਨੂੰ ਵੇਖਦੇ ਹਨ ਪलीसੈ ਕਹਿੰਦੀ ਹੈ ਆਮੀਨ ਇੱਕ 20ਵੀਂ ਸਦ ਲਈ ਅਤੇ ਦੂਜੀ 21ਵੀਂ ਸਦ ਲਈ ਪਰਮੇਸ਼ਵਰ ਦੀ ਵਡਿਆਈ ਹੋਵੇ ਮੈਂ ਆਪਣੇ ਸਾਰੇ ਦਿਲ ਨਾਲ ਆਪਣੀ ਸਾਰੀ ਜਾਨ ਨਾਲ ਅਤੇ ਆਪਣੇ ਸਾਰੇ ਮਨ ਨਾਲ ਵਿਸ਼ਵਾਸ ਕਰਦਾ ਹਾਂ ਜੀ ਸ਼੍ਰੀਮਾਨ ਸੋਹਣ ਅਸੀਂ ਇੱਥੇ ਹਾਂ ਬੱਚਿਓ ਇਸ ਵੱਡੀ ਦੀ ਯਿਸੂ ਮਸੀਹ ਦੀ ਦੁਲਨ ਵਿੱਚ ਸਾਰ ਦਿੱਤੀ ਗਈ ਹੈ ਅਤੇ ਇਹ ਮੁਰਦਾ ਸਿੱਖਿਆ ਇਸ ਨੂੰ ਸਾਡੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਆਦਮੀ ਦੀ ਕਿਤਾਬ ਵਿੱਚ ਲਿਖੀ ਬਕਵਾਸ ਨੂੰ ਸੁਣੋ ਮੈਂ ਇਸਨੇ ਇੱਕ ਮੁਰਦਾ ਸਿੱਖਿਆ ਦੀ ਕਿਤਾਬ ਆਖਦਾ ਹਾਂ ਉਹਨਾਂ ਨੇ ਇਹ ਦਰਸਾਉਣ ਲਈ ਕਿ ਸਭ ਕੁਝ ਖਤਮ ਹੋ ਗਿਆ ਹੈ ਲਹੂ ਕਿਰਪਾ ਦੇ ਸੰਗਾਸਨ ਤੋਂ ਹਟ ਗਿਆ ਹੈ ਤੀਜੀ ਖੇਚ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਟੈਂਟ ਵਿਜ਼ਨ ਪਹਿਲਾਂ ਹੀ ਹੋ ਚੁੱਕਾ ਹੈ ਹਰ ਛੋਟੀ ਜਿਹੀ ਚੀਜ਼ ਨੂੰ ਚੁਣਿਆ ਜੋ ਨਕਾਰਾਤਮਕ ਜਾਪਦੀ ਸੀ ਅਤੇ ਫਿਰ ਉਹ ਇੱਥੇ ਇੱਕ ਸਵਾਲ ਪੁੱਛਦੇ ਹਨ ਕਿ ਤੁਸੀਂ ਕੁਝ ਮਹਾਨ ਵਾਪਰਨ ਦੀ ਭਾਲ ਕਰ ਰਹੇ ਹੋ ਜੀ ਹਾਂ ਤੂੰ ਇੱਕ ਹੱਥ ਧਰਮੀ ਹੈ ਜੀ ਹਾਂ ਪਰਮੇਸ਼ਵਰ ਦੇ ਸਾਰੇ ਵਾਅਦੇ ਜੋ ਉਸਨੇ ਕੀਤੇ ਹਨ ਪੂਰੇ ਹੋਣਗੇ ਹੁਣ ਉਹ ਹਵਾਲਾ ਸੁਣੋ ਜੋ ਉਹਨਾਂ ਨੇ ਇਹ ਸਾਬਤ ਕਰਨ ਲਈ ਦਿੱਤਾ ਕਿ ਕਿਸੇ ਨੂੰ ਵੀ ਕੁਝ ਮਹਾਨ ਵਾਪਰਨ ਦੀ ਪਾਲ ਕਰਨੀ ਨਹੀਂ ਚਾਹੀਦੀ ਇਹਨੂੰ ਸੁਣੋ ਟੂੜੀ ਦੇ ਨਾਲ ਬੀਜ ਵਾਰਸ ਨਹੀਂ ਹੈ 3 ਫਰਵਰੀ 1965 ਪੈਂਟਕੋਸਟਲ ਨੇ ਕਿਹਾ ਉਹ ਇਥੇ ਇੱਕ ਮਹਾਨ ਘਟਨਾ ਵਾਪਰਨ ਜਾ ਰਹੀ ਹੈ ਇਹ ਵਾਪਰ ਰਹੀ ਹੈ ਅਤੇ ਉਹ ਇਸ ਨੂੰ ਨਹੀਂ ਜਾਣਦੇ ਇਹ ਹੀ ਗੱਲ ਹੈ ਦੇਖਾ ਜਿ ਜੀ ਸ਼ਰੀਮਾਨ ਜਿੱਥੇ ਲੋਥ ਹੈ ਉੱਥੇ ਓਕਾਬ ਇਕੱਠੇ ਹੋਣਗੇ ਇਹ ਓਨਾ ਹੀ ਪੱਕਾ ਹੈ ਜਿੰਨਾ ਇਸ ਸੰਸਾਰ ਹੈ ਇਹ ਉਹੀ ਹੈ ਜੋ ਇਸਨੇ ਕਿਹਾ ਹੈ ਲੋਥ ਕੀ ਹੈ ਵਚਨ ਉਹ ਵਚਨ ਹੈ ਲੋਥ ਹੈ ਮਸੀਹ ਤੁਹਾਡੇ ਵਿੱਚ ਮਸੀਹ ਜੋ ਕੱਲ ਅੱਜ ਅਤੇ ਜੁਗਾ ਜੁ ਇੱਕੋ ਜਾ ਹੈ ਮੈਂ ਕਿਵੇਂ ਜਿੱਤ ਸਕਦਾ ਹਾਂ 25 ਅਗਸਤ 1930 ਸੰਮ ਮਹਾਨਤਾ ਹਲੀਮੀ ਵਿੱਚ ਪ੍ਰਗਟ ਹੁੰਦੀ ਹੈ ਅਸਲ ਹਲੀਮੀ ਤੁਹਾਨੂੰ ਇੰਨਾ ਹਲੀਮ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਕਦੇ ਵੀ ਪਰਮੇਸ਼ਰ ਤੋਂ ਸ਼ਕਤੀ ਦੀ ਮੰਗ ਕਰਨੀ ਨਹੀਂ ਚਾਹੀਦੀ ਠੀਕ ਹੈ ਆਪਣੀ ਮੁਰਦਾ ਹਾਲਤ ਦੇ ਨਾਲ ਸੰਤੁਸ਼ਟ ਰਹੋ ਮੌਰਾਤੇ ਸਵਾਲ ਤੇ ਜਵਾਬ 24 ਮਾਰਚ 1963 ਸੰਨ ਕੀ ਰੈਪਚਰ ਤੋਂ ਪਹਿਲਾਂ ਮਸੀਹ ਦੀ ਦੁਲਹਨ ਦੀ ਕੋਈ ਸੇਵਕਾ ਹੋਵੇਗੀ ਯਕੀਨਨ ਇਹੀ ਹੈ ਜੋ ਇਸ ਵੇਲੇ ਚੱਲ ਰਹੀ ਹੈ ਦੇਖਿਆ ਮਸੀਹ ਦੀ ਦੁਲਹਨ ਯਕੀਨਨ ਇਹ ਸਮੇ ਦਾ ਸੰਦੇਸ਼ ਹੈ ਵੇਖਿਆ ਮਸੀਹ ਦੀ ਦੁਲਹਨ ਯਕੀਨਨ ਉਹ ਰਸੂਲਾਂ ਨਬੀਆਂ ਉਸਤਾਦਾਂ ਪ੍ਰਚਾਰਕਾਂ ਦੇ ਪਾਸ ਬਾਨਾ ਦੀ ਬਣੀ ਹੋਵੇਗੀ ਕੀ ਇਹ ਸਹੀ ਹੈ ਇਹ ਮਸੀਹ ਦੀ ਲਾੜੀ ਹੈ ਯਕੀਨਨ ਉਸ ਨੂੰ ਇੱਕ ਸੇਵਕਾ ਹੀ ਮਿਲੀ ਹੈ ਮਹਾਨ ਸੇਵਕਾਈ ਇਹ ਸਮੇਂ ਦੀ ਸੇਵਕਾਈ ਹੈ ਇਹ ਬਹੁਤ ਸਧਾਰਨਤਾ ਵਿੱਚ ਹੋਵੇਗੀ ਸਵਾਲ ਅਤੇ ਜਵਾਬ 30 ਅਗਸਤ 1964 ਸਨ ਕੀ ਲਾੜੀ ਦੇ ਚਲੇ ਜਾਣ ਤੋਂ ਪਹਿਲਾਂ ਉਸ ਵੱਲੋਂ ਪ੍ਰਤਿਰਾਤਮਾ ਦਾ ਕੋਈ ਪ੍ਰਦਰਸ਼ਨ ਚਿੰਨ ਅਚੰਬ्य ਅਤੇ ਚਮਤਕਾਰ ਕੀਤੇ ਜਾਣਗੇ ਜਾਂ ਕੀ ਅਸੀਂ ਸਿਰਫ ਉਸ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੇ ਹਾਂ ਕੀ ਉੱਥੇ ਕੋਈ ਚਮਤਕਾਰ ਹੋਣਗੇ ਜੋ ਲਾੜੀ ਦੁਆਰਾ ਕੀਤੇ ਜਾਣਗੇ ਜੀ ਹਾਂ ਸ੍ਰੀਮਾਨ ਇਹ ਹੁਣੇ ਕੀਤਾ ਜਾ ਰਿਹਾ ਹੈ ਇਹ ਸਹੀ ਹੈ ਦੇਖਿਆ ਪਰ ਕਿਸੇ ਅਜੇਹੀ ਮਹਾਨ ਚੀਜ਼ ਦੀ ਪਾਲਣਾ ਕਰੋ ਜਾਂ ਆਕਾਸ਼ਾਂ ਨੂੰ ਥੱਲੇ ਲਿਆਉਣਾ ਅਤੇ ਆਕਾਸ਼ਾਂ ਨੂੰ ਬੰਦ ਕਰਨਾ ਮੀਨਾ ਪਵੇ ਇਹ ਹੁਣ ਯਹੂਦੀਆਂ ਵਿੱਚ ਜਾਂਦਾ ਹੈ ਦੇਖਿਆ ਇਹ ਇਸ ਨਾਲ ਬਿਲਕੁਲ ਹੀ ਸਬੰਧਤ ਨਹੀਂ ਹੈ ਇਹ ਯਹੂਦੀਆਂ ਲਈ ਮੂਸਾ ਅਤੇ ਏਲੀਆ ਹਨ ਇਸ ਕ੍ਰਿਸਚੀਅਨ ਲਈ ਬਿਲਕੁਲ ਨਹੀਂ ਹੁਣ ਉਪਰੋਕਤ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਜਾਣ ਬੁੱਝ ਕੇ ਇਹ ਸ਼ਬਦ ਛੱਡ ਦਿੱਤੇ ਕੀ ਉੱਥੇ ਚਮਤਕਾਰ ਹੋਣਗੇ ਜੋ ਲਾੜੀ ਦੁਆਰਾ ਕੀਤੇ ਜਾਣਗੇ ਦਾਨੀਅਲ ਦੇ 17 ਅਪ੍ਰੈਲ 6 ਅਗਸਤ 1961 ਸੰਮ ਹੁਣ ਸਾਡੇ ਜ਼ਿਆਦਾਤਰ ਪੈਂਟਿਕੋਸਟਲ ਭਰਾ ਜੋ ਮੈਂ ਪਹਿਲਾਂ ਟੇਪ ਤੇ ਕਿਹਾ ਸੀ ਕਿ ਉਹ ਇਸ ਨਾਲ ਅਸਹਿਮ ਥਣ ਉਹ ਕਿਸੇ ਮਹਾਨ ਸ਼ਕਤੀਸ਼ਾਲੀ ਚੀਜ਼ ਦੇ ਆਪਰਨ ਦੀ ਭਲ ਕਰ ਰਹੇ ਹਨ ਅਤੇ ਮੇਰੇ ਭਰਾਵੋ ਜੇਕਰ ਤੁਸੀਂ ਸੱਚਮੁੱਚ ਨੇੜੇ ਤੋਂ ਸੁਣੋਗੇ ਅਤੇ ਨਹੀਂ ਅਤੇ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਮਹਾਨ ਸ਼ਕਤੀਸ਼ਾਲੀ ਚੀਜ਼ ਲੰਘ ਗਈ ਹੈ ਯਿਸੂ ਵਾਪਸ ਹੋਣ ਲਈ ਤਿਆਰ ਹੈ ਯਿਸੂ ਵੱਲ ਤੱਕੋ 29 ਦਸੰਬਰ 1963 ਸਾਲ ਤੀਜੇ ਦੀ ਸਹੀ ਢੰਗ ਨਾਲ ਪਛਾਣ ਕੀਤੀ ਗਈ ਹੈ ਦੇਖਿਆ ਤੀਜੀ ਮੋਹਰ 20 ਮਾਰਚ 1963 ਸਾਲ ਅਤੇ ਫਿਰ ਆਖਰੀ ਘੜੀ ਵਿੱਚ ਇਸ ਸ਼ਖਸ ਨੇ ਆਉਣਾ ਹੈ ਅਤੇ ਗੱਲ ਨੂੰ ਪ੍ਰਗਟ ਕਰਨਾ ਹੈ ਦੇਖਿਆ ਲਿਖਤਾ ਨੂੰ ਚੁੱਕੋ ਇਸ ਦੀ ਸਹੀ ਪਛਾਣ ਹੋ ਜਾਵੇਗੀ ਹਾਂ ਜੀ ਸ਼੍ਰੀਮਾਨ ਅਤੇ ਹੁਣ ਇਹ ਕੋਈ ਬਹੁਤ ਮਹਾਨ ਅਤੇ ਵੱਡੀ ਗੱਲ ਨਹੀਂ ਹੋਵੇਗੀ ਇਥੇ ਬਾਈਬਲ ਵਿੱਚ ਅਜਿਹਾ ਲੱਗਦਾ ਹੈ ਕਿ ਇਹ ਕੁਝ ਵੱਡਾ ਹੋਵੇਗਾ। 3 ਸੀ ਮੋਹਰ ਪੇਜ 9 ਹੁਣ ਇਹ ਦੋ ਉਪਰੋਕਤ ਹਵਾਲੇ ਪੜ੍ਹਨ ਲਈ ਕੱਟ ਦਿੱਤੇ ਗਏ ਸਨ ਅਤੇ ਫਿਰ ਆਖਰੀ ਘੜੀ ਵਿੱਚ ਇਸ ਸ਼ਖਸ ਨੇ ਆਉਣਾ ਹੈ ਅਤੇ ਗੱਲ ਨੂੰ ਪ੍ਰਗਟ ਕਰਨਾ ਹੈ। ਦੇਖਿਆ ਲਿਖਤਾਂ ਚੁੱਕੋ ਇਸ ਦੀ ਸਹੀ ਪਛਾਣ ਹੋ ਜਾਵੇਗੀ। ਤੀਜੇ ਦੀ ਸਹੀ ਪਛਾਣ ਕੀਤੀ ਗਈ। ਯਿਸੂ ਵੱਲ ਤੱਕੋ ਪੇਜ 6। ਹਾਂ ਸ਼੍ਰੀਮਾਨ ਅਤੇ ਹੁਣ ਇਹ ਹੁਣ ਕੋਈ ਬਹੁਤ ਮਹਾਨ ਅਤੇ ਵੱਡੀ ਗੱਲ ਨਹੀਂ ਹੋਵੇਗੀ ਇਥੇ ਬਾਈਬਲ ਵਿੱਚ ਅਜਿਹਾ ਲੱਗਦਾ ਹੈ ਕਿ ਇਹ ਕੁਝ ਵੱਡਾ ਹੋਵੇਗਾ ਈਸਟ ਦੀ ਮੋਹਰ 10 ਅਪ੍ਰੈਲ 1965 ਸਨ हे ਆਤਮਾ ਨਾਲ ਪਰੇ ਹੋਈ ਲੋਕੋ ਕਿ ਤੁਸੀਂ ਨਹੀਂ ਦੇਖ ਸਕਦੇ ਕੁਝ ਹੋਣ ਵਾਲਾ ਹੈ ਕਿਸੇ ਮਹਾਨ ਵਿਸ਼ਾਲ ਵਿਸ਼ਵਵਿਆਪੀ ਚੀਜ਼ ਦੀ ਭਾਲ ਨਾ ਕਰੋ ਪ੍ਰਭੂ ਯਿਸੂ ਦੇ ਆਉਣ ਤੋਂ ਇਲਾਵਾ ਕੁਝ ਨਹੀਂ ਮੁਰਦਿਆਂ ਦਾ ਜੀ ਉੱਠਣਾ ਹੁਣ ਨੇੜੇ ਹੈ ਮੋਹਰਾਂ ਤੇ ਸਵਾਲ ਤੇ ਜਵਾਬ 24 ਮਾਰਚ 1963 ਹੁਣ ਆਓ ਸਾਰੇ ਮਿਲ ਕੇ ਇਸ ਨੂੰ ਕਹੀਏ ਅਸੀਂ ਮੰਡਲੀ ਕਹਿੰਦੀ ਹੈ ਅਸੀਂ ਕਿਸੇ ਵੱਡੀ ਚੀਜ਼ ਲਈ ਕਿਸੇ ਵੱਡੀ ਚੀਜ਼ ਲਈ ਨਹੀਂ ਤੱਕਦੇ ਨਹੀਂ ਤੱਕਦੇ ਪਰ ਯਿਸੂ ਮਸੀਹ ਦੇ ਨਾਮ ਵਿੱਚ ਪਰ ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਉਸ ਦੇ ਵਾਅਦੇ ਨੂੰ ਹਾਸਲ ਕਰਦੇ ਹਾਂ ਅਸੀਂ ਉਸ ਦੇ ਵਾਅਦੇ ਨੂੰ ਹਾਸਲ ਕਰਦੇ ਹਾਂ ਇਹ ਇਸ ਦਾ ਨਿਰਪਟਾਰਾ ਕਰਦਾ ਹੈ ਇਹ ਇਸ ਨੂੰ ਖਤਮ ਕਰਦਾ ਹੈ ਉਹਨਾਂ ਨੇ ਹੁਣ ਇਹ ਹਵਾਲਾ ਮੋਹਰਾਂ ਦੀ ਕਿਤਾਬ ਵਿੱਚੋਂ ਇੱਕ ਚੰਗਾਈ ਸਭਾ ਤੋਂ ਲਿਆ ਜਿੱਥੇ ਨਬੀ ਰੱਬੀ ਚੰਗਾਈ ਦੀ ਗੱਲ ਕਰ ਰਿਹਾ ਸੀ ਲੋਕਾਂ ਨੂੰ ਸਿਖਾ ਰਿਹਾ ਸੀ ਕਿ ਉਹਨਾਂ ਨੂੰ ਚੰਗਾਈ ਲਈ ਵਿਸ਼ਵਾਸ ਕਿਵੇਂ ਕਰਨਾ ਹੈ ਪਰ ਇਹਨਾਂ ਤਰਜਮਾ ਧਨ ਵਾਲਿਆਂ ਨੇ ਜਾਣ ਬੁਝ ਕੇ ਪਹਿਲੀਆਂ ਕੁਝ ਲੈਣਾ ਛੱਡ ਦਿੱਤੀਆਂ ਤਾਂ ਜੋ ਨਬੀ ਤੋਂ ਇੱਕ ਹੋਂਦ ਦੀ ਕੋਸ਼ਿਸ਼ ਕੀਤੀ ਜਾ ਸਕੇ ਕਿ ਸਾਨੂੰ ਕੋਈ ਮਹਾਨ ਚੀਜ਼ ਦੀ ਭਾਲ ਕਰਨੀ ਨਹੀਂ ਚਾਹੀਦੀ ਜਿਸ ਦਾ ਪੂਰਾ ਹਵਾਲਾ ਦੇਣ ਤੇ ਹੁਣ ਥੱਲੇ ਇਹ ਦੱਸਦਾ ਹੈ ਮੋਹਰਾਂ ਉਤੇ ਸਵਾਲ ਤੇ ਜਵਾਬ 24 ਮਾਰਚ 1963 ਪ੍ਰਭੂ ਪਰਮੇਸ਼ਰ ਯਿਸੂ ਦੇ ਨਾਮ ਵਿੱਚ ਇਸ ਆਦਮੀ ਦੀ ਬੇਨਤੀ ਨੂੰ ਸਵਾਰ ਕਰ ਪ੍ਰਭੂ ਮੈਂ ਆਪਣੀ ਬੇਨਤੀ ਨਾਲ ਇਸ ਦੇ ਲਈ ਪ੍ਰਾਰਥਨਾ ਕਰਦਾ ਹਾਂ ਆਮੀਨ ਮੈਂ ਵਿਸ਼ਵਾਸ ਕਰਦਾ ਹਾਂ ਕਿ ਜਿੱਕਰ ਹਰ ਵਿਅਕਤੀ ਜੋ ਅੱਜ ਸਵੇਰ ਇਸ ਅਦਭੁਤ ਮਸਾਦ ਥੱਲੇ ਇੱਥੇ ਆਉਂਦਾ ਹੈ ਮੈਨੂੰ ਵਿਸ਼ਵਾਸ ਹੈ ਕਿ ਜਿੱਕਰ ਤੁਸੀਂ ਹੁਣ ਕਿਸੇ ਬਹੁਤ ਵੱਡੀ ਚੀਜ਼ ਦੀ ਭਾਲ ਨਾ ਕਰੋ ਉਸਨੇ ਜੋ ਵਾਅਦਾ ਕੀਤਾ ਹੈ ਉਸ ਵਿੱਚ ਵਿਸ਼ਵਾਸ ਕਰਨ ਦੀ ਸਧਾਰਨ ਗੱਲ ਨੂੰ ਯਾਦ ਰੱਖੋ ਹੁਣ ਆਓ ਅਸੀਂ ਸਾਰੇ ਮਿਲ ਕੇ ਇਹਨੂੰ ਕਹੀਏ ਅਸੀਂ ਮੰਡਲੀ ਕਹਿੰਦੀ ਹੈ ਅਸੀਂ ਕਿਸੇ ਵੱਡੀ ਚੀਜ਼ ਲਈ ਕਿਸੇ ਵੱਡੀ ਚੀਜ਼ ਲਈ ਨਹੀਂ ਤੱਕਦੇ ਨਹੀਂ ਤੱਕਦੇ ਪਰ ਯਿਸੂ ਦੇ ਨਾਮ ਵਿੱਚ ਪਰ ਯਿਸੂ ਦੇ ਨਾਮ ਵਿੱਚ ਅਸੀਂ ਉਸਦੇ ਵਾਅਦੇ ਨੂੰ ਹਾਸਲ ਕਰਦੇ ਹਾਂ ਅਸੀਂ ਉਸਦੇ ਵਾਅਦੇ ਨੂੰ ਹਾਸਲ ਕਰਦੇ ਹਾਂ ਇਹ ਇਸ ਦਾ ਨਿਪਟਾਰਾ ਕਰਦਾ ਹੈ ਇਹ ਇਸ ਨੂੰ ਖਤਮ ਕਰਦਾ ਹੈ ਉਸ ਸਮੇਂ ਤੋਂ 13 ਜੁਲਾਈ 1968 ਸੰਨ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਸਮੇਂ ਇੱਥੇ ਹਨ ਮਹਾਨ ਚੀਜ਼ਾਂ ਹੋ ਰਹੀਆਂ ਹਨ ਅਤੇ ਹੁਣ ਬਹੁਤ ਪਹਿਲਾਂ ਦੇ ਲੋਕਾਂ ਵਾਂਗ ਪ੍ਰਭੂ ਉਹ ਉਹਨਾਂ ਨੂੰ ਪਾਰ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਇਹ ਪਤਾ ਨਹੀਂ ਸੀ ਆਪਣੇ ਦਿਨ ਨੂੰ ਪਹਿਚਾਣਨਾ 26 ਜੁਲਾਈ 1964 ਸੰਨ ਹਰ ਪੁਲਿਸਿਆ ਇੱਕ ਮਹਾਨ ਚੀਜ਼ ਦੀ ਪਾਲ ਵਿੱਚ ਹੈ ਪੈਂਟਕੋਸਟਲ ਕਹਿੰਦੇ ਹਨ ਪਰਮੇਸ਼ੁਰ ਦੀ ਮਹਿਮਾ ਹੋਵੇ ਇੱਕ ਦਿਨ ਆਵੇਗਾ ਕਿ ਉਹ ਇਹ ਕਰਨ ਜਾ ਰਹੇ ਹਨ ਅਤੇ ਉਹ ਉਹ ਕਰਨ ਜਾ ਰਹੇ ਹਨ ਦੇਖਿਆ ਉਹ ਪ੍ਰੋਫੈਸਰ ਹਨ ਉਹ ਆਉਣ ਵਾਲੇ ਚੰਗੇ ਸਮੇਂ ਲਈ ਕਿਤੇ ਹੋਰ ਦੇਖ ਰਹੇ ਹਨ ਉਹ ਅਜਿਹਾ ਕਿਉਂ ਕਰਦੇ ਹਨ ਕਿ ਇਸ ਲਈ ਹੈ ਕਿਉਂਕਿ ਉਹ ਮਸੀਹੀ ਪ੍ਰੋਫੈਸਰ ਹਨ ਮੇਰੇ ਪ੍ਰਭੂ ਅਤੇ ਭੈਣੋ ਇਹ ਉਹ ਹੈ ਜਿਸ ਦਾ ਉਹ ਲਾੜੀ ਨੂੰ ਕੀਤੇ ਗਏ ਵਾਅਦਿਆਂ ਦੀ ਵਿਆਖਿਆ ਕਰਨ ਲਈ ਹਵਾਲਾ ਦਿੰਦੇ ਹਨ ਹੁਣ ਸਭ ਤੋਂ ਛੋਟਾ ਬੱਚਾ ਜੇ ਤੂੰ ਇਸ ਸਿੱਖਿਆ ਦਾ ਪਾਲਨ ਕਰ ਰਿਹਾ ਹੁੰਦਾ ਤਾਂ ਤੈਨੂੰ ਇਹ ਸਮਝਣਾ ਚਾਹੀਦਾ ਹੈ ਭਾਈ ਬ੍ਰਾਂਹਮ ਪੈਂਟਿਕੋਸਟਲ ਕ੍ਰਿਸਚੀਅਨਾਂ ਨਾਲ ਗੱਲ ਕਰ ਰਿਹਾ ਹੈ ਉਹਨੇ ਕਿਹਾ ਕਿ ਪੈਂਟਿਕੋਸਟਲ ਕਿਸੇ ਮਹਾਨ ਚੀਜ਼ ਦੀ ਪਾਲ ਕਰ ਰਹੇ ਹਨ ਉਹਨੇ ਕਿਹਾ ਪਰ ਉਹਨਾਂ ਦਾ ਦਿਨ ਬੀਤ ਗਿਆ ਹੈ ਕੀ ਸਹੀ ਹੈ ਉਹਨਾਂ ਦਾ ਦਿਨ ਬੀਤ ਗਿਆ ਹੈ ਭਾਈ ਬ੍ਰਾਂਹਮ ਪੈਂਟਿਕੋਸਟਲ ਕ੍ਰਿਸਚੀਅਨਾਂ ਨਾਲ ਗੱਲ ਕਰ ਰਿਹਾ ਹੈ ਜਿਸਨੇ ਉਸ ਦੀ ਸੇਵਕ ਨੂੰ ਸੁਣਿਆ ਅਤੇ ਉਸ ਨੂੰ ਰੱਦ ਕਰ ਦਿੱਤਾ ਪੈਂਟਿਕੋਸਟਲ ਕਲੀਸਿਆ ਕੋਲ ਕੋਈ ਹੋਰ ਬਿਦਾਰੀ ਨਹੀਂ ਆ ਰਹੀ ਅੰਟੀ ਕੋਸਟਲ ਕਲੀਸਿਆ ਵਿੱਚ ਕੋਈ ਮਹਾਨ ਚੀਜ਼ ਨਹੀਂ ਆ ਰਹੀ ਨਹੀਂ ਸ਼੍ਰੀਮਾਨ ਮੇਰੇ ਪਿਆਰਿਓ ਉਹਨਾਂ ਨੇ ਆਪਣਾ ਦਿਨ ਬਤੀਤ ਕਰ ਲਿਆ ਹੈ ਉਹਨਾਂ ਲਈ ਜੋਸੇਫ ਕੈਸੀ ਉਹ ਲਾਉਦੀਕੇ ਕਲੀਸੇ ਕਾਲ ਦਾ ਦੂਤ ਸੀ ਅਤੇ ਉਹ ਵੱਡੀ ਖਤਮ ਹੋ ਗਈ ਹੈ ਪਰ ਇੱਕ ਹੋਰ ਵੱਡੀ ਆ ਰਹੀ ਹੈ ਜੀ ਹਾਂ ਅਤੇ ਇਹ ਅਜੇ ਸ਼ੁਰੂ ਨਹੀਂ ਹੋਈ ਹੈ ਠੀਕ ਹੈ ਹੁਣ ਇਹਨੂੰ ਫੇਰ ਸੁਣੋ ਲਾੜੀ ਦਾ ਅਧਿਕ ਮਿਲਾਪ 25 ਨਵੰਬਰ 1965 ਸਨ ਜੀ ਹਾਂ ਅਸੀਂ 35 ਕੁਸਤੇ ਦੁਹਰਾਇ ਜਾਮ ਦੀ ਪਾਲ ਕਰ ਰਹੇ ਹਾਂ ਇਹ ਉਹ ਹੈ ਜਿਸ ਦਾ ਉਹ ਇੱਥੇ ਦਰਸਾਣ ਲਈ ਹਵਾਲਾ ਦਿੰਦੇ ਹਨ ਕਿ 35 ਕੁਸਤ ਦੁਹਰਾਇਆ ਨਹੀਂ ਜਾਵੇਗਾ ਜਦੋਂ ਕਿ ਮੇਰੇ ਕੋਲ ਇੱਥੇ ਹਵਾਲਿਆਂ ਦਾ ਇੱਕ ਪੂਰਾ ਬੰਡਲ ਹੈ ਜਿੱਥੇ ਭਾਈ ਬ੍ਰਹਮ ਨੇ ਕਿਹਾ ਹੈ ਕਿ ਕਲਿਸਿਆ ਨੂੰ ਮੁੜ 35 ਕੁਸਤ ਵੱਲ ਜਾਣਾ ਪਵੇਗਾ ਕਿੱਥੇ ਕਲਿਸੇ ਕਾਲ ਦੀ ਕਿਤਾਬ ਪੰਨਾ 376 380 ਵਿੱਚ ਭਾਈ ਬ੍ਰਹਮ ਨੇ ਸਾਨੂੰ ਉੱਥੇ ਇੱਕ ਸਬਕ ਦਿੱਤਾ ਹੈ ਉਨੇ ਕਿਹਾ ਉਥੇ ਮਹਾਨ ਸ਼ਕਤੀ ਦਾ ਵਾਪਸ ਆਣਾ ਜ਼ਰੂਰੀ ਹੈ ਪੈਂਟਕੋਸਟਲ ਸੋਚਿਆ ਕਿ ਉਹਨਾਂ ਨੇ ਇਹਨੂੰ ਹਾਸਲ ਕਰ ਲਿਆ ਹੈ ਪਰ ਉਹਨਾਂ ਨੂੰ ਇਹ ਨਹੀਂ ਮਿਲਿਆ ਪਰ ਇਸ ਦਾ ਅੰਤ ਸਮੇਂ ਵਿੱਚ ਵਾਪਸ ਆਣਾ ਜ਼ਰੂਰੀ ਹੈ ਸੁਣੋ ਕਿ ਉਹ ਇਹ ਦਸਾਉਣ ਲਈ ਕੀ ਹਵਾਲਾ ਦਿੰਦੇ ਹਨ ਕਿ ਪੈਂਤਕੋਸਤੀ ਕੋਈ ਵਾਪਸੀ ਨਹੀਂ ਹੈ ਠੀਕ ਹੈ ਲਾੜੀ ਦਾ ਅਧਿਕ ਮਿਲਾਪ 25 ਨਵੰਬਰ 1965 ਇੱਥੇ ਲੂਥਰ ਸੁਧਾਰ ਵਿੱਚ ਬਾਹਰ ਆਇਆ ਉਸ ਦੇ ਸ਼ਬਦ ਕਿ ਉਸ ਦੀ ਕਲੀਸਿਆ ਅੱਜ ਕੰਮ ਨਹੀਂ ਕਰੇਗੀ ਵੈਜ਼ਲੀ ਵੀ ਨਹੀਂ ਪੈਂਟਕੋਸਟਲ ਵੀ ਨਹੀਂ ਇਹ ਉਹਨਾਂ ਦੇ ਦਿਨਾਂ ਵਿੱਚ ਕੰਮ ਕਰਦਾ ਸੀ ਪਰ ਇਹ ਕੋਈ ਹੋਰ ਦਿਨ ਹੈ ਇਹ ਸੱਤ ਮੋਰਾਂ ਦਾ ਖੁੱਲਣਾ ਹੈ ਮੈਂ ਜਾਣਦਾ ਹਾਂ ਕਿ ਇਹ ਤੁਹਾਨੂੰ ਅਜੀਬ ਲੱਗ ਰਿਹਾ ਹੈ ਪਰ ਪਰਮੇਸ਼ੁਰ ਨੇ ਇਸ ਨੂੰ ਚੰਗੀ ਤਰ੍ਹਾਂ ਸਾਬਤ ਕੀਤਾ ਹੈ ਕਿ ਇਸ ਉੱਤੇ ਕੋਈ ਸਵਾਲ ਨਹੀਂ ਬਿਲਕੁਲ ਸਹੀ ਮੈਂ ਇਸ ਨੂੰ ਇੱਥੇ ਸਿਰਫ ਸਥਾਨਕ ਅਸੈਂਬਲੀ ਵਿੱਚ ਨਹੀਂ ਖਿਲਾ ਰਿਹਾ ਮੈਂ ਦੇਸ਼ ਪਰ ਦੇ ਲੋਕਾਂ ਨਾਲ ਗੱਲ ਕਰ ਰਿਹਾ ਹਾਂ ਲਾੜੀ ਦਾ ਅਧਿਕ ਮਿਲਾਪ 25 ਨਵੰਬਰ 1960 ਸੰਨ ਅਤੇ ਇਹ ਬਚਨ ਜੇਕਰ ਇਹ वचन ਇਸ ਦਿਨ ਲਈ ਹੈ ਪਰਮੇਸ਼ਰ ਇਸ ਨੂੰ ਸਾਬਤ ਕਰਦਾ ਹੈ ਜਿਉ ਜੋ ਨਹੀਂ ਕਰਦਾ ਤਾਂ ਇਹ वचन ਇਸ ਦਿਨ ਲਈ ਨਹੀਂ ਹੈ ਉਹ वचन ਜੋ ਪੈਂਟਿਕੋਸਟ ਦੇ ਦਿਨ ਹੇਠਾਇਆ ਇਸ ਦਿਨ ਕੰਮ ਨਹੀਂ ਕਰੇਗਾ ਨਹੀਂ ਸ਼੍ਰੀਮਾਨ ਉਹ ਪੈਂਟਿਕੋਸਟ ਲਈ ਸੀ ਇਹ ਲਾੜੀ ਲਈ ਹੈ ਲਾੜੀ ਦਾ ਘਰ ਨੂੰ ਪ੍ਰਤਨਾ ਹੈ ਸਾਨੂੰ ਕੁਝ ਵੱਖਰਾ ਮਿਲਿਆ ਹੈ ਪੈਂਟਿਕੋਸਟਲਾ ਨੇ ਦੁਬਾਰਾ ਇਸ ਦੀ ਨੁਮਾਇੰਦੀ ਕੀਤੀ ਅਸੀਂ ਦੁਲੰਦ ਦੇ ਯੁੱਗ ਵਿੱਚਾਂ ਮੂਸਾ ਦੇ ਦਿਨਾਂ ਵਿੱਚ ਨੂੰ ਦਾ वचन ਹੋ ਜਦਾ ਕੰਮ ਨਹੀਂ ਕਰੇਗਾ ਪਰਮੇਸ਼ਰ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਨੀ 27 ਨਵੰਬਰ 1965 ਜੇ ਉੱਥੇ ਪਰਮੇਸ਼ਰ ਦਾ ਸੱਚਾ ਆਤਮਾ ਹੈ ਤਾਂ ਇਹ ਇਸ ਨੂੰ ਵਚਨ ਵਿੱਚ ਨਿਰਦੇਸ਼ਿਤ ਕਰੇਗਾ ਪੈਂਤੇਕੋਸ ਦੇ ਦਿਨ ਆਤਮਾ ਨੇ ਇਸ ਨੂੰ ਠੀਕ ਯੋਇਲ 2 ਦੀ 33ਵਲ ਨਿਰਦੇਸ਼ਿਤ ਕੀਤਾ ਦੇਖਿਆ ਲੂਥਰ ਦਾ ਦਿਨ ਇਸ ਨੇ ਇਸ ਨੂੰ ਠੀਕ ਉਸ ਵਲ ਨਿਰਦੇਸ਼ਿਤ ਕੀਤਾ ਵੈਜ਼ਲੀ ਪੈਂਤੇਕੋਸ ਦੇ ਸਾਖਰੀ ਵਹਾਵ ਵਿੱਚ ਪਰ ਇਹ ਕੋਈ ਹੋਰ ਯੁੱਗ ਹੈ ਇਹ ਲਾੜੀ ਦਾ ਬਾਹਰ ਬੁਲਾਇਆ ਜਾਣਾ ਹੈ ਪੈਂਤੇਕੋਸ ਤੇ 2000 ਸਾਲ ਪਹਿਲਾਂ ਨਹੀਂ ਜਾ ਦੁਬਾਰਾ ਜਵਾਬ ਸੀ ਪੈਂਟੇਕੋਸਟ ਆਧੁਨਿਕ ਘਟਨਾਵਾਂ ਪ੍ਰਿਕਵਾਨ ਦੁਆਰਾ ਸਪਸ਼ਟ ਕੀਤੀ ਗਈਆਂ ਹਨ 6 ਦਸੰਬਰ 1965 ਸਨ ਭਾਈ ਸੇਵਕ ਦੋਸਤ ਕੋਈ ਵੀ ਕਿਰਪਾ ਕਰਕੇ ਮੈਨੂੰ ਸਮਝੋ ਮੈਂ ਤੁਹਾਡਾ ਭਰਾ ਹਾਂ ਕੀ ਤੁਸੀਂ ਆਪਣੇ ਆਪ ਨੂੰ ਅਤੇ ਕਿਸੇ ਚਰਚ ਦੇ ਮੈਂਬਰ ਮੈਥੋਡਿਸਟ ਬੈਪਟਿਸਟ ਦੇ ਜੋ ਵੀ ਤੁਸੀਂ ਹੋ ਨਾਲ ਜੋੜਨਾ ਚਾਹੁੰਦੇ ਹੋ ਕੀ ਤੁਸੀਂ ਉਸ ਜਥੇਬੰਦੀ ਵਿੱਚ ਰਹਿਣਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਮਾਂ ਤੁਹਾਡੇ ਦਾਦੀ ਇਸ ਵਿੱਚ ਟਿਕੇ ਰਹੇ ਉਹ ਉਸ ਵਿੱਚ ਓਨਲੀ ਕਿਸੇ ਚੀਜ਼ ਵਿੱਚੋਂ ਬਾਹਰ ਆਈ ਨੂੰ ਦੇ ਸਮੇਂ ਵਾਂਗ ਇਹ ਉਸ ਦਿਨ ਦੀ ਰੋਸ਼ਨੀ ਸੀ ਇਹ ਕੋਈ ਹੋਰ ਦਿਨ ਹੈ ਤੁਸੀਂ ਕਹਿੰਦੇ ਹੋ ਠੀਕ ਹੈ ਮੇਰੇ ਕੋਲ ਸੀ ਇਹ ਪੈਂਟੇਕੋਸਟਾ ਦਿਨ ਨਹੀਂ ਹੈ ਪੈਂਟੇਕੋਸਟ ਯੁੱਗ ਬੀਤ ਚੁੱਕਾ ਹੈ ਪੈਂਟੇਕੋਸਟ ਜਾ ਚੁੱਕਾ ਹੈ ਇਹ ਵਾਢੀ ਦਾ ਸਮਾਂ ਹੈ ਦੇਖਿਆ ਅਤੇ ਵਾਢੀ ਦਾ ਸਮਾਂ ਅਨਾਜ ਪਾਣੀ ਡੋਲਿਆ ਗਿਆ ਹੈ ਅਨਾਜ ਪਕਰਿਆ ਹੈ ਮੇਰੇ ਪਿਆਰੇ ਭਾਈ ਅਨਾਜ ਵਿੱਚ ਆਓ ਕਮ ਵਿਸ਼ਵਾਸ ਦਾ ਪ੍ਰਗਟਾਵਾ ਹੈ 26 ਨਵੰਬਰ 1965 ਪਰਮੇਸ਼ੁਰ ਇਸ ਦਿਨ ਦੀ ਪੈਂਟਿਕੋਸਟਲ ਚਰਚੀਆਂ ਨੂੰ ਦਾਨਾਂ ਦੀ ਬਹਾਲੀ ਹੋ ਸਕਦਾ ਹੈ ਪ੍ਰਭੂ ਉਹ ਆਦਮੀ ਹੋ ਸਕਦਾ ਹੈ ਕਿ ਉਹਨਾਂ ਵਿੱਚੋਂ ਕੁਝ ਇੱਥੇ ਮੌਜੂਦ ਹੋਣ ਉਹਨਾਂ ਵਿੱਚੋਂ ਕੁਝ ਦੁਨੀਆਂ ਉੱਪਰ ਵਿੱਚ ਤੇਪ ਸੁਣ ਰਹੇ ਹੋਣ ਹੋਵੇ ਕਿ ਉਹ ਇਸ ਦਾ ਅਹਿਸਾਸ ਕਰਨ ਕਿ ਇਹ ਲਾੜੀ ਦਾ ਬਾਹਰ ਬੁਲਾਇਆ ਜਾਣਾ ਹੈ ਪੈਂਟਿਕੋਸਟ ਦਾ ਸੰਦੇਸ਼ ਨਹੀਂ ਪੈਂਟਿਕੋਸਟ ਦਾ ਸੰਦੇਸ਼ ਦਾਨਾਂ ਨੂੰ ਵਾਪਸ ਚਰਚੀਆ ਵਿੱਚ ਬਹਾਲ ਕਰਨਾ ਸੀ ਪਰ ਇਹ लाੜੀ ਦਾ ਸੱਦਾ ਹੈ ਇੱਕ ਹੋਰ ਸੰਦੇਸ਼ ਜੋ ਸਦੂਮ ਨੂੰ ਸਾੜਨ ਤੋਂ ਪਹਿਲਾਂ ਆਉਣਾ ਸੀ ਹੁਣ ਮੇਰੇ ਭਰਾਵੋ ਅਤੇ ਭੈਣੋ ਧਰਤੀ ਤੇ ਹੱਥ ਧਰਮੀ ਅਜਿਹੀ ਚੀਜ਼ ਤੇ ਕਿਵੇਂ ਚੱਲ ਸਕਦੇ ਹਨ ਤੁਸੀਂ ਕਦੇ ਵੀ ਇਸ ਤਰ੍ਹਾਂ ਦੀ ਕਿਸੇ ਚੀਜ਼ ਤੇ ਕਿਵੇਂ ਜਾ ਸਕਦੇ ਹੋ ਭਾਈ ਬ੍ਰਾਹਮ ਇੱਥੇ ਤਫਾਕਤਿਤ ਪੈਂਟਕੋਸਟ ਦੀ ਗੱਲ ਕਰ ਰਿਹਾ ਹੈ ਉਸਨੇ ਕਿਹਾ ਕਿ ਅਸੀਂ ਪੈਂਟਕੋਸਟਲ ਯੁੱਗ ਨੂੰ ਪਾਰ ਕਰ ਚੁੱਕੇ ਹਾਂ ਇਹ ਉਹੀ ਹੈ ਜੋ ਭਾਈ ਬ੍ਰਾਹਮ ਕਹਿ ਰਿਹਾ ਹੈ ਅਤੇ ਉਦੋਂ ਇਹ 1906 ਸਨ ਸੀ ਉਸਨੇ ਕਿਹਾ ਇਹ ਹੁਣ ਦੁਲਨ ਦਾ ਯੁੱਗ ਹੈ ਇਹ ਉਹ ਸਭ ਕੁਝ ਹੈ ਜੋ ਇਥੇ ਕਹਿ ਰਿਹਾ ਹੈ ਉਹਨੇ ਆਖਿਆ ਕਿ ਅਸੀਂ 1906 ਦੇ ਪੈਂਟੇਕੋਸਟ ਵੱਲ ਵਾਪਸ ਨਹੀਂ ਜਾ ਰਹੇ ਹਾਂ ਕਿਉਂ ਕਿ ਅਸਲੀ ਚੀਜ਼ ਨਹੀਂ ਸੀ ਇਹ ਇੰਨਾ ਸਧਾਰਨ ਹੈ ਉਹਨੇ ਕਿਹਾ ਕਿ ਹੁਣ ਅਸੀਂ 1906 ਵਿੱਚ ਉਸ ਪੈਂਟੇਕੋਸਟਲ ਯੁੱਗ ਵਿੱਚ ਵਾਪਸ ਨਹੀਂ ਜਾ ਰਹੇ ਹਾਂ ਕਿਉਂਕਿ ਇਹ ਬਾਡੀ ਦਾ ਯੁੱਗ ਹੈ ਇਹ ਬਾਡੀ ਦਾ ਸਮਾਂ ਹੈ ਹੁਣ ਅਸੀਂ ਉਸ ਫਸਲ ਬਾਰੇ ਸੋਚ ਰਹੇ ਹਾਂ ਜੋ ਇਥੇ ਹੁਣ ਵੱਡੀ ਜਾਣੀ ਹੈ ਉਹਨੇ ਕਿਹਾ ਪਰ ਤੁਸੀਂ ਉਹ ਉਦੋਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਆਤਮਾ ਅਨਾਜ ਉਤੇ ਨਹੀਂ ਡਿੱਗਦਾ ਪਿਤਾ ਵਚਨ ਦੇ ਲਈ ਤੇਰਾ ਧੰਨਵਾਦ ਪ੍ਰਭੂ ਅੱਜ ਸਵੇਰ ਤੇਰੇ ਸੰਦੇਸ਼ ਲਈ ਤੇਰਾ ਧੰਨਵਾਦ ਅਤੇ ਇਸ ਸੰਦੇਸ਼ ਜਿੱਥੇ ਵੀ ਜਾਵੇ ਇਸ ਨੂੰ ਆਸ਼ੀਸ਼ ਦੇ ਹੋਵੇ ਕਿ ਇਹ ਨਾ ਪਖੰਡੀ ਲੋਕਾਂ ਦੇ ਹੱਥੋਂ ਝੂਠੇ ਮਸਾ ਕੀਤੇ ਹੋਏ ਲੋਕਾਂ ਦੇ ਹੱਥੋਂ ਛੁਟਕਾਰਾ ਲਿਆਵੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇਸ ਨੂੰ ਆਸ਼ੀਸ਼ ਦੇਵੇਂਗਾ ਅਤੇ ਆਪਣੇ ਲੋਕਾਂ ਨੂੰ ਪ੍ਰੇਰਿਤ ਕਰੇਗਾ ਜਦੋਂ ਉਹ ਇਹਨੂੰ ਸੁਣਨਗੇ ਤਾਂ ਕਿ ਤੱਕੜੀਆਂ ਦਿਗਜਾਨ ਅਤੇ ਉਹਨਾਂ ਦੀਆਂ ਅੱਖਾਂ ਖੁੱਲ ਜਾਣ ਅਸੀਂ ਨਿਮਰਤਾ ਨਾਲ ਇਸ ਸਵੇਰ ਦੇ ਸੰਦੇਸ਼ ਲਈ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਆਪਣੇ ਲੋਕਾਂ ਨੂੰ ਬੇਹਦ ਆਸ਼ੀਸ਼ ਤੇ ਬਰਕਤ ਦੇ ਹੌਸਲਾ ਰੱਖਣ ਅਤੇ ਤੇਰੇ ਵਾਅਦੇ ਜੁੜੀ ਕਰਨ ਵਿੱਚ ਉਹਨਾਂ ਦੀ ਮਦਦ ਕਰ ਹਰ ਇੱਕ ਲਈ ਧੰਨਵਾਦ ਜੀਵਨ ਦੇ ਬਚਨਾਂ ਲਈ ਧੰਨਵਾਦ ਪ੍ਰੇਰਨਾ ਲਈ ਧੰਨਵਾਦ ਇੱਕ ਦੂਜੇ ਲਈ ਧੰਨਵਾਦ ਉਹਨਾਂ ਸੇਵਕਾਂ ਨੂੰ ਬਰਕਤ ਦੇ ਜੋ ਥੋੜੀ ਦੇਰ ਬਾਅਦ ਆਉਣਗੇ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਇਹ ਉਹਨਾਂ ਨੂੰ ਮਹਾਨ ਸ਼ਬਦਾਂ ਮਹਾਨ ਪ੍ਰਕਾਸ਼ਨ ਅਧਿਆਤਮਾ ਦੇ ਉਸੇ ਮਸਾ ਨਾਲ ਬਰਕਤ ਦੇ ਯਿਸੂ ਮਸੀਹ ਦੇ ਨਾਮ ਵਿੱਚ ਅਜੀ ਧੰਨਵਾਦ ਨਾਲ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ ਆਮੀਨ ਗੀਤ ਤੁਹਾਡੇ ਲਈ ਸਲੀਬ ਤੇ ਜਗ੍ਹਾ ਹੈ ਤੁਹਾਡੇ ਲਈ ਸਲੀਬ ਤੇ ਜਗ੍ਹਾ ਹੈ ਪਾਵੇਂ ਲੱਖਾਂ ਆ ਗਏ ਹਨ ਅਜੇ ਵੀ ਇੱਕ ਲਈ ਥਾਂ ਹੈ ਜੀਹਾਂ ਤੁਹਾਡੇ ਲਈ ਸਲੀਬ ਤੇ ਜਗ੍ਹਾ ਹੈ